ਧੰਨ ਵਾਹਿਗੁਰੂ, ਧੰਨ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ। ਕਬੀਰ ਜਹਿ ਦਰ ਆਵਤ ਜਤ ਹੋ, ਹਟਕੈ ਨਾਹੀ ਕੋਇ। ਸੋ ਦਰ ਕੈਸੇ ਛੋਡੀਏ, ਜੋ ਦਰ ਐਸਾ ਹੋਏ। ਕਬੀਰ ਸਮੁੰਦ ਨਾ ਛੋਡੀਏ, ਜੋ ਅਤ ਖਾਰੋ ਹੋਏ, ਜੋ ਅਤ ਖਾਰੋ ਹੋਏ। ਪੋਖਰ ਪੋਖਰ ਢੂੰਡਤੇ, ਭਲੋ ਨ ਕਹਿ ਕੋਇ, ਭਲੋ ਨ ਕਹਿ ਕੋਇ। ਕਬੀਰ ਡਗਮਗ ਕਿਆ ਕਰੈ, ਕਹਾਂ ਲਾਵੈ ਜੀਉ। ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਭੀਖਾ ਭੁੱਖਾ ਕੋ ਨਹੀਂ, ਸਭ ਕੀ ਗੱਠੜੀ ਲਾ। ਭੀਖਾ ਭੁੱਖਾ ਕੋ ਨਹੀਂ, ਸਭ ਕੀ ਗੱਠੜੀ ਲਾਲ। ਗੱਠੜੀ ਖੋਲ ਨਾ ਜਾਣ, ਤਾਂ ਤੇ ਭਇਆ ਕੰਗਾਲ। ਤਾਂ ਤੇ ਭਇਆ ਕੰਗਾਲ, ਤਾਂ ਤੇ ਭਇਆ ਕਿਆ ਮੇਰਾ ਕਿਆ ਤੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਕਿਆ ਮੇਰਾ ਕਿਆ ਤੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਮੇਰਾ ਕਿਆ ਤੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਕਿਆ ਮੇਰਾ ਕਿਆ ਤੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਐਸੇ ਸਰਵਰ ਪੰਖ ਬਸੇਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਸਰਵਰ ਪੰਖ ਬਸੇਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਜੈਸੇ ਤਰਵਰ ਪੰਖ ਬਸੇਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਤਰਵਰ ਪੰਖ ਬਸੇਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਕਿਆ ਮੇਰਾ ਕਿਆ ਤੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਕਿਆ ਮੇਰਾ ਕਿਆ ਤੇਰਾ ਪ੍ਰਾਣੀ, ਰੱਜ ਕੇ ਮੇਰਾ ਕਿਆ ਤੇਰਾ। ਕਿਆ ਤੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਕਿਆ ਮੇਰਾ ਕਿਆ ਤੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ।
ਬੇਨਤੀ ਹੈ ਜੀ, ਨਾਲ ਨਾਲ ਜਪੀਏ ਸਾਰੇ ਸੰਗਤੇ ਇੱਕ ਸੁਰ ਹੋਈਏ। ਕਿਰਪਾ ਕਰੋ ਸਾਰੇ ਜਪੋ। ਜਲ ਕੀ ਪੀਤ ਪਵਨ ਕਾ ਥੰਭਾ, ਰਕਤ ਬੁੰਦ ਕਾ ਗਾਰਾ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਂਝੇ ਨਾ ਜੀ ਰਹੀਏ, ਬੋਲਿਓ ਜਰਾ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਪ੍ਰਾਣੀ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧੋ ਸਾਰੋ ਨੀਵਾ, ਸਾਡੇ ਤੀਨ ਹੱਥ ਤੇਰੀ ਸੇਵਾ, ਸਾਡੇ ਤੀਨ ਹੱਥ ਤੇਰੀ ਸੀਵਾ, ਸਾਡੇ ਤੀਨ ਹੱਥ ਤੇਰੀ ਸੀਵਾ, ਕਿਆ ਮੇਰਾ ਕਿਆ ਤੇਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਕਿਆ ਮੇਰਾ ਕਿਆ ਤੇਰਾ, ਕਿਆ ਮੇਰਾ ਕਿਆ ਤੇਰਾ, ਕਿਆ ਮੇਰਾ ਕਿਆ ਤੇਰਾ, ਪੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏ ਗੋ ਪਸਮ ਕੀ ਢੇਰੀ, ਉੱਚੇ ਮੰਦਰ
सुंदर नारी ऊंचे मंदर सुंदर नारी राम नाम बिन बाजी हारी मेरी जात कमीनी पात कमीनी ओछा जन्म हमारा तुम शरणागत राजा रामचंद कह रविदास चमारा क्या मेरा क्या तेरा क्या मेरा क्या तेरा क्या मेरा क्या तेरा क्या मेरा क्या तेरा प्राण क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा क्या मेरा क्या तेरा क्या मेरा क्या तेरा क्या मेरा क्या क्या तेरा क्या मेरा क्या तेरा प्राण क्या मेरा क्या तेरा क्या मेरा क्या तेरा क्या मेरा क्या तेरा वाहेगुरु 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 Bye.
वाहेगुरु 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 बोलो संगत जी वाहेगुरु वाहेगुरु वाहेगुरु
ਜਾਂਦਾ ਬਈ ਜਾਂਦਾ ਪੀਤ ਦਾ ਜਾਂਦਾ ਜਾਂਦਾ ਪੀਤ ਦਾ ਜਾਂਦਾ ਬਈ ਜਾਂਦਾ ਪੀਤ ਦਾ ਜਾਂਦਾ ਬਈ ਜਾਂਦਾ ਪੀਤ ਦਾ ਹੀਰਾ ਜਨਮ ਅਮੋਲ ਤੇਰਾ ਜਨਮ ਅਮੋਲ ਤੇਰਾ ਜਾਂਦਾ ਬਈ ਜਾਂਦਾ ਪੀਤ ਦਾ ਜਾਂਦਾ ਜਾਂਦਾ ਪੀਤ ਦਾ ਹੀਰਾ ਜਨਮ ਅਮੋਲ ਤੇਰਾ ਜਾਂਦਾ ਬਈ ਜਾਂਦਾ ਪੀਤ ਦਾ ਜਾਂਦਾ ਬਈ ਜਾਂਦਾ ਪੀਤ ਜਨਮ ਅਮੋਲ ਤੇਰਾ ਜਾਂਦਾ ਜਾਂਦਾ ਬੀਤ ਦਾ ਜਾਂਦਾ ਬਈ ਜਾਂਦਾ ਬੀਤ ਦਾ ਜਨਮ ਅਮੋਲ ਤੇਰਾ ਜਾਂਦਾ ਬਈ ਜਾਂਦਾ ਬੀਤ ਦਾ ਜਨਮ ਅਮੋਲ ਤੇਰਾ ਜਾਂਦਾ ਬਈ ਜਾਂਦਾ ਬੀਤ ਦਾ ਜਾਂਦਾ ਬਈ ਜਾਂਦਾ ਬੀਤ ਦਾ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਬਹੁਤ ਜ਼ਿਆਦਾ ਹੈ ਤੇ ਫਤਿਹ ਤੁਹਾਡੀ ਬੜੀ ਢਿੱਲੀ ਹੈ, ਫਿਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ, ਤੀਸਰਾ ਦੀਵਾਨ ਅੱਜ ਪ੍ਰਾਪਤ ਹੋਇਆ। ਸਾਡੇ ਸਭ ਦੇ ਭਾਗ ਵੱਡੇ ਹਨ, ਸੰਗਤ ਕਰ ਰਹੇ ਹਾਂ। ਜਦੋਂ ਸੰਗਤ ਵਿੱਚ ਆ ਕੇ ਮਨ ਨੂੰ ਰੰਗਤ ਚੜ ਜਾਏ, ਅਸਰ ਹੋਵੇ, ਸਮਝ ਲਓ ਫਿਰ ਚੰਗੇ ਭਾਗ ਬਣ ਗਏ, ਬਣਾ ਲੈਣੇ ਨੇ। ਕੱਲ ਆਏ ਸੀ, ਕੱਲ ਮਨ ਕੀਤਾ ਕੱਲ ਨੂੰ ਫੇਰ ਆਵਾਂਗੇ। ਜਿਹੜਾ ਕੱਲ ਕਰਮ ਹੋਇਆ ਉਹ ਫਿਰ ਭਾਗ ਬਣ ਗਿਆ, ਅੱਜ ਫਿਰ ਅੱਜ ਆਪਾਂ ਇਕੱਠੇ ਹੋ ਕੇ ਆ ਗਏ। ਜਿਵੇਂ ਹੁਣ ਅੱਜ ਜਿਹੜੇ ਸੱਜਣਾਂ ਦਾ ਗੁਰਮੁਖਾਂ ਦਾ ਮਨ ਮੰਨੇ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈਏ, ਸਿੰਘ ਸੱਜ ਜਾਈਏ, ਅੱਗੇ ਤੋਂ ਵੀ ਆਪਾਂ ਸੰਗਤ ਕਰਦੇ ਰਹੀਏ, ਅੱਜ ਉਹਨਾਂ ਦੇ ਕਰਮ ਨੇ ਅਗਲੇ ਭਾਗ ਬਣਾ ਦਿੱਤੇ, ਫਿਰ ਭਾਗ ਬਣ ਗਏ, ਵਿਚਾਰ ਬਣ ਗਏ, ਮੱਥੇ ਤੇ ਲਿਖਿਆ ਗਿਆ ਉਹੋ ਜਿਹੇ ਫਿਰ ਅੱਗੇ ਕਰਮ ਬਣ ਜਾਣਗੇ। ਪਹਿਲਾਂ ਸਾਡੇ ਅੰਦਰ ਵਿਚਾਰ ਹੀ ਆਏਗਾ ਵੀ ਆਹ ਕੰਮ ਕਰਨਾ ਹੈ, ਬਾਅਦ ਵਿੱਚ ਫਿਰ ਆਪਾਂ ਉਹਨੂੰ ਕਰਦੇ ਹਾਂ। ਜਿਹੜਾ ਵਿਚਾਰ ਆਉਣਾ ਹੈ ਅੰਦਰ, ਜਿਹੜੇ ਸਾਡੇ ਦਿਮਾਗ ਵਿੱਚ ਇੱਥੇ ਫੁਰਨੇ ਚੱਲਦੇ ਨੇ, ਵਿਚਾਰ ਚੱਲਦੇ ਨੇ, ਉਹੀ ਭਾਗ ਨੇ। ਪਹਿਲਾਂ ਸੋਚਦੇ ਹਾਂ ਫਿਰ ਕਰਦੇ ਹਾਂ, ਇੱਦਾਂ ਹੀ ਹੈ ਨਾ। ਜਿਵੇਂ ਹੁਣ ਆਪਾਂ ਇੱਥੇ ਆਏ ਹਾਂ, ਪਹਿਲਾਂ ਪਲੈਨ ਬਣਿਆ ਚੱਲੀਏ, ਪਲੈਨ ਬਣਿਆ ਨਾ ਵੀ ਚੱਲੀਏ, ਫਿਰ ਆਪਣਾ ਸਰੀਰ ਆਇਆ। ਠੇਕੇ ਤੇ ਜਾਣਾ ਤਾਂ ਵੀ ਪਲੈਨ ਪਹਿਲਾਂ ਦਿਮਾਗ 'ਚ ਆਉਂਦੀ ਹੈ, ਗੱਲ ਮੱਥੇ 'ਤੇ ਹੀ ਲਿਖੀ ਹੈ, ਇੱਥੇ ਹੀ ਵਿਚਾਰ ਚੱਲਦੇ, ਫਿਰ ਆਪਾਂ ਜਾਣਾ ਹੈ। ਹੁਣ ਇਹ ਮਾੜੇ ਵਿਚਾਰ ਨੇ, ਭਾਵ ਮਾੜੇ ਭਾਗ ਨੇ, ਜਿਨ੍ਹਾਂ ਦੇ ਅੰਦਰ ਹੁਣ ਇਹ ਆ ਰਿਹਾ ਕਿ ਅੰਮ੍ਰਿਤ ਛਕ ਲਈਏ, ਉਹਨਾਂ ਨੇ ਚੰਗੇ ਭਾਗ ਬਣਾ ਲਏ, ਵਿਚਾਰ ਚੰਗੇ, ਫਿਰ ਵੀ ਸੰਗਤ ਕਰਾਂਗੇ। ਇੱਦਾਂ ਭਾਗ ਬਣਾਉਣੇ ਨੇ, ਚਾਹੇ ਮਾੜੇ ਬਣਾ ਲਓ ਭਾਵੇਂ ਚੰਗੇ ਬਣਾ ਲਓ। ਤੇ ਇਹ ਬੇਨਤੀ ਬਹੁਤ ਵਾਰ ਕੀਤੀ ਹੈ ਸਤਿਗੁਰਾਂ ਦੇ ਬਾਣੀ ਦਾ, ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ, ਸ਼ਬਦ ਗੁਰੂ ਦਾ ਚਰਨ ਹੁੰਦਾ ਹੈ, ਤੇ ਸਤਿਗੁਰਾਂ ਦੇ ਚਰਨ ਚੋਂ ਸ਼ਬਦ ਚੋਂ ਨਿਕਲਿਆ ਮੀਨਿੰਗ ਅਰਥ, ਉਹ ਚਰਨ ਧੂੜ ਹੁੰਦੀ ਹੈ। ਜਿਹਨੇ ਚਰਨ ਧੂੜ ਆਪਣੇ ਮੱਥੇ ਤੇ ਲਾ ਲਈ, ਅੱਜ ਆਪਾਂ ਸੰਗਤ ਕਰ ਰਹੇ ਹਾਂ, ਆਪਾਂ ਜੋ ਸੁਣਿਆ ਇਹਨੂੰ ਮੱਥੇ ਤੇ ਲਾਓ, ਵਸਾ ਲਓ ਹਿਰਦੇ ਵਿੱਚ, ਫੀਡ ਕਰ ਲਓ, ਸਟੋਰ ਕਰ ਲਓ, ਪੱਕਾ ਮਨ ਵਿੱਚ ਵਸ ਗਿਆ, ਬਸ ਫਿਰ ਪਲੈਨ ਬਦਲ ਗਏ। ਪਹਿਲਾਂ ਪਲੈਨ ਹੋਰ ਕੁਝ ਹੁੰਦੇ ਸੀ, ਹੁਣ ਪਲੈਨ ਹੋਰ ਨੇ। ਇਹ ਪਲੈਨ ਬਦਲਣੇ ਹੀ ਲੇਖ ਬਦਲਣੇ ਹੁੰਦੇ ਨੇ, ਲੇਖ ਬਦਲਦੇ ਬਦਲੇ ਗਏ, ਕਿੰਨੇ ਬਦਲੇ,
सतगुर दी धूड़ी ने आखो सतनाम धूड़ी ने लेख बदलने ने पर धूड़ी वह जिहड़ी असली है जे तुसी कहो कि भी इत्थे जिहड़ी पई है धूड़ी चुक के मत्थे ते रगड़दा रवां माफ करना बथेरे रगड़दे रहिंदे ने सारी जिंदगी सतगुर दी धूड़ की है हुण गुरु ग्रंथ साहिब जी दी धूड़ किवें मिले जदों चरण ही नहीं दिसदे चरण किते लगण ते धूड़ सानू मिले इस करके ये गल जरूर ध्यान में रखियो कि सतगुरां दी धूड़ सतगुरां दे शब्द का अर्थ है मीनिंग किथे लाना है मत्थे ते इत्थे फीड कर लो भी गुरु साहब आ कहिंदे ने अज तों बाद आ माड़ा कम नहीं करना बस विचार बदलने प्लैन बदलने ही जिवें हुण मैं बेनती बहुत बार करदा हुन्ना है कि जिवें साडा प्लैन बनिया होया है भी आपां अगले ऐतवार लुधियाने फलाने सिनेमे विच फिल्म वेखण जाणा प्लैन बनिया होया ध्यान च समझियो चंगी तरह गल आपां आए संगत विच संगत विच आ के कोई गुरु की बाणी का शब्द साडे दिमाग च बह गया अर्थ बह गया शब्द सुनिया फिर अर्थ बह गया इत्थे वस गया हुण की गल करदा जाके शाम नूं कहिंदा नहीं अगले ऐतवार आपां गुरद्वारा साहिब जाके घंटा कथा सुणांगे प्लैन चेंज हो गया किन्ने कीता बाणी दी विचार ने भाव बाणी दी विचार ने लेख ही बदल के रखते आखो सतनाम वाहिगुरु इदां ही बदले ने ना सारिआं दे आपां जिन्ने अपने लेख बदले ने लेख इदां बदलदे ने जदों बाणी आपां पढ़ांगे सुणांगे समझांगे सतगुरां दे वचनां नूं बस लेख बदल जांदे ने सतगुरां दी धूड़ लेख बदलदी है पर जे धूड़ी असली मिले तां नचोड़ शब्द का नचोड़ मीनिंग अर्थ नचोड़ है धूड़ शब्द की वो साढ़े इत्थे इत्थे लगती अंदर बाहर नहीं अंदर फीड हुंदा है बस जिन्हें अपने सतगुरां दे बचन चरण घुट के फड़ ले शब्दां नूं फड़ लिया सतगुरां दे बचनां नूं मन च वसा लिया उन्हें धूड़ मत्थे ते ऐसी लगी प्लैन ही बदल गया सारे हुण मर्जी साडी है लेख बदलने ने कि नहीं बदलने हुण वेखो ना जिहड़े सज्जन तुहाडे च गुरमुख जिहड़े कल आए सी दीवान च उन्होंने कल आ के सोचिया भी कल नूं फेर चलांगे विचार बदल गया कल प्लैन बदल गया भाग बन गया अज आपां फिर कर्म करन लग पे फिर आ गए हुण अज आपां फिर सोचो भी होर संगत करते रहिए जां आपां होर बाणी पढ़ांगे सहज पाठ करांगे अमृत छकांगे समझ लो भाग बन गए बनाने आप ही ने हुण मर्जी है भावें माड़े बना लै ते भावें इहनूं कहिंदे ने धूड़ी लेख मटा दिंदी है ये है चंगी तरह जे समझिए ना तूड़ी ने लेख मटाता माड़े कर्मांदा तूड़ी ने लेख मटाता माड़े कर्मांदा तूड़ी ने लेख मटाता माड़े कर्मांदा तूड़ी ने लेख मटाता माड़े बड़ो सारे तूड़ी ने लेख तूड़ी ने लेख मटाया माड़े कर्मां दा 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 तूड़ी ने लेख मटाया माड़े तूड़ी ने लेख बसाया तूड़ी ने
ਸੁਣਾ ਨਾ ਸਹੀ ਆਵੇਗੀ। ਕਈ ਵਾਰੀ ਆਪਾਂ ਫਿਰ ਜੇ ਦੂਜੀ ਧੂੜੀ ਦੀ ਗੱਲ ਕਰਦੇ ਹਾਂ ਫਿਰ ਮਾਫ ਕਰਨਾ ਜੀ, ਬਾਣੀ ਚਾਹੁੰਦਾ ਹੈ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਠੀਕ ਹੈ ਜੀ, ਏਦਾਂ ਹੀ ਹੈ ਨਾ। ਹੁਣ ਧੂੜੀ ਚ ਇਸ਼ਨਾਨ ਤੁਹਾਡੇ ਚੋਂ ਦੱਸੋ ਕਿਹਨੇ ਕੀਤਾ? ਧੂੜੀ ਚ ਇਸ਼ਨਾਨ ਕੀਤਾ ਕਿਸੇ ਨੇ? ਸਾਧਗੀ ਧੂੜ ਕਰੋ ਇਸ਼ਨਾਨ ਕੀਤਾ ਇਸ਼ਨਾਨ ਕਦੇ? ਫਿਰ ਕਿਵੇਂ ਕਰੀਏ? ਇੱਥੋਂ ਏਦਾਂ ਕਰਦੇ ਹਾਂ, ਜਿੰਨੀ ਸੰਗਤ ਉੱਠੇਗੀ ਮੈਟ ਝਾੜ ਲਾਂਗੇ, ਡਰੰਮ ਭਰ ਕੇ ਰੱਖ ਦਿੰਦੇ ਹਾਂ ਬਾਹਰ, ਜਿਹੜਾ ਆਵੇ ਕੱਪ ਸਿਰ ਚ ਪਾ ਲਵੇ। ਹੋਇਆ ਏਦਾਂ? ਲਿਖਿਆ ਵੀ ਧੂੜੀ ਕਰ ਇਸ਼ਨਾਨ ਕੀਤਾ ਕਦੀ ਇਸ਼ਨਾਨ ਧੂੜੀ ਵਿੱਚ, ਮਤਲਬ ਕੀ ਹੈ? ਗੁਰਮੁਖਾਂ ਦੇ ਹੁਣ ਵੇਖੋ, ਜੇ ਕਿਸੇ ਨੇ ਸਿੱਧੀ ਦੀ ਗੱਲ ਹੈ, ਟਰੈਕਟਰ ਟਰਾਲੀ ਦੀ ਧੂੜ ਲੈਣੀ ਹੈ, ਟਰਾਲੀ ਦੇ ਪਿੱਛੇ ਪਿੱਛੇ ਤੁਰਿਆ, ਚੱਲ ਆਪ ਹੀ ਪੈ ਜਾਣੀ ਤੇਰੇ ਤੇ। ਇਹਦਾ ਮਤਲਬ ਹੈ ਗੁਰਮੁਖਾਂ ਦੇ ਪਿੱਛੇ ਪਿੱਛੇ ਤੁਰਿਆ ਚੱਲ, ਤੇ ਗੁਰਮੁਖਾਂ ਨੇ ਠੇਕੇ ਤੇ ਜਾਣਾ ਨਹੀਂ, ਜਾਣਗੇ ਗੁਰਦੁਆਰੇ ਤੈਨੂੰ ਵੀ ਲੈ ਜਾਣਗੇ, ਆਪ ਵੀ ਜੁੜੇ ਨੇ ਤੈਨੂੰ ਵੀ ਜੋੜ ਦੇਣਗੇ, ਭਾਵ ਸਮਝਣਾ ਪੈਣਾ ਹੈ। ਤੇ ਮੈਂ ਇਦਾਂ ਦੇ ਬੰਦੇ ਵੇਖੇ ਆ ਆਪਣੇ ਅੱਖੀ, ਵੀ ਇਦਾਂ ਹੱਥ ਤੇ ਧੂੜੀ ਰੱਖਦੇ ਆ ਸੰਗਤਾਂ ਦੀ, ਰਗੜੀ ਜਾਂਦੇ ਨੇ, ਇਦਾਂ ਜ਼ੋਰ ਜ਼ੋਰ ਨਾਲ ਲਾਲ ਕੱਢ ਲੈਂਦੇ ਨੇ, ਇੱਥੋਂ ਖੂਨ ਵੀ ਨਿਕਲ ਜਾਂਦਾ। ਕੀ ਕਰਦਾ ਹੈ? ਕਹਿੰਦੇ ਲੇਖ ਮਟਾ ਰਹੇ ਆ, ਪਲੈਨ ਤੇਰੇ ਅੰਦਰ ਚੱਲਦੇ ਨੇ, ਵਿਚਾਰ ਤੇਰੇ ਅੰਦਰ ਚੱਲਦੇ ਨੇ, ਉਹ ਸਤਿਗੁਰਾਂ ਦੇ ਗਿਆਨ ਨੇ ਵਿਚਾਰ ਬਦਲਨੇ ਨੇ, ਗੁਰਬਾਣੀ ਦੇ ਗਿਆਨ ਨੇ ਵਿਚਾਰ ਬਦਲ ਕੇ ਰੱਖ ਦੇਣੇ ਨੇ, ਬਸ ਪਲੈਨ ਬਦਲ ਗਏ, ਲੇਖ ਬਦਲ ਗਏ, ਲੇਖ ਬਦਲੋ, ਪਲੈਨ ਬਦਲੋ, ਹੋਰ ਇੱਥੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕੁਛ ਵੀ। ਇੱਥੇ ਮੱਥੇ ਤੇ ਨਹੀਂ ਲਿਖਿਆ, ਅੰਦਰ ਇਹਦੇ ਵਿਚਾਰ ਚੱਲਦੇ ਨੇ, ਉਹ ਬਦਲਨੇ ਨੇ ਆਪਾਂ। ਜਦੋਂ ਆਪਾਂ ਸੰਗਤ ਕਰਨੇ ਆ, ਸਤਿਗੁਰ ਦੇ ਚਰਨਾਂ ਵਿੱਚ ਆ ਕੇ ਬੈਠਨੇ ਆ, ਹੌਲੀ 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 ਬਸ ਵਿਚਾਰ ਹੀ ਸਾਰੇ ਦੇ ਸਾਰੇ ਵਿਚਾਰ ਬਦਲ ਜਾਂਦੇ ਨੇ। ਜਿਹਦੇ ਵਿਚਾਰ ਨਾ ਬਦਲੇ, ਭਾਵੇਂ ਅੰਮ੍ਰਿਤ ਵੀ ਛਕ ਲਿਆ, 20-30 ਸਾਲ ਭਾਵੇਂ ਮਹਾਂਪੁਰਸ਼ਾਂ ਕੋਲ ਫਿਰਦਾ ਰਿਹਾ, ਨਾਲ ਵੀ ਰਹਿੰਦਾ ਰਹੇ, ਭਾਵੇਂ ਕੋਈ ਲੇਖ ਨਹੀਂ ਬਦਲੇ, ਉਹਦੇ ਵਿਚਾਰ ਤੇ ਉਹੀ ਨੇ ਭੈੜੇ, ਗਾਲਾਂ ਅੱਗੇ ਤੂੰ ਵੀ ਦੁੱਗਣੀਆਂ ਕੱਢਦਾ, ਕੰਮ ਸਾਰਿਆਂ ਨਾਲੋਂ ਮਾੜੇ ਕਰਦਾ, ਬਦਲਿਆ ਕੀ? ਇਸ ਕਰਕੇ ਚੇਤਾ ਰੱਖੋ, ਸਾਨੂੰ ਬਦਲਣਾ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਗਿਆਨ ਨੇ ਹੈ, ਬਸ਼ਰਤੇ ਅਸੀਂ ਮੰਨਣ ਨੂੰ ਤਿਆਰ ਹੋਈਏ। ਸ਼ਰਤ ਇਹ ਹੈ ਕਿ ਅਸੀਂ ਤਿਆਰ ਹਾਂ, ਗੁਰਬਾਣੀ ਦੇ ਗਿਆਨ ਨੂੰ ਸਿਰ ਤੇ ਚੁੱਕ ਲਾਂਗੇ, ਦਿਮਾਗ 'ਚ ਫੀਡ ਕਰ ਲਾਂਗੇ। ਤੇ ਮੈਂ ਪਹਿਲੇ ਦੀਵਾਨ 'ਚ ਵੀ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਤੇ ਆਪਾਂ ਸਾਰਿਆਂ ਨੇ ਕਦੀ ਨਾ ਕਦੀ ਸੀਸ ਤੇ ਸੇਵਾ ਕੀਤੀ ਹੋਣੀ ਹੈ, ਚੁੱਕਿਆ ਹੀ ਹੋਣਾ ਹੈ, ਪਰ ਪੰਗਤੀ ਇੱਕ ਨਹੀਂ ਚੁੱਕੀ ਜਾਂਦੀ, ਲੱਤਾਂ ਭਾਰ ਨਹੀਂ ਚੱਲਦੀਆਂ ਸਾਡੀਆਂ। ਤੇ ਜੇ ਬੰਦਾ ਗੁਰੂ ਦੇ ਗਿਆਨ ਨੂੰ ਸਿਰ ਤੇ ਚੁੱਕੇ, ਉਹਦਾ ਜੀਵਨ ਬਦਲ ਜਾਵੇ। ਬਹੁਤ ਵਾਰ ਬੇਨਤੀ ਕਰੀਦੀ ਹੈ, ਸੰਗਤ ਨਵੀਂ ਹੁੰਦੀ ਹੈ ਤਾਂ ਕਰਕੇ ਦੁਬਾਰਾ ਦੁਬਾਰਾ ਵੀ ਕਰਨੀ ਪੈਂਦੀ ਹੈ। ਹੁਣ ਵੇਖੋ ਨਾ, ਬਾਹਰ ਧੱਕੇ ਖਾਂਦਾ ਹੈ, ਬਾਹਰ ਫਿਰਦਾ ਰਹਿੰਦਾ ਹੈ, ਸਤਿਗੁਰੂ ਦੀ ਬਾਣੀ ਨੂੰ ਪੜ੍ਹਿਆ, ਸਤਿਗੁਰ ਦੀ ਬਾਣੀ ਨੂੰ ਸਮਝਿਆ, ਸਤਿਗੁਰ ਦੀ ਬਾਣੀ ਨੂੰ ਵਿਚਾਰਿਆ, ਤੇ ਬਾਣੀ 'ਚ ਲਿਖਿਆ ਪੜ੍ਹ ਲਿਆ, ਜੈਸਾ ਸੰਗ ਬਿਸੀਰ ਸਿਉਂ ਹੈ ਰੇ ਤੈਸੋ ਹੀ ਇਹ ਪਰਗ੍ਰਹਿ। ਕਹਿੰਦੇ ਪਰਾਏ ਥਾਂ ਤੇ ਧੱਕੇ ਮਾਰ ਖਾਣੇ, ਪਰਾਏ ਥਾਂ ਤੇ ਮੂੰਹ ਮਾਰਨਾ, ਭਾਵੇਂ ਉਹ ਬੀਬੀ ਹੈ ਭਾਵੇਂ ਉਹ ਭਾਈ ਹੈ, ਕਹਿੰਦੇ ਸੱਪ ਨਾਲ ਯਾਰੀ ਲਾਉਣ ਵਾਲੀ ਗੱਲ ਹੁੰਦੀ ਹੈ। ਹੁਣ ਬਾਣੀ 'ਚ ਇੱਕ ਪੰਗਤੀ ਆਪਾਂ ਸੁਣ ਲਈ, ਹੁਣ ਇੱਕ ਪੰਗਤੀ ਦਾ ਅਰਥ ਸਾਨੂੰ ਕਥਾ ਵਾਚਕ ਨੇ, ਕਿਸੇ ਵੀਰ ਭਰਾ ਨੇ, ਚਾਹੇ ਕੋਈ ਰਾਗੀ ਸਮਝਾ ਦੇਵੇ, ਕਥਾ ਵਾਚਕ ਕੋਈ ਸਮਝਾ ਦੇਵੇ, ਭਾਵੇਂ ਕੋਈ ਆਪਾਂ ਆਪ ਪੜ੍ਹ ਲਈਏ, ਇੱਦਾਂ ਅਰਥ ਆਪ ਪੜ੍ਹ ਲਓ। ਜਦੋਂ ਇੱਦਾਂ ਪੜ੍ਹ ਲਿਆ ਵੀ ਜੈਸਾ ਸੰਗ ਬਿਸੀਰ ਸਿਉਂ ਹੈ ਰੇ, ਬਾਣੀ ਕਹਿੰਦੀ ਹੈ ਤੈਸੋ ਹੀ ਇਹ ਪਰਗ੍ਰਹਿ, ਵੀ ਪਰਾਏ ਥਾਂ ਤੇ ਧੱਕੇ ਖਾਣੇ, ਇੱਦਾਂ ਜਿਵੇਂ ਸੱਪ ਨਾਲ ਯਾਰੀ ਹੈ। ਹੁਣ ਇੱਕ ਪੰਗਤੀ ਹੈ, ਵੇਖੋ ਇੱਕੋ ਪੰਗਤੀ ਹੈ, ਸਿਰ ਤੇ ਚੁੱਕ ਲੈ, ਇਹਨੂੰ ਫੀਡ ਕਰ ਦਿਮਾਗ 'ਚ ਵੀ ਅੱਜ ਤੋਂ ਬਾਅਦ ਏਕਾ ਨਾਰੀ ਬੋਲੋ, ਏਕਾ ਨਾਰੀ, ਇਹ ਬੀਬੀ ਲਈ ਵੀ ਹੈ ਭਾਈ ਲਈ ਵੀ, ਦੋਵਾਂ ਲਈ, ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਅੱਜ ਤੋਂ ਬਾਅਦ ਅਸੀਂ ਸਮਝ ਗਏ ਗੁਰੂ ਸਾਹਿਬ ਵੀ ਪਰਾਏ ਥਾਂ ਤੇ ਯਾਰੀ ਲਾਉਣੀ ਸੱਪ ਨਾਲ ਯਾਰੀ ਹੈ। ਲਓ ਜੀ, ਅੱਜ ਤੋਂ ਬਾਅਦ ਆਪਾਂ ਨਹੀਂ ਪੁੱਠੇ ਕੰਮ ਕਰਨੇ, ਛੱਡ ਦਿਓ, ਮਾਫ਼ ਕਰਨਾ, ਇਹ ਚੁੱਕ ਸਕਦੀ ਹੈ ਸਾਡੀ, ਇਹਨਾਂ ਇਹ ਚੁੱਕ ਲਵਾਂਗੇ ਪੰਗਤੀ।
कोई बच्चा कोई वीर कोई भरा माफ करना वो सोच सकता है भी चल मना चल बाहर जाके फोन डिलीट करी अज तो बाद नहीं गल्लां बातां करनियां छड़ दिओ मारो गोली आपां अज तो बाद नहीं कर सकता है साड़ी कोई भैन साडा कोई नौजवान वीर चाहे व्याया है मैरिड है अनमैरिड है भावें कोई है भी मनना है असीं गुरु का वचन ते सप्प दी यारी फिर किवें होई कहिंदे बस सप्प जिवें डंग मारदा है बंदे नूं तड़फा के रख दिंदा है ये भी भाव है ये नहीं भी सप्प डंग मारेगा तेनू आके ये नहीं सप्प डंग की मारेगा ये नहीं भी फनी यार सप्प आएगा ते तेरे डंग मार जाएगा इहदा भाव ये नहीं माफ करना बार धक्के खाने वाले हर वेले इदा दुखी रेंदे ने जिवें सप्प डंग मार के तड़फा देंदा ना वो इदा तड़फते ही रेंदे ने किवें इदा इदा दिल करदा हाए किसी नूं पता ना लग जाए मापियां नूं पता ना लग जाए भैन भरावां नूं पता ना लग जाए घर वाली नूं पता ना लग जाए घर वाले नूं पता ना लग जाए इदा इदा दिल धड़कदा रहिंदा है पर सप्प दे डंग मारन वाला जिवें तड़फदा है ना जदों जिहनूं सप्प दा डंग वज्जे बस कहिंदे की फायदा फिर मंजे ते लेटिया होएगा तड़फदा ही रहेगा आखो सतनाम ये नहीं कि सप्प डंग मारेगा सप्प दा डंग वांगू तू दुखी रहेगा ते साडे सामने है पुठे काम करन वाले औखे ही रहिंदे ने उहनां दी जिंद बहुत औखी हुंदी है दिल हल वेर धड़कदा तेज तेज भी हाए पता ना लग जाए हाए पता ना लग जाए हाए पता ना लग जाए फिर हुण की करिए जी बहुत ही जान औखी है सच नालों जिहड़ा बंदा टुटिया मैं बहुत बार कहिंदा हुंदा है ये ना समझो भी सोहने बैड ते पिया है सोहने गद्दे ते पिया है सोहने बिस्तरे ते पिया है गुरु ग्रंथ साहब सच्चे पातशाह कहिंदे ने जिहड़ा बंदा सच्चे नाम नालों परमात्मा नालों टुटिया सच नहीं दुनिया सामने रखदा पर्दे पा के रखदा है ਕਹਿੰਦੇ ਕੋਈ ਬੈੱਡ ਤੇ ਨਹੀਂ ਪਿਆ ਉਹ ਤੇ ਕਹਿੰਦੇ ਚਿੰਤਾ ਦੀ ਮੰਜੀ ਤੇ ਪਿਆ ਚਿੰਤ ਕਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਕਹਿੰਦੇ ਤੈਨੂੰ ਭੁਲਾ ਕੇ ਜਦੋਂ ਮੈਂ ਸੱਚ ਨਾਲੋਂ ਟੁੱਟ ਜਾਂਦਾ ਮੈਂ ਚਿੰਤਾ ਦੀ ਮੰਜੀ ਤੇ ਪੈ ਜਾਂਦਾ ਦੁੱਖਾਂ ਦਾ ਵਾਣ ਹੈ ਚਿੰਤਾ ਤੇ ਪਿਆ ਦੁੱਖਾਂ ਦਾ ਵਾਣ ਹੈ ਤੇ ਇਹ ਹਾਲ ਆਪਣਾ ਸਾਰਿਆਂ ਦਾ ਹੀ ਹੈ ਮਾਵਾਂ ਭੈਣਾਂ ਬੱਚੇ ਕੋਈ ਵੀ ਹੈ ਭਾਵੇਂ ਜਿਹੜਾ ਬੰਦਾ ਸੱਚ ਨਹੀਂ ਦੱਸਦਾ ਮਾਪਿਆਂ ਤੋਂ ਪੜਦੇ ਪਰਿਵਾਰ ਤੋਂ ਪੜਦੇ ਘਰ ਵਾਲੀ ਤੋਂ ਪੜਦੇ ਘਰ ਵਾਲੀ ਘਰ ਵਾਲੇ ਤੋਂ ਪੜਦੇ ਜਿੰਨੇ ਸਾਡੇ 'ਚ ਪੜਦੇ ਹੋਣਗੇ ਸੱਚ ਨਾਲੋਂ ਟੁੱਟਾਂਗੇ ਓਨੀ ਚਿੰਤਾ ਦੀ ਮੰਜੀ ਜ਼ਿਆਦਾ ਵੱਡੀ ਹੁੰਦੀ ਜਾਏਗੀ ਕੋਈ ਹੈ ਭਾਵੇਂ ਚਾਹੇ ਅਸੀਂ ਹਾਂ ਚਾਹੇ ਜੇ ਮੈਂ ਹੁਣ ਇੱਥੇ ਬੈਠ ਕੇ ਝੂਠ ਬੋਲਾਂ ਪੜਦੇ ਪਾਵਾਂ ਤੇ ਅਸੀਂ ਵੀ ਚਿੰਤਾ ਤੇ ਹੀ ਪਵਾਂਗੇ ਪਿਆਰੇ ਉਹ ਆਨੰਦ ਸਾਡੀ ਜ਼ਿੰਦਗੀ 'ਚ ਵੀ ਨਹੀਂ ਰਹੇਗਾ ਭਾਵੇਂ ਕੋਈ ਹੋਵੇ ਪਰਮਾਤਮਾ ਦਾ ਜਿਹੜਾ ਨਿਯਮ ਹੈ ਨਾ ਜਿਵੇਂ ਹੁਣ ਆਪਾਂ ਜਦੋਂ ਇੰਡੀਆ 'ਚ ਰਹਿੰਦੇ ਹਾਂ ਇੰਡੀਆ ਦਾ ਕਾਨੂੰਨ ਤੁਹਾਡੇ ਲਈ ਸਾਡੇ ਲਈ ਸਭ ਲਈ ਇੱਕੋ ਹੀ ਹੈ ਭਾਵੇਂ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਪ੍ਰਧਾਨ ਮੰਤਰੀ ਤੇ ਵੀ ਇੰਡੀਆ ਦਾ ਕਾਨੂੰਨ ਲਾਗੂ ਹੁੰਦਾ ਹੈ ਉਹ ਗੱਲ ਵੱਖ ਹੈ ਵੀ ਇਹ ਧੱਕਾ ਕਰ ਜਾਂਦੇ ਆਪਾਂ ਲਾਗੂ ਸਭ ਤੇ ਹੀ ਹੁੰਦਾ ਹੈ ਪਰਮਾਤਮਾ ਦਾ ਕਾਨੂੰਨ ਸਭ ਤੇ ਲਾਗੂ ਹੁੰਦਾ ਹੈ ਭਾਵੇਂ ਉਹ ਕੋਈ ਹੋਵੇ ਕੋਈ ਨਹੀਂ ਬਚ ਸਕਦਾ ਰੱਬੀ ਕਾਨੂੰਨ ਤੋਂ ਕੋਈ ਬਚ ਹੀ ਨਹੀਂ ਸਕਦਾ ਇਹਦਾ ਤਰੀਕਾ ਕੀ ਹੈ ਬਸ ਬੰਦਾ ਹੁਕਮ ਨੂੰ ਸਮਝ ਲਵੇ ਚੱਲੇ ਹੀ ਸਹੀ ਕੀ ਕਰੀਏ ਫਿਰ ਦੱਸੋ ਅੱਜ ਕਿਵੇਂ ਸੱਪ ਤੋਂ ਬਚੀਏ ਸੱਪ ਦੀ ਜਿਹੜੀ ਯਾਰੀ ਹੈ ਬਾਣੀ ਨੇ ਦੱਸਿਆ ਵੀ ਬੰਦਾ ਸੱਪ ਨਾਲ ਯਾਰੀ ਪਾ ਬਹਿੰਦਾ ਹੈ ਸੱਪ ਜਿਵੇਂ ਡੰਗ ਮਾਰਦਾ ਤੜਫਦਾ ਹੈ ਕੀ ਕਰੀਏ ਬਸ ਬਚਨ ਮੰਨ ਲਓ ਗੁਰੂ ਸਾਹਿਬ ਦਾ ਲਓ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਛੱਡੋ ਖੈੜਾ ਮੰਨ ਲਿਆ ਜਾਨ ਸੌਖੀ ਹੋ ਗਈ ਮੰਨਣਾ ਮੰਨਿਆ ਜਾਂਦਾ ਨਹੀਂ ਦਿਲ ਨਹੀਂ ਪੈਂਦਾ ਫਿਰ ਮਨ ਭਟਕਣ ਲੱਗ ਜਾਂਦਾ ਹੈ ਗਿਆਨ ਤੇ ਥੋੜਾ ਜਿਹਾ ਹੀ ਹੈ ਇੱਧਰ ਧਿਆਨ ਰੱਖਿਓ ਭਾਈ ਇੱਕੋ ਹੀ ਪੰਗਤੀ ਹੈ ਨਾ ਮਨ ਸਮਝਾਵਣ ਕਾਰਨੇ ਕਸ਼ੂਕ ਪੜੀ ਹੈ ਗਿਆਨ ਥੋੜਾ ਜਿਹਾ ਹੀ ਬਹੁਤ ਹੁੰਦਾ ਜੇ ਬੰਦਾ ਸਮਝ ਲਵੇ ਪੰਗਤੀ ਤੇ ਇੱਕ ਹੈ ਇੱਕ ਪੰਗਤੀ ਨੇ ਸਾਡੀ ਜ਼ਿੰਦਗੀ ਬਦਲ ਕੇ ਰੱਖ ਦੇਣੀ ਇਹ ਵੇਖੋ ਸੁਣ ਲਿਆ ਇਸ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਆਪਾਂ ਅੱਜ ਤੋਂ ਬਾਅਦ ਫੈਸਲਾ ਕਰੋ ਵੀ ਕੰਨਾਂ ਨਾਲ ਗਾਣੇ ਨਹੀਂ ਸੁਣਨੇ ਕਿਉਂ ਬਾਣੀ 'ਚ ਲਿਖਿਆ ਵੀ ਮੇਰੇ ਆ ਮਾਲਕਾ ਮੇਰੇ ਕੰਨਾਂ 'ਚ ਇਹਨਾਂ ਸਾਕਤਾਂ ਦੀਆਂ ਗੱਲਾਂ ਨਾ ਪੈਣ ਰੱਬ ਦੀ ਗੱਲ ਨਹੀਂ ਨਾ ਕਰਦੇ ਗੱਲ ਹੀ ਕਿਸੇ ਹੋਰ ਦੀ ਕਰਦੇ ਨੇ
ਇਹ ਵਾਲਾਂ ਦੀਆਂ ਗੱਲਾਂ ਕਰਦੇ ਨੇ, ਚਮੜੀ ਦੀਆਂ ਗੱਲਾਂ ਕਰਦੇ ਨੇ, ਇਹ ਕੱਪੜਿਆਂ ਦੀਆਂ ਗੱਲਾਂ ਕਰਦੇ ਨੇ, ਇਹ ਤੇ ਗੱਲਾਂ ਹੀ ਬੜੀਆਂ ਛੋਟੀਆਂ ਨੇ। ਮੇਰੇ ਕੰਨਾਂ ਵਿੱਚ ਪਰਮਾਤਮਾ ਤੇਰੀ ਸਿਫਤ ਪਵੇ, ਇੱਕ ਪੰਗਤੀ ਬੰਦਾ ਮਨ 'ਚ ਵਸਾ ਲਵੇ, ਛੱਡ ਦਵੇ, ਉਹਦੀ ਜ਼ਿੰਦਗੀ 'ਚ ਸ਼ਾਂਤੀ ਆ ਜਾਂਦੀ ਹੈ। ਪਰ ਹੁਣ ਹਾਲ ਕੀ ਹੈ ਸਾਡਾ, ਅਸੀਂ ਸੁਣ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਮੰਨਣਾ ਨਹੀਂ ਚਾਹੁੰਦੇ। ਤੇ ਜਿਹੜਾ ਇਹ ਇਹਨੂੰ ਕਹਿੰਦੇ ਨੇ ਔਖਾ ਕੰਮ ਹੈ, ਖੰਨੇ ਉਹ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਸ ਰਾਹ ਤੇ ਤੁਰਨਾ, ਵਾਲ ਤੋਂ ਬਰੀਕ ਰਾਹ ਤੇ ਤੁਰਨ ਦੇ ਬਰਾਬਰ ਹੈ, ਖੰਡੇ ਦੀ ਧਾਰ ਤੇ ਤੁਰਨ ਦੇ ਬਰਾਬਰ ਹੈ। ਕੋਈ ਕੋਈ ਹੋਏਗਾ ਜਿਹੜਾ ਮੰਨਦਾ ਹੈ, ਤੇ ਜਿਹੜਾ ਮੰਨਦਾ ਹੈ ਉਹ ਆਪੇ ਹੀ ਸ਼ਾਂਤ ਹੈ, ਉਹਦੀ ਜਾਨ ਸੌਖੀ। ਜਿਹਨੇ ਮਾੜੇ ਕੰਮ ਛੱਡ ਦਿੱਤੇ, ਉਹਦਾ ਫੋਨ ਜਿੱਥੇ ਮਰਜ਼ੀ ਪਿਆ ਰਵੇ, ਕੋਈ ਚੁੱਕ ਲਵੇ, ਉਹਨੂੰ ਫਿਕਰ ਹੀ ਕੋਈ ਨਹੀਂ ਵੀ ਜਿਹੜਾ ਕੋਈ ਨਹੀਂ ਕਿਹੜਾ ਮਾੜਾ ਆਉਣਾ, ਕੋਈ ਫਿਕਰ ਹੀ ਨਹੀਂ। ਕਿਉਂਕਿ ਅੱਜ ਦੀ ਐਗਜ਼ੈਂਪਲ ਹੀ ਦੇਣੀ ਪੈਗੀ, ਅੱਜ ਕੱਲ੍ਹ ਫੋਨਾਂ ਤੋਂ ਫੋਨਾਂ ਬਿਨਾਂ ਤੇ ਚੱਲਦੀ ਨਹੀਂ ਨਾ ਗੱਡੀ। ਅੱਜ ਦੀ ਐਗਜ਼ੈਂਪਲ ਦਿਆਂ ਨਾ ਮੈਂ, ਹੁਣ ਪੁਰਾਣੀਆਂ ਨਹੀਂ ਚੱਲਦੀਆਂ, ਅੱਜ ਕੱਲ੍ਹ ਦੇ ਹਿਸਾਬ ਨਾਲ ਹੀ ਸਮਝਾਂਗੇ, ਪੁਰਾਣੇ ਤਰੀਕੇ ਨਾਲ ਨਹੀਂ ਸਮਝ ਸਕਦੇ। ਅੱਜ ਸਮਝਣਾ ਪੈਣਾ ਵੀ ਅੱਜ ਹੀ ਛੱਡੋ, ਵੀ ਅੱਜ ਤੋਂ ਬਾਅਦ ਮਾੜਾ ਕੰਮ ਛੱਡਿਆ, ਜਾਨ ਸੌਖੀ ਕਰੀਏ। ਮੰਨਣਾ ਔਖਾ ਹੈ, ਸੁਣ ਲੈਣਾ, ਸੁਣਾ ਲੈਣਾ, ਪੜ੍ਹ ਲੈਣਾ, ਪੜ੍ਹਾ ਲੈਣਾ ਬੜਾ ਸੌਖਾ ਹੈ, ਪਰ ਸਤਿਗੁਰਾਂ ਦੇ ਬਚਨ ਨੂੰ ਕਮਾਉਣਾ ਬੜਾ ਔਖਾ। ਪਰ ਸੁਣਤ ਕਮਾਵਤ ਹੋਤ ਉਧਾਰ, ਜਿਹੜਾ ਸੁਣੇ, ਜਿਹੜਾ ਕਮਾਏ, ਉਹਦਾ ਉਧਾਰ ਹੋ ਜਾਂਦਾ, ਉਹਦਾ ਭਲਾ ਹੋ ਜਾਂਦਾ, ਉਹ ਸੁਖੀ ਹੋ ਜਾਂਦਾ, ਉਹ ਸ਼ਾਂਤ ਹੋ ਜਾਂਦਾ। ਫਿਰ ਸੁਖੀ ਹੋਈਏ, ਸਤਿਗੁਰਾਂ ਨੇ ਤੇ ਕਿਰਪਾ ਕਰ ਦਿੱਤੀ, ਗਿਆਨ ਤੇ ਦੇ ਦਿੱਤਾ, ਹੁਣ ਗਾਂ ਮੰਨਣ ਵਾਲੇ, ਹੁਣ ਸਾਡੇ 'ਚ ਕਮੀ ਹੈ। ਤੇ ਜੇ ਸਾਡੇ 'ਚ ਕਮੀ ਹੈ, ਆਪਾਂ ਬਹੁਤ ਵਾਰ ਪੜ੍ਹਦੇ ਹਾਂ, ਇੱਕ ਵਾਰੀ ਬੋਲ ਕੇ ਪੜ੍ਹ ਦਿਓ, ਕਬੀਰ ਸੱਚਾ ਸਤਿਗੁਰ ਕਿਆ ਕਰੇ, ਗੁਰੂ ਸੱਚਾ ਹੈ ਕੀ ਕਰੇ, ਗੁਰੂ ਦਾ ਗਿਆਨ ਸੱਚਾ ਹੈ, ਗੱਲਾਂ ਸੱਚੀਆਂ ਨੇ, ਪਰ ਸੱਚਾ ਗੁਰੂ ਹੈ ਕੀ ਕਰੇ ਜਦੋਂ ਅਗਲਾ ਮੰਨਣਾ ਹੀ ਨਹੀਂ ਚਾਹੁੰਦਾ। ਪੜ੍ਹੋ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਦੇਖ ਨਾ ਲਗਈ, ਜਿਉ ਬਾਂਸ ਵਜਾਈਏ ਫੂਕ। ਅੰਨਿਆਂ ਨੂੰ ਕਹਿੰਦੇ ਇੱਕ ਨਹੀਂ ਲੱਗਦੀ, ਜਦੋਂ ਘਾਟ ਸਾਡੇ 'ਚ ਹੈ, ਕਮੀ ਸਾਡੇ 'ਚ ਹੈ, ਗੁਰੂ ਪੂਰਾ ਹੈ ਕੀ ਕਰੇ। ਜਿਵੇਂ ਮਾਪੇ ਚੰਗੇ ਨੇ, ਔਲਾਦ ਨਲਾਇਕ ਹੈ, ਮਾਪੇ ਕੀ ਕਰਨ, ਸਮਝਾਉਂਦੇ ਬਥੇਰਾ ਨੇ, ਆਖੇ ਹੀ ਨਹੀਂ ਲੱਗਦਾ ਪੁੱਤ ਵਿਗੜ ਗਿਆ, ਆਖੇ ਨਹੀਂ ਲੱਗਦਾ ਮਾਪੇ, ਮਾਪਿਆਂ ਦਾ ਕਸੂਰ ਹੀ ਜਦੋਂ ਸੁਣਦਾ ਹੀ ਨਹੀਂ, ਗੁਰੂ ਦਾ ਕੀ ਕਸੂਰ ਹੈ। ਜੇ ਸਿੱਖ ਨੇ ਇੱਦਾਂ ਕੰਨਾਂ ਤੇ ਹੱਥ ਰੱਖ ਲੈਣਾ, ਮੈਂ ਨਹੀਂ ਸੁਣਨਾ, ਤੇ ਜਿਹੜੇ ਤੁਹਾਡੇ 'ਚ ਸਿੰਘ ਸਿੰਘਣੀਆਂ ਸਹਿਜ ਪਾਠ ਕਰਦੇ ਨੇ, ਉਹਨਾਂ ਨੂੰ ਪਤਾ ਹੈ ਉਹ ਕੋਈ ਇਹੋ ਜਿਹਾ ਟੌਪਿਕ ਹੈ ਹੀ ਨਹੀਂ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਗਿਆਨ ਨਾ ਦਿੱਤਾ ਹੋਵੇ। ਕੋਈ ਜ਼ਿੰਦਗੀ ਦਾ ਐਸਾ ਟੌਪਿਕ ਨਹੀਂ ਸਾਡੀ ਦਾ, ਕੋਈ ਐਸਾ ਚੈਪਟਰ ਹੀ ਨਹੀਂ ਜਿਹਦੇ ਬਾਰੇ ਗੁਰੂ ਸਾਹਿਬ ਨਾ ਬੋਲੇ ਹੋਣ, ਨਾ ਬਚਨ ਕੀਤਾ ਹੋਵੇ। ਹਰ ਪਲ ਸਮਝਾਉਂਦੇ ਆ ਵੀ ਆਹ ਆਹ ਛੱਡ ਦੇ, ਆਹ ਛੱਡ ਦੇ, ਬਸ ਜਿਵੇਂ ਜਿਵੇਂ ਮਾੜੇ ਕੰਮ ਛੱਡੀਏ ਤੇ ਜਿੰਦ ਸੌਖੀ ਹੁੰਦੀ ਹੈ, ਤੇ ਜੇ ਨਹੀਂ ਮੰਨਣੀ ਫਿਰ ਮਾਫ਼ ਕਰਨਾ। ਆਪਾਂ ਇੱਦਾਂ ਕਹਿੰਦੇ ਹਾਂ ਵੀ ਖਾ ਤੱਕੇ ਖਾਈ ਜਾ, ਫਿਰ ਕੀ ਹੈ, ਜਿਹਨੇ ਜਿੱਦਾਂ ਦਾ ਬੀਜਣਾ ਹੈ। ਜਿਵੇਂ ਆਪਾਂ ਕੱਲ ਵਾਲੇ ਸ਼ਬਦ ਦੀ ਆਪਾਂ ਇਹੀ ਵਿਚਾਰ ਕੱਲ ਕੀਤੀ ਸੀ ਨਾ ਵੀ ਖਾਏ ਖਾਏ ਕਰੇ ਬਦਫੈਲੀ, ਜਾਣ ਵਿਸੂ ਕੀ ਵਾੜੀ ਜੀਓ, ਖਾ ਖਾ ਕੇ ਬਦਫੈਲੀਆਂ ਕਰਨੀਆਂ ਨੇ ਤੇ ਕਰੀ ਜਾ। ਹੁਣ ਵੇਖੋ ਨਾ, ਕਿੱਕਰ ਜਿਹੜੇ ਬੰਦੇ ਨੇ ਬੀਜਿਆ, ਕਿੱਕਰ ਬੀਜ, ਉਦੋਂ ਬਾਅਦ ਅਰਦਾਸ ਕਰਾ ਵੀ ਸੱਚੇ ਪਾਤਸ਼ਾਹ ਮੈਂ ਬੀਜਿਆ ਕਿੱਕਰ, ਦਾਖਾਂ ਲੱਗ ਜਾਣ, ਬੀਜਿਆ ਕਿੱਕਰ ਕਿਵੇਂ ਲੱਗਣ, ਤੂੰ ਖੰਡ ਪਾਠ ਕਰਾ ਦੇ ਵੀ ਦਾਖਾਂ ਲੱਗਣ, ਤੂੰ ਭਾਵੇਂ ਕੋਤਰੀ ਕਰਾ ਦੇ ਦਾਖਾਂ ਲੱਗਣ ਨਾ। ਗੁਰੂ ਤੋਂ ਗਿਆਨ ਲੈ ਵੀ ਤੂੰ ਬੀਜਿਆ ਗਲਤ ਹੈ, ਤੂੰ ਬੀਜ ਸਹੀ ਕਰ, ਫਿਰ ਦਾਖਾਂ ਲੱਗਣਗੀਆਂ, ਕਿੱਕਰ ਨਹੀਂ ਬੀਜਣੇ। ਹੁਣ ਸਾਡਾ ਹਾਲ ਕੀ ਹੈ, ਕੰਮ ਮਾੜੇ ਛੱਡਣੇ ਨਹੀਂ, ਦੇਗਾਂ ਪੂਰੀਆਂ ਕਰਾਉਂਦੇ ਹਾਂ, ਨਹਾਉਂਦੇ ਵੀ ਹਾਂ ਜੀ, ਦੇਗਾਂ ਵੀ ਕਰਾਉਂਦੇ ਹਾਂ, ਖੰਡ ਪਾਠ ਵੀ ਕਰਾਉਂਦੇ ਹਾਂ, ਲੰਗਰ ਵੀ ਲਾਉਂਦੇ ਹਾਂ, ਪਰ ਬੀਜ ਦੇ ਕਿੱਕਰ ਹੀ ਆ, ਚੁੱਭਣਗੀਆਂ ਸੂਲਾਂ ਹੀ, ਬੀਜ ਨਹੀਂ ਬਦਲਦੇ। ਬੀਜ ਬਦਲੋ, ਆਪਾਂ ਸਾਰੇ ਬੀਜ ਬਦਲੀਏ। ਤੇ ਇੱਕ ਗੱਲ ਹੋਰ, ਜਿਹੜਾ ਕਿੱਕਰ ਦਾ ਬੀਜ ਹੈ ਨਾ,
बीज नू ते दाखा नहीं ना लगी बीज नू ते की कंडे नहीं लगे हुंदे बीज ते प्यारा ही बहुत लगता है तुसी किकर दा बीज इतना हाथ च फड़ो इतना बहुत मलायम ते बड़ा प्यारा लगता है किकर दा बीज ओदो नहीं सूलां ते बाद च लग दिया ने एकदम नहीं लगती टाइम लगना है सूलां लगन ते अज ते स्वाद लगता है ना भी ठंड जी है जी अज मुर्गा चाहिदा मैनू शराब चाहिदी है मैनू अज कहिंदा है भी मेरा इन्ना पुठे कम्मा बिना सरदा नहीं ले यार माड़ा मोटा दिल परचावा भी तो करना ही हुंदा हुण म्यूजिक ते नहीं माड़ा आपां कहिंदे आ भी माड़ा मोटा गाना दा माड़ा मोटा की कहिंदा आपां कहिंदे आ सारे अपनियां बोलियां ने की माड़ा चल जे माड़ा मोटा सुन लैना माड़ा मोटा इदां कर लैना माड़ा मोटा खा लैने आ पर ये चेता रखिए कि ओ जिहड़ी किकर नूं नहीं कंडे लगे हुंदे ओ ते कंडे बाद च लगने समा पएगा हुण बीज के किकर आया बाद च खंड पाठ करा भी हुण दाखा लगन ना बाणी ने ज्ञान ए देना है भी चल हुण बीज बदल बीज बदल बाणी ने बीज बदला देना साडा साडे कर्म बदल देने ने ते जे कर्म नहीं बदलदे भावे जिथे मर्जी ना हो मैं कहना आशीर्वाद ऐदा भावे तू जिन्ने मर्जी इदा हाथ रखा जो मर्जी करी जा भावे क्लीयर गल है कुछ नहीं हो सकता आशीर्वादां नाल कल्लियां नाल गल नहीं बनदी मेरे वर्गे महात्मा दे बिल्कुल नाल रहिंदे ने रोज हाथ लगता उन्हां दा पर तुहाडे ते सामने है बथेरे इदां दे हुंदे ने कख नहीं खटिया नाल रहण नाल बहण नाल कख नहीं खटिया खाली तुहानूं भी बथेरे तजर्बे ने इदां दे तुसीं वेखे ने इदां दे लोक ता करके बेनती करदा है भी असल च हुण वेखो ना संतां नाल प्यार करदे आ ते मैं बहुत वार बेनती करदा हुन्ना है संत शरीर हुंदा है कि कमाई हुंदी है बोलो संत शरीर हुंदा है कि कमाई हुंदी है दसो कमाई बोलो कमाई अच्छा संत गुण हुंदा है कि शरीर हुंदा है गुण अच्छा हुण मैनू दसो जेड़ा गुण है प्यार गुण नाल करना है कि शरीर नाल करना है गुण नाल गुणा दे आपां वैरी हैं प्यार केड़े संतां नाल करदे हैं गुणा दे ते रज के वैरी हैं आपां आ भी नहीं मनना आ भी नहीं करना आ भी नहीं करना प्यार दा दावा झूठा है साडा जेड़े शरीर दी गल करदा है वो ते चले गए जेड़े शरीर नाल प्यार दी गल करदा है शरीर ते चलिया गया जां फिर एक है भी मैं शरीर नाल प्यार करदा मैं गुण नाल नहीं करदा जे शरीर नाल करदा है ते शरीर ते गए प्यार गुण नाल करना सी गुण नाल गुणा दे वैरी इहनू पता बाणी च की लिखिया है संतां नाल वैर कमावंदे दुष्टां नाल मोह प्यार इत है उथे सुख नहीं मर जम्मे है वारो वार इत्थे उत्थे सुख नहीं कहिंदे सुरत करके वह जमदे मरदे ही रहने ने भाई मेरी बेनती ध्यान नाल सुनो संतां नाल वैर हुंदा है गुणा नाल वैर करदा है गुणा नाल गुणा दा वैरी है प्यार किहदे नाल करदा है तेनूं सोहना किन्ने बनाउणा सी मैं वेखो इत्थे बैठा सानूं वी लोकी चलो संत कह दिंदे ने मैं तुहानूं किदां सोहना बना सकदा मैनूं दसो सोना कौन बनाउंदा गुण फिर हम संतन की हम संतन की संत हमारी बोलो संत हमारा गहना क्यों पाउणा है सोहने लगी संत मतलब गुण गुण जदों मेरी जिंदगी च आ गया तो फिर मैं की बन गया सोहना संत हमारा मैनू सोहना बनाता गुण ने अच्छा चेता रखियो जे तू गुण ना लिया सोहना नहीं बन सकता फिर तो खाली रह गए आप इहदा मतलब की होया भुलेखा पै गया आखो सतनाम आपां भुलेखे चां जी
ਸਾਡਾ ਭੁਲੇਖਾ ਹੈ ਇਹਨੂੰ ਦੂਰ ਕਰੋ, ਸਹੀ ਸਹੀ ਕੰਸਨਟ੍ਰੇਟ ਕਰੋ, ਧਿਆਨ ਗੁਣ ਚ ਰੱਖੋ, ਗੁਣ ਚ ਸਰੀਰ ਦੇ ਜ਼ਰੀਆ ਹੈ, ਉਸ ਸਰੀਰ ਦੀ ਰਿਸਪੈਕਟ ਹੈ, ਉਸ ਸਰੀਰ ਦਾ ਸਤਿਕਾਰ ਹੈ, ਪਰ ਗੁਣ ਲੈਣੇ ਨੇ। ਵੇਖੋ ਤੁਹਾਡੇ ਚ ਜਿਹੜੇ ਗੁਣ ਨੇ ਉਹ ਮੈਂ ਸਿੱਖਣੇ ਨੇ, ਸੰਤ ਨੇ ਮੈਂ ਸਿੱਖਣੇ ਨੇ, ਗੁਣ ਲੈਣੇ ਨੇ ਨਾ, ਜਿੰਨੇ ਤੁਹਾਡੇ ਚ ਗੁਣ ਨੇ ਉਹ ਸੰਤ ਨੇ। ਔਗਣ ਦੁਸ਼ਟ ਹੁੰਦਾ ਹੈ, ਅਸੀਂ ਦੁਸ਼ਟਾਂ ਨਾਲ ਵੈਰ ਕਰਨਾ ਹੈ, ਸੰਤਾਂ ਨਾਲ ਪਿਆਰ ਕਰਨਾ ਹੈ, ਗੁਣਾਂ ਨਾਲ ਪਿਆਰ ਕਰਨਾ ਹੈ। ਮੇਰੇ ਚ ਤੁਹਾਨੂੰ ਕੋਈ ਚੰਗੀ ਗੱਲ ਲੱਗੇ ਉਹ ਤੁਸੀਂ ਲਓ, ਤੁਹਾਡੇ ਚੋਂ ਚੰਗੀ ਗੱਲ ਮੈਨੂੰ ਲੱਗੇ ਉਹ ਮੈਂ ਸਿੱਖ ਲਾਂ। ਇਹਨੂੰ ਕਹਿੰਦੇ ਨੇ ਸਾਂਝ ਕਰੀਜੈ ਗੁਣ ਹੈ, ਛੋੜ ਅਵਗੁਣ। ਔਗੁਣਾਂ ਨਾਲ ਵੈਰ ਨਾ ਕਰੀ ਕਦੀ ਵੀ, ਔਗੁਣਾਂ ਨਾਲ ਮਾਫ ਕਰਨਾ, ਪਿਆਰ ਨਾ ਕਰ, ਗੁਣਾਂ ਨਾਲ ਵੈਰ ਨਾ ਕਰੀ। ਪਰ ਅਸੀਂ ਗੁਣਾਂ ਦੇ ਵੈਰੀ ਆ, ਕਮਾਈ ਦੇ ਵੈਰੀ ਆ, ਪਿਆਰ ਪਤਾ ਨਹੀਂ ਕਿਹਦੇ ਨਾਲ ਕਰਦੇ ਆ। ਫਿਰ ਇਹਨੂੰ ਕਹਿ ਸਕਨੇ ਆ ਤੇਰਾ ਭਰਾ ਭਰਾ ਵਾਲਾ ਪਿਆਰ ਹੋਣਾ ਹੈ, ਤੇਰਾ ਪਿਓ ਪੁੱਤ ਵਾਲਾ ਪਿਆਰ ਹੋਣਾ ਹੈ। ਤੂੰ ਸੰਤਾਂ ਕੋਲ ਜਾਣਾ, ਤੇਰਾ ਪਿਓ ਪੁੱਤ ਵਾਲਾ ਪਿਆਰ ਹੋਣਾ ਹੈ, ਤੇਰਾ ਦੋਸਤ ਵਾਲਾ ਪਿਆਰ ਹੋਣਾ ਹੈ। ਪਰ ਜੇ ਸੰਤ ਨਾਲ ਪਿਆਰ ਕਰਨਾ ਸੀ ਤੇ ਸੰਤ ਸਰੀਰ ਨਹੀਂ ਸੀ, ਗੁਣ ਸੀ। ਗੁਣ ਤੇ ਚੇਤਾ ਰੱਖਿਓ, ਗੁਣ ਅਵਗੁਣ ਸਾਰਿਆਂ 'ਚ ਹੁੰਦੇ ਨੇ, ਭਾਵ ਚੰਗੀ ਤੇ ਮਾੜੀ ਬਿਰਤੀ ਤੁਹਾਡੇ 'ਚ ਵੀ ਹੈ ਤੇ ਸਾਡੇ 'ਚ ਵੀ ਹੈ। ਇਹ ਚੰਗੇ ਮਾੜੇ ਗੁਣ ਸਾਰਿਆਂ 'ਚ ਹੀ ਹੁੰਦੇ, ਔਗਣ ਵੀ ਤੇ ਗੁਣ ਵੀ। ਤੇ ਅਸੀਂ ਕੀ ਸਿੱਖਣਾ ਹੈ? ਗੁਣ ਗੁਣ ਲੈਣੇ ਨੇ, ਗੁਣਾਂ ਨਾਲ ਸਾਂਝ ਪਾਓ, ਤੇ ਜਿਹੜੇ ਗੁਣ ਨੇ ਇਹ ਤੇਰੇ ਕੰਮ ਆ ਜਾਣਗੇ। ਸੰਤ ਸਹਾਈ, ਗੁਣ ਤੇਰੀ ਜ਼ਿੰਦਗੀ ਦੇ ਸਹਾਇਕ ਹੋਣਗੇ, ਸੋਹਣਾ ਬਣਾਉਣਗੇ ਤੈਨੂੰ, ਤੇਰੇ ਮਨ ਨੂੰ ਸੋਹਣਾ ਬਣਾ ਦੇਣਗੇ, ਤੇਰੀ ਜਿੰਦ ਨੂੰ ਸੋਹਣਾ ਬਣਾ ਦੇਣਗੇ। ਸੰਤ ਗੁਣ ਸਹਾਈ ਜੀ ਕੇ ਭਵਜਲ ਤਾਰਨ, ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ। ਗੁਣ ਲੈਣੇ ਨਾ ਭੁੱਲ, ਗੁਣਾਂ ਨਾਲ ਪਿਆਰ ਕਰ। ਤਾਂ ਕਰਕੇ ਉੱਥੇ ਹੀ ਖੜੇ ਰਹਿ ਗਏ। ਜੇ ਆਪਾਂ ਆਹ ਗੱਲ ਪੜ੍ਹਦੇ ਹਾਂ ਵੀ ਸੰਤ ਨਹੀਂ ਮਰਦੇ, ਜੇ ਸਰੀਰ ਨੂੰ ਕਹਿੰਦੇ ਹਾਂ ਫਿਰ ਤੇ ਕਾਂਗੇ ਚਲੇ ਗਏ। ਸਰੀਰ ਤੇ ਸਾਡੇ ਸਾਹਮਣੇ, ਜੇ ਹੁਣ ਆਪਾਂ ਨੂੰ ਜੇ ਕੋਈ ਬੰਦਾ ਪੁੱਛੇ ਵੀ ਤੇਰੇ ਸਾਹਮਣੇ ਤੇ ਸੰਸਕਾਰ ਹੋ ਗਿਆ, ਤੂੰ ਕਹਿੰਦਾ ਮਰਦੇ ਨਹੀਂ, ਇਹ ਤੂੰ ਪੜ੍ਹੀ ਕਿਵੇਂ ਜਾਂਦਾ, ਸਾਹਮਣੇ ਤੇ ਚਲੇ ਗਏ, ਫਿਰ ਆਪਾਂ ਕੀ ਕਹਾਂਗੇ? ਨਾ ਨਾ ਨਾ, ਗੁਣ ਨਹੀਂ ਮਰਦੇ। ਇਹੀ ਜਵਾਬ ਦੇਵਾਂਗੇ ਵੀ ਮੈਂ ਸਰੀਰ ਨੂੰ ਨਹੀਂ ਕਹਿੰਦਾ, ਕਮਾਈ ਨਹੀਂ ਮਰਦੀ। ਅੱਛਾ ਜੀ, ਕਮਾਈ ਗੁਣ, ਅੱਛਾ ਅੱਛਾ, ਫਿਰ ਤੇਰਾ ਗੁਣਾਂ ਨਾਲ ਪਿਆਰ ਹੈ, ਫਿਰ ਹੁੰਦਾ ਕਿਉਂ ਹੈ ਵੀ ਮਰ ਚੜ੍ਹਾਈ ਕਰਕੇ? ਉਹ ਤੇ ਸਰੀਰ ਗਿਆ, ਗੁਣ ਤੇ ਤੇਰੇ ਕੋਲ ਹੀ ਨੇ। ਆਖੋ ਸਤਨਾਮ, ਜਦੋਂ ਮਰਜ਼ੀ ਲਾਹ ਲੈ, ਤੇਰੇ ਕੋਲ ਨੇ ਸਿੱਖ। ਭਾਵ ਕਿ ਗੁਣ ਸਾਡੀ ਜ਼ਿੰਦਗੀ ਬਦਲ ਦੇਣਗੇ। ਗੁਣ ਸਿੱਖਣੇ ਸੀ, ਗੁਣ ਲੈਣੇ ਸੀ, ਇਹਨਾਂ ਨੇ ਸਾਨੂੰ ਸੋਹਣੇ ਬਣਾ ਦੇਣਾ ਭਾਈ। ਇਹ ਪਿਆਰ ਕਰਨਾ ਸਿੱਖੀਏ, ਸਰੀਰ ਨਾਲ ਪਿਆਰ ਕਰਕੇ ਗੱਲ ਨਹੀਂ ਬਣੇਗੀ, ਗੁਣਾਂ ਨਾਲ ਸਾਂਝ ਬਣਾਈਏ, ਗੁਣਾਂ ਨਾਲ। ਔਗਣ ਭਾਵੇਂ ਸਾਡੇ ਕਿਸੇ ਖਾਸ ਵਿੱਚ ਆਪਣੇ ਵਿੱਚ ਵੀ ਹੋਵੇ, ਉਹਨੂੰ ਛੱਡ ਦੇ, ਗੁਣ ਪ੍ਰਾਪਤ ਕਰ। ਭਾਵੇਂ ਕਿਸੇ 'ਚ ਹੋਵੇ, ਬਗਾਨੇ 'ਚ ਹੋਵੇ, ਦੁਸ਼ਮਣ 'ਚ ਵੀ ਹੋਵੇ, ਘਾਟਾਂ ਆਪਣੀਆਂ ਵੇਖੀਆਂ ਵੇਖਣੀਆਂ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਘਰ ਬੂਝਿਆ ਮੀਤ ਹਮਾਰਾ ਸੋਏ। ਇੱਕ ਇੱਕ ਗੱਲ ਨੂੰ ਧਿਆਨ ਨਾਲ ਸਮਝੀਏ ਭਾਈ। ਵੇਖੋ ਨਾ ਜੀ, ਜੇ ਸਾਨੂੰ ਡਾਇਰੈਕਸ਼ਨ ਸਹੀ ਮਿਲੇਗੀ, ਅਸੀਂ ਫਿਰ ਉਸ ਮੁਤਾਬਕ ਸਾਡੀ ਸੋਚ ਬਣ ਜਾਂਦੀ, ਫਿਰ ਅਸੀਂ ਗੁਣ ਲੱਭਣ ਲੱਗ ਜਾਂਦੇ, ਫਿਰ ਵੇਖਾਂਗੇ ਵੀ ਗੁਣਾਂ ਨਾਲ ਸਾਂਝ ਪਾਈਏ, ਗੁਣ ਲੱਭੀਏ, ਆਪਣੀਆਂ ਘਾਟਾਂ ਵੇਖੀਏ। ਕਬੀਰ ਸਭ ਤੇ ਹਮ ਬੁਰੇ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਸਾਰਿਆਂ ਤੋਂ ਮਾੜਾ ਮਨਾ।
ਖੋਲਿਆ ਜੇ ਹੋਵੇ ਸੰਗਤ ਬੋਲੋ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਗੁਣ ਪ੍ਰਾਪਤ ਕਰਨੇ ਸੰਤਾਂ ਨਾਲ ਪਿਆਰ ਕਰਨਾ ਪਰ ਕਰੀਏ ਕੀ ਪੌੜੀ ਪੜੋ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਿਗੁਰ ਪਾਸ ਮਨ ਦੀ ਕਠੋਰਤਾ ਹੈ ਨਾ ਜਿਨ੍ਹਾਂ ਦੇ ਕੋਲ ਧਿਆਨ ਰੱਖਿਓ ਅੰਦਰੋਂ ਕਠੋਰ ਨੇ ਜਿਹੜੇ ਉਹ ਨਹੀਂ ਬਹਿੰਦੇ ਸਤਿਗੁਰਾਂ ਦੇ ਕੋਲ ਉਹ ਗੁਣ ਨਹੀਂ ਲੈਣਗੇ ਕਦੀ ਮਾੜੇ ਬੰਦਿਆਂ ਨਾਲ ਕੂੜ ਕੂੜ ਹੈ ਨਿਹੋ ਲੱਗਾ ਵਿਸਰਿਆ ਕਰਤਾਰ ਬੀਬੀਆਂ ਕੂੜਾ ਹੋਂਜਦੀਆਂ ਨੇ ਅੰਦਰ ਨੂੰ ਥੋੜਾ ਲੈ ਕੇ ਜਾਂਦੀਆਂ ਪੇਟੀ 'ਚ ਥੋੜਾ ਰੱਖਦੀਆਂ ਅਲਮਾਰੀ 'ਚ ਥੋੜਾ ਰੱਖਦੀਆਂ ਬੈੱਡਰੂਮ ਨੂੰ ਥੋੜਾ ਜਾਂਦਾ ਜਿੰਨਾ ਗੰਦ ਮੰਦ ਇਕੱਠਾ ਕੀਤਾ ਉਹਨਾਂ ਨੇ ਬਾਹਰ ਢੇਰੀ ਲਾ ਦੇਣੀ ਹੈ ਉੱਥੋਂ ਫਿਰ ਹੌਲੀ ਹੌਲੀ ਵੱਡੀ ਢੇਰੀ ਤੇ ਵੱਡੀ ਤੋਂ ਹੌਲੀ ਹੌਲੀ ਉਹ ਰੂੜੀਆਂ ਤੇ ਪਹੁੰਚ ਜਾਂਦਾ ਕੂੜੇ ਨੇ ਕੂੜੇ ਕੋਲ ਹੀ ਪਹੁੰਚ ਜਾਣਾ ਹੁੰਦਾ ਝੂਠਿਆਂ ਨੇ ਝੂਠਿਆਂ ਕੋਲ ਹੀ ਬਹਿਣਾ ਜਾ ਕੇ ਮਾੜਿਆਂ ਨੂੰ ਮਾੜੇ ਹੀ ਚੰਗੇ ਲੱਗਦੇ ਨੇ ਵਿਗੜਿਆਂ ਨੂੰ ਵਿਗੜੇ ਹੀ ਚੰਗੇ ਲੱਗਦੇ ਨੇ ਬਿਰਤੀ ਜਿਨ੍ਹਾਂ ਦੀ ਮਾੜੀ ਹੋਵੇ ਉਦਾਂ ਦੀਆਂ ਗੱਲਾਂ ਬਾਤਾਂ ਕਰਨ ਵਾਲਿਆਂ ਨਾਲ ਯਾਰੀ ਹੁੰਦੀ ਹੈ ਕਹਿੰਦੇ ਬੰਦੇ ਨੂੰ ਪਰਖਣਾ ਹੋਵੇ ਉਹਦੇ ਯਾਰ ਵੇਖੋ ਕਿੱਦਾਂ ਦੇ ਨੇ ਬਹਿੰਦਾ ਕਿੰਨਾ ਚ ਯਾਰੀ ਕਿੰਨਾ ਚ ਹੈ ਯਾਰੀ ਕਿੰਨਾ ਨਾਲ ਹੈ ਉਹਦੀ ਕਹਿੰਦੇ ਵੇਖੋ ਬੰਦਾ ਕਿੱਦਾਂ ਨਿਆਣਿਆਂ ਦੀ ਗੱਲ ਛੱਡੋ ਨੌਜਵਾਨਾਂ ਦੀ ਛੱਡੋ ਵੱਡੇ ਨਹੀਂ ਸੁਧਰਦੇ ਵੱਡੇ ਸਿਆਣੇ ਬਿਆਣੇ ਜਿਹੜੇ ਨੇ ਉਹ ਵੀ ਉਹਨਾਂ ਜੁੰਡੀ ਦੀਆਂ ਯਾਰਾਂ ਨਾਲ ਬੈਠਦੇ ਨੇ ਜਿਹੜੇ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਕਰਦੇ ਨੇ ਉਹ ਚੰਗੇ ਲੱਗਦੇ ਨੇ ਤੇ ਜੇ ਕੋਈ ਬਾਣੀ ਦੀ ਗੱਲ ਕਰਨ ਲੱਗ ਪਏ ਕਹਿਣਗੇ ਛੱਡ ਵੱਡਾ ਬਾਬਾ ਬਣਿਆ ਫਿਰਦਾ ਉਹਨੂੰ ਮਜ਼ਾਕ ਕਰਦੇ ਨੇ ਸਾਰੇ ਉਹਨੂੰ ਮਜ਼ਾਕ ਕਰਦੇ ਨੇ
ਉਹਦੀ ਖਿੱਲੀ ਉਡਾਉਂਦੇ ਨੇ ਜਿਹੜਾ ਕੋਈ ਸਹੀ ਗੱਲ ਕਰੇ ਸਿਆਣੀ ਗੱਲ ਕਰੇ ਉਹਨੂੰ ਹਾਸੇ 'ਚ ਲੈ ਜਾਂਦੇ ਨੇ ਇਸ ਕਰਕੇ ਭਾਈ ਵਿਗੜੇ ਹੋਏ ਨੇ ਜਿਹੜੇ ਆ ਪੜੋ ਸਤਿਗੁਰੂ ਜੀ ਦਾ ਬਚਨ ਜਿਨਕੇ ਚਿਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ ਉਹ ਨਹੀਂ ਬਹਿੰਦੇ ਕਦੀ ਨੇੜੇ ਆ ਕੇ ਅੰਦਰੋਂ ਕਠੋਰ ਨੇ ਜਿਹੜੇ ਪੱਥਰ ਵਰਗੇ ਨੇ ਅਸਰ ਹੀ ਕੋਈ ਨਹੀਂ ਉਹਨਾਂ ਨੇ ਨਹੀਂ ਬਹਿਣਾ ਸੱਚੇ ਗਿਆਨ ਦੇ ਨੇੜੇ ਸਤਿਗੁਰ ਦਾ ਅਰਥ ਹੈ ਸੱਚੇ ਗਿਆਨ ਦੇ ਨੇੜੇ ਇਹ ਵੀ ਨਾਲ ਭੁੱਲ ਨਾ ਜਾਇਓ ਅਸੀਂ ਗੁਰਦੁਆਰਿਆਂ 'ਚ ਰਹਿਣ ਵਾਲੇ ਵੀ ਕਠੋਰ ਹੋ ਸਕਦੇ ਹਾਂ ਜੇ ਕਿਤੇ ਤੁਸੀਂ ਇਹ ਸਮਝ ਲਓ ਵੀ ਅਸੀਂ ਤੇ ਬਹਿੰਦੇ ਹਾਂ ਕੋਲ ਇਹਨੂੰ ਨੇੜੇ ਬਹਿਣ ਨੂੰ ਜਿਵੇਂ ਆਪਾਂ ਬੈਠੇ ਹਾਂ ਇਹਨੂੰ ਨੇੜੇ ਬਹਿਣਾ ਨਹੀਂ ਕਹਿੰਦੇ ਜਿਵੇਂ ਆਪਾਂ ਬੈਠੇ ਹਾਂ ਕੋਲ ਰਹਿਣ ਨੂੰ ਨੇੜੇ ਬਹਿਣਾ ਨਹੀਂ ਕਹਿੰਦੇ ਗੁਰਦੁਆਰੇ 'ਚ ਹੀ ਕਮਰਾ ਹੈ ਇਹਨੂੰ ਨੇੜੇ ਬਹਿਣਾ ਨਹੀਂ ਕਹਿੰਦੇ ਸੱਚੇ ਗਿਆਨ ਦੇ ਨੇੜੇ ਜਿੱਦਣ ਮੇਰਾ ਮਨ ਚਲਿਆ ਜਾਏਗਾ ਉਦਣ ਮੈਂ ਨੇੜੇ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰ ਦਾ ਮਤਲਬ ਹੈ ਸੱਚਾ ਗੁਰ ਸੱਚਾ ਗਿਆਨ ਸੱਚੇ ਗਿਆਨ ਦੇ ਨੇੜੇ ਮਨ ਨਹੀਂ ਜਾਂਦਾ ਧੰਨ ਕਰਕੇ ਤੇ ਮਾਫ ਕਰਨਾ ਸਾਰੇ ਹੀ ਗੁਰਦੁਆਰਿਆਂ 'ਚ ਰਹਿੰਦੇ ਆ ਨਾ ਹੁਣ ਹੁਣ ਹਿਸਾਬ ਲਾਓ ਚਲੋ ਥੋੜਾ ਜਿਹਾ ਹਿਸਾਬ ਲਾ ਕੇ ਵੇਖੋ ਐਸ ਜੀ ਪੀ ਸੀ 'ਚ ਕਿੰਨੇ ਮੁਲਾਜ਼ਮ ਨੇ ਕਈ ਗੁਰਦੁਆਰਿਆਂ ਦੇ ਵਿੱਚ 500-500 ਸਿੰਘ ਵੀ ਰਹਿੰਦੇ ਨੇ ਕਿਸੇ 'ਚ 300 ਕਿਸੇ 'ਚ 100 ਗੁਰਦੁਆਰੇ ਕਿੰਨੇ ਨੇ ਲੈ ਕਿੰਨੇ ਇੱਕ ਗੁਰਦੁਆਰੇ 'ਚ 5-4 ਸੇਵਾਦਾਰ ਤੇ ਹੁੰਦੇ ਹੀ ਨੇ ਗ੍ਰੰਥੀ ਹੁੰਦਾ ਹੈ ਲਾਂਗਰੀ ਹੁੰਦਾ ਹੈ ਡਾਲੀ ਲਿਆਉਣ ਵਾਲਾ ਹੁੰਦਾ ਹੈ ਇੱਕ ਦੋ ਦੇਗ ਪ੍ਰਸ਼ਾਦ ਵਰਤਾਉਣ ਵਾਲੇ ਕਿੰਨੇ ਹੁੰਦੇ ਨੇ ਹਿਸਾਬ ਲਾ ਕੇ ਵੇਖੋ ਹੁਣ ਗੁਰਦੁਆਰੇ ਕਿੰਨੇ ਨੇ ਸਾਰੇ ਪੰਜਾਬ 'ਚ ਸਾਰੇ ਵਰਲਡ ਵਿੱਚ ਕਿੰਨੇ ਗੁਰਦੁਆਰੇ ਨੇ ਲੱਖਾਂ ਦੇ ਹਿਸਾਬ ਨਾਲ ਜੇ ਮੈਂ ਸ਼ਾਇਦ ਗਲਤ ਨਾ ਹੋਵਾਂ ਪਰ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਵੀ 5 ਲੱਖ ਬੰਦਾ ਹੋਣਾ ਹੈ ਸਾਰੇ ਵਰਲਡ ਦੇ ਗੁਰਦੁਆਰਿਆਂ ਵਿੱਚ ਜਿਹੜਾ ਮਾਫ ਕਰਨਾ ਸੰਗਤ ਦੀਆਂ ਜੇਬਾਂ ਤੇ ਪਲਦਾ ਆ ਆਖੋ ਸਤਨਾਮ ਕਿਸੇ ਨਾ ਕਿਸੇ ਰੂਪ ਵਿੱਚ ਸੰਗਤ ਦਾ ਹੀ ਪੈਸਾ ਸੰਗਤ ਦੀਆਂ ਜੇਬਾਂ ਚੋਂ ਹੀ ਜਾਂਦਾ ਭਾਵੇਂ ਜਿੱਧਰੋਂ ਮਰਜ਼ੀ ਘੁੰਮ ਕੇ ਆ ਰਿਹਾ ਕਿਵੇਂ ਮਰਜ਼ੀ ਕਰ ਲਓ ਪਰ ਉਹ ਸਿੱਖ ਕੌਮ ਪਾਲਦੀ ਹੈ ਇੰਨੇ ਬੰਦਿਆਂ ਨੂੰ 5 ਲੱਖ ਹੋਣਾ ਹੈ ਘੱਟ ਤੋਂ ਘੱਟ 50,000 ਤੇ ਪ੍ਰਚਾਰਕ ਹੀ ਹੋਏਗਾ ਘੱਟ ਤੋਂ ਘੱਟ 50,000 ਪ੍ਰਚਾਰਕ ਅੱਛਾ ਇੰਨੇ ਨੇ ਆਊਟਪੁੱਟ ਕੀ ਹੈ ਸਾਡੀ ਕੌਮ ਮਹੀਨੇ 'ਚ 50,000 ਵੱਧਦੀ ਹੈ ਜੇ ਇੱਕ ਇੱਕ ਵੀ ਵਿਧਾਨ ਤਾਂ ਵੀ 50,000 ਹੋ ਜਾਂਦਾ ਹੈ ਆਖੋ ਸਤਨਾਮ ਜੇ ਇੱਕ ਇੱਕ ਵੀ ਵਿਧਾਨ ਇੱਕ ਇੱਕ ਵੀ ਵਾਧਾ ਕੀ ਹੋ ਰਿਹਾ ਹੈ ਆਊਟਪੁੱਟ ਕੀ ਹੈ ਕੁਛ ਵੀ ਨਹੀਂ ਕਰੋੜਾਂ ਰੁਪਇਆ ਅਰਬਾਂ ਰੁਪਇਆ ਤਨਖਾਹਾਂ ਹੋ ਜਾਂਦੀਆਂ ਨੇ ਪਰ ਰਿਜ਼ਲਟ ਕੁਛ ਵੀ ਨਹੀਂ ਸਾਡੇ ਸਾਹਮਣੇ ਆ ਰਿਹਾ ਰਿਜ਼ਲਟ ਮੈਂ ਜਿਹੜੀ ਬੇਨਤੀ ਕਰਦਾ ਜ਼ਰੂਰੀ ਨਹੀਂ ਵੀ ਸਰੀਰ ਕਰਕੇ ਨੇੜੇ ਬਹਿਣਾ ਰਹਿਣਾ ਹੋ ਸਕਦਾ ਗੁਰਦੁਆਰੇ 'ਚ ਰਹਿਣ ਵਾਲਿਆਂ ਦੇ ਚਿੱਤ ਜ਼ਿਆਦਾ ਕਠੋਰ ਹੋਣ ਜ਼ਿਆਦਾ ਹੀ ਕਠੋਰ ਹੋ ਜਾਣ ਹੋਵੇ ਹੀ ਨਾ ਸਰ ਐਸਾ ਵੇਖਣ ਨੂੰ ਮਿਲਦਾ ਹੈ ਜ਼ਿਆਦਾ ਵਿਗੜ ਗਿਆ ਕੰਮ ਇਸ ਕਰਕੇ ਸੱਚੇ ਗਿਆਨ ਦੇ ਨੇੜੇ ਨਹੀਂ ਜਾ ਸਕਦੇ ਉਹ ਲੋਕ ਕਠੋਰ ਨੇ ਜਿਹੜੇ ਅੰਦਰੋਂ ਜਾਣਾ ਹੀ ਅੰਦਰ ਨੇ ਹੁੰਦਾ ਸਰੀਰ ਦੀ ਤਾਂ ਗੱਲ ਹੀ ਨਹੀਂ ਅੰਦਰ ਨੇ ਜਾਣਾ ਅੰਦਰਲਾ ਕਠੋਰ ਹੈ ਮਨ ਨੇ ਜਾਣਾ ਮਨ ਕਠੋਰ ਹੈ ਮਨ ਨੇ ਜਾਣਾ ਗੁਰੂ ਦੇ ਕੋਲ ਇਸ ਕਰਕੇ ਹੁਣ ਆਪਾਂ ਸਾਰੇ ਵੇਖਿਓ ਜਰਾ ਚੈੱਕ ਕਰਿਓ ਭਾਈ ਕਠੋਰ ਆ ਕਿ ਜਾਂਦੇ ਹਾਂ ਨੇੜੇ ਗਿਆਨ ਦੇ ਮਾੜਾ ਮੋਟਾ ਹੁਣ ਜਿਵੇਂ ਹੁਣ ਆਪਾਂ ਜਿਵੇਂ ਆਪਾਂ ਆ ਹੁਣ ਜਿਹੜਾ ਬੋਲਿਆ ਪਿੱਛੇ ਅੱਧਾ ਘੰਟਾ ਲਾਇਆ ਕੀ ਮਾੜਾ ਮੋਟਾ ਨੇੜੇ ਲੱਗਿਆ ਸਾਡੇ ਕਿ ਨਾਲ ਹੀ ਫੈਸਲਾ ਕਰ ਲਿਆ ਛੱਡਿਆ ਨਹੀਂ ਜਾਣਾ ਯਾਰ ਐਵੇਂ ਗੱਲਾਂ ਹੀ ਨੇ ਨਹੀਂ ਏਦਾਂ ਫੈਸਲਾ ਕਿਹੜਾ ਆਪਣੇ ਆਪਣੇ ਮਨਾਂ 'ਚ ਵੇਖੋ ਵੀ ਸੱਚੀ ਗੱਲ ਹੈ ਇਹ ਆਪਾਂ ਕਠੋਰ ਚਾਹੁੰਦੇ ਹਾਂ ਕਿ ਆਪਾਂ ਨਰਮ ਦਿਲਾਂ ਆਪਾਂ ਮੰਨਦੇ ਹਾਂ ਸਤਿਗੁਰਾਂ ਦਾ ਬਚਨ ਇਹ ਆਪਾਂ ਆਪਣੇ ਆਪ ਨੂੰ ਵੇਖੀਏ ਜ਼ਰੂਰ ਸਤਿਗੁਰੂ ਕਹਿੰਦੇ ਨੇ ਕਠੋਰ ਨਹੀਂ ਨੇੜੇ ਬਹਿੰਦਾ ਕਠੋਰ ਦੇ ਮਨ ਨੇ ਨਹੀਂ ਨੇੜੇ ਜਾਣਾ ਉਹ ਤੇ ਕਠੋਰ ਹੋਇਆ ਪਿਆ ਅਸਰ ਨਹੀਂ ਉਹਦੇ ਤੇ ਭਾਈ ਬੜਾ ਹਿੰਦੀ ਹੈ ਉਹਨੇ ਨਹੀਂ ਜਾਣਾ ਨੇੜੇ ਅੱਗੇ ਵੇਖੋ ਹਾਂਜੀ
ओथे सच वरतदा कूड़ियारा चित उदास। जदों सच्चियां गल्लां चलन गियां सच्चे बचन चलन गए झूठियां ने कहिंदे उदास हो जाणा मूंह जिहा बना के बैठे रहणगे। फिर ना उहनां नूं रस नहीं आउंदा उहनां दा ते टाइम बड़ा औखा लंघदा है। जदों सच होवे ना आले दुआले झूठे जिहड़े ने दुखी हो जांदे ने उहनां दा बहना औखा हो जांदा है। सुन नहीं सकदे एक मिनट नहीं बह सकते काला पैंदा मन चलीए बहाना बनाने फिर आप बहाना बनाने। तो मैं कल वाली बेनती फिर कर रहा गुरुद्वारे असी पांच मिनट नहीं बहिंदे बरात आई है। मैं तुहानू दस्सिया सी एक जगह ब्याह च गए उत्थे मैं पूछया मैं क्या किन्नी बरात है कहिंदे 400-500 बरात का बंदा आया है लड़की आले भी पैलेस विच ने। ते मैं गिनती कीती लड़के लड़की आले मिला के 40 सी गुरुद्वारे। मैं क्या बरात किन्नी है कहिंदे 400। ते मैं उदन उत्थे ही बोलिया सी समराले दी गल है स्पीकर च मैं इदां कहा मैं क्या 20 आए ने बरात बरात आई है 400 गुरुद्वारे आए ने 20 अरदास करन वाले ते 20 आए ने सद्दे सी कार्ड दे के सारे भी आयो नवी जोड़ी नूं अरदास करांगे नवा घर वसण लग्या। मैं क्या बाकी ते सारे पकौड़े खाणी आए ने यो ते पैलेस च बैठे ने अंदर ही नहीं बड़े दरबार साहब विच ते जांदे ही नहीं दरबार साहब ते आउंदे ही नहीं आपां ते उत्थे भी असीं इन्ना नबेड़ा करदे आ बस चुटकियां ही मारदे जांदे आ बाबा मिंट पंज ला बा चलीए काला जा। ते मैनूं माफ करियो गुरुद्वारे भी लोकी जांदे ने क्यों जाना पैंदा है जे इहनां दा सरदा होवे ते जाण ही ना पैलेस च सार लैण इह ते सरदा है सरदा नहीं तां भी हां आनंद कारज कराने पैणगे नहीं ते साडा मन कित्थे करदा है। साडा मन कठोर है सतगुर की बाणी सुन वास्ते जिम्मे हूँ हुक्मनामा होंगे जिम्मे हूँ आप कि कहने भी हुक्मनामा आराम नाल बह के सुनो। चलो ऐसी गल तो नहीं जी हूँ आप बाणी की पंक्ति है कई बार अर्थ किए तो बिना ही समझ आई जाता समझ आ जाती बाणी जे आराम नाल पढ़ी जाए हुक्मनामा सुनो भी अज हुक्म की आता सुनीए बह के भी चल मना मनीए सुनीए तो सही पहला सुनोंगे तो ही मनोंगे पर मन ही नहीं करता चलीए यार छेती निबड़े काम काले पै जाने। ता करके बेनती है भी रीझ नाल शौक रखिए शौक बाणी पढ़न पढ़न दा सुनन दा साडे अंदर शौक होना चाहिए। दुबारा पंक्ति पढ़ो ओथे सच वरतदा कूड़ियारा चित उदास। झूठे बंदे दा जेड़ा चित है वह उदास हो जाएगा झूठे ने दुखी हो जाना है उन्हूं ये सच पसंद नहीं उन्हूं चंगा नहीं लगना उहदा मन काला पैण लग जांदा है। प्यारा उन्हूं लगता है जेड़ा अंदरों ठीक हो रहा सुधर रहा है। हाँ जी ओए वाल छल कर चत कड दे फिर जाए बह कूड़ियारा पास। उत्थे ते टाइम जिहा ही पास करदे ने वाल छल करके ही चत कड दे ओ वाल छल करके ही बस बस टाइम जिहा पास करदे हुंदे ने बस जदों निकल गए बस फटाफट जाके ओ बह गया ताश खेडण वालियां दे नाल ओ बैठा खुंड ते फिर भी अज ते यार सारा दिन उधर ही लंघ गया। उत्थे ओ टाइम पास करदा है जिथे सारा दिन गप्पा मारदे ने उत्थे दिल लगदा पूरा ओ बह गया फिर जाके उहनां च इहनूं शौक ही उहनां कम्मां दा है। ते फिर हुण वेखो ना सत्थां च बह के कदे कोई गल तोर ली सारा दिन ताशां खेड के ते जुझारू नहीं बन लगे आपां संगत विच आईए जुझारूआं दे बचन सुणीए सूरमियां दी गल सुणीए ते जिंदगी बदले संगत विच आ के सुणीए ओ सूरमे कौन ने असर होवे मन उत्ते। भाई तारू सिंह वर्गे सूरमियां दा जीवन पढ़दे आ ना जदों हैरानी हुंदी है पूले नगर दे रहण वाला गरीब सिख है गरीब ते नेड़े झिड़ा है बीड़ है जिदा झिड़ा जंगल ओदे विच सिंह आउंदे ने उहनां नूं जाके प्रशादा छकाउंदा है
आप थाका कट लेंदा है, भुखा रह लेंदा है, छोले खा के गुजारा करता है, पर उन्हां नूं प्रशादे दा इंतजाम भी करता है, उन्हां सिंघां नूं बस्तर सवा के देंदा है, चोले सवा के देने, बस्तर कशहरे सवा के देने, दस्ताना देनिया, आप नहीं उन्हां सिंघां दी सेवा करनी, मदद करनी, जेड़े धर्म लई जाना तली ते धरी फिरदे आ। भाई तारू सिंह ने पूले पिंड विच लंगर लाया होया सी, कोई हिंदू कोई मुसलमान कोई भुखा आ जांदा सी, इहदे घर प्रशादा छकदा सी। हर सिख दा घर गुरु दा लंगर ही हुंदा है, छोटे रूप विच रसोई, हर सिख दे घर दी रसोई गुरु दा लंगर ही हुंदा है। जेड़ा भी कोई लोड़वंद भुखा आंदा आवेगा, उत्थों भुखा नहीं जावेगा। आखो सतनाम, साड़ी रसोई दा मूह खुला है, बुआ खुला है, किन्ना लई अपने लई आपा लंगर लाने आ, उन्हां उन्हां नूं सद लांगे जिन्हां जेड़े सानू सदन, एक ही आपां छका दिंदे आ, सारा साल मोढे ते रख के परना आपां तुरे रहिंदे आ, जोधे खाओ आ जोधे खाओ आपां कट्ठा छका दिंदे आ साल बाद। इह ते भाजियां ने जिन्हां नूं छकाउणा हुंदा उह बाहर बैठे हुंदे ने बूहे च, जिन्हां दी सेवा करनी हुंदी उन्हां नूं छकाउणा नहीं। आ हुण जिवें लोहड़ी लंघ के हटी है, किन्नियां लोकां ने पता नहीं किन्ने क तेल अग दे उत्ते सुट्टे होणगे, दाने अग उत्ते सुट्टे होणगे, इदां दा कुछ करी जाने। जे कहीए किसे गरीब नूं दे दे साड़दा क्यों, किसे लोड़वंद नूं दे दे क्यों खराब करदा, नारियल पानी च क्यों सुट्टदा, तेरा दिमाग ठीक है, नारियल खाण वाली चीज है, जरदा सुट्ट कढ जेब चों, तंबाकू सुट्ट, शराब दी बोतल सिट, तू सुटदा है नारियल खाण वाली चीज सुट्टी जांदा। आहो नहर चलदी है, वेखो किन्ने नारियल आउंदे ने तरके तुहाडे सामने, रोज किन्ने आउंदे ने, वेखो न्याणे भजदे ने वड जांदे ने कढ लैंदे ने खा लैंदे। हुण इहदा कारण वेखो ना, पता नहीं समझ नहीं सोझी नहीं। आ हुण न्याणे जिहड़े कढ के बच्चे निक्के निक्के पाली आपां कढ के खा खू लैंदे ने, पता ही नहीं लगदा। तो किसी ने कहता केंद्र तुहाडे घर पंज प्रेत ने, केंद्र पंज प्रेत ने केंद्र तुहाडे घर, अजे की करिए, केंद्र पंज नारियल तार दे। किसी ने अकल दिती, वेखो वह कमला उदू वह घरवाली नूं नाल लैके केंद्र नारियल तारन तुर गया, पंज तो तेर दिते, गड्डी चा के बह गए, एक बच्चे ने मारी छाल भज के गया नहर च वड़िया, उन्हें नारियल कढे प्लेट च सजा के ते आ गया, कहिंदा पंज रुपए की फड़ी बस च वेचण आ गया। वह जदों बस च वेचण आया, अगे बैठा वह जिन्हें सुटे है, वह कहिंदा लिया दे दे दो फाड़ियां लईयां पंज पंज दियां, अपने ही नारियल ने खा गया। पिछे बैठा सी मुंडा, इन्हां दा पढ़िया लिखिया, वह तो पहले ही नहीं सी मनदा, कहिंदा बापू पंज सुट के आया दो फेर अंदर वाड़ लो, ये प्रेत ते फेर आ गए साडे अंदर। नारियल वेखो नारियल भी एदे नाल कहिंदे की हो जांदा, ते पागलां वांगू सुट्टी जांदे। जे किसे ने कहता मां दी दाल सुट्टदे शनिवार, ओह सुट दिंदा नहर दे विच, जिद्दां दीआं अकलां देई जांदे ने, जिद्दां दीआं गल्लां करदे। हनुमान दे पीले लड्डू चढ़ा के आओ, ते माफ करना जी, कई साडे सिख इतिहासक स्थानां उत्ते लोकी मंगलवार बहुत पीले लड्डू लैके आउंदे ने, भी चल क्या ना भी चढ़ा के आयो धार्मिक स्थान ते गुरुद्वारे चढ़ाते ने, ते खुश करते ने हनुमान नूं चढ़ाते ने गुरुद्वारे, हनुमान जी नूं खुश करते ने। वेखो सिस्टम किदां दा साडा बन गया, कदे नहीं असीं इदां सोचते भी गुरबाणी विच इहदे बारे की है, इहो जिहियां गल्लां नाल की हो जांदा। पर तां करके मैं बेनती करदा भाई भी संगत विच आईए ते तां असर होवे। सिख दे घर दी रसोई गुरु दा लंगर हुंदा है, भाई तारू सिंह ने लाया होया है, हुण इहदा सत्कार सारे करदे ने। जिहड़े बंदे ने वेखो जी सेवा करनी है, उहदा सत्कार होना सुभाविक गल हुंदी है। जिन्हें सेवा नहीं करनी, सेवा करेगा भज भज, हुण इत्थे भज भज जिहड़ा सेवा करदा लोकी करदे ही ने, लोकी बड़ी बल्ले बल्ले करदे है। हर भगत नरंजनीए ने जकरिया खान कोल शिकायत कीती, कहिंदा लाहौर दीआं कंधां दे नाल नेड़े पिंड पूला पूले च रहण वाला तारू सिंह
ਤੁਹਾਡੀਆਂ ਜੜ੍ਹਾਂ ਵੱਢਦਾ ਹੈ। ਪੱਟੀ ਦੇ ਰਹਿਣ ਵਾਲਾ ਇੱਕ ਹਾਕਮ ਹੈ, ਫੌਜਦਾਰ ਹੈ, ਚੌਧਰੀ ਕਹਿ ਲਓ। ਉਹਨੇ ਇੱਕ ਗਰੀਬ ਮਾਛੀ ਦੀ ਲੜਕੀ ਨੂੰ ਜ਼ਬਰਦਸਤੀ ਉਠਾ ਕੇ ਲੈ ਗਿਆ। ਕਹਿੰਦਾ ਮੈਂ ਤੇਰੇ ਨਾਲ ਨਿਕਾਹ ਕਰਾਉਣਾ ਹੈ। ਬੱਚੀ ਕਹਿੰਦੀ ਮੈਂ ਨਹੀਂ ਮੰਨ, ਉਹ ਨਹੀਂ ਮੰਨਦੀ। ਉਹ ਬੜਾ ਦੁਖੀ ਹੈ, ਉਹਦਾ ਪਿਓ, ਇਹਦੀ ਉਮਰ 60 ਸਾਲ ਦੀ, ਲੜਕੀ 18 ਸਾਲ ਦੀ, ਉਹ ਮੰਨੇ ਨਾ। ਉਹ ਬੜੇ ਤਰਲੇ ਕੀਤੇ, ਜ਼ਕਰੀਆ ਖਾਨ ਕੋਲ ਵੀ ਗਿਆ, ਕਿਸੇ ਨੇ ਸੁਣਵਾਈ ਨਾ ਕਿਤੇ ਹੋਈ। ਬੀਬੀ ਕਹਿਣ ਲੱਗੀ ਬਾਪੂ ਜਿਹਦਾ ਕੋਈ ਨਾ ਨਾ ਬਣੇ, ਸਿੰਘ ਬਣਦੇ ਨੇ, ਖਾਲਸਾ ਬਣਦਾ। ਭਾਈ ਤਾਰੂ ਸਿੰਘ ਕੋਲ ਜਾਈ, ਉਹ ਮਦਦ ਕਰਨਗੇ। ਉਹ ਗਰੀਬ ਬੰਦਾ ਚਲਿਆ ਗਿਆ ਭਾਈ ਤਾਰੂ ਸਿੰਘ ਕੋਲ। ਭਾਈ ਤਾਰੂ ਸਿੰਘ ਜੀ ਕਿਰਪਾ ਕਰੋ, ਮੇਰੀ ਬੱਚੀ ਇੱਦਾਂ ਜ਼ਬਰਦਸਤੀ ਉਠਾ ਕੇ ਲੈ ਗਿਆ ਤੇ ਤੁਸੀਂ ਮੇਰੀ ਮਦਦ ਕਰੋ। ਭਾਈ ਤਾਰੂ ਸਿੰਘ ਕਹਿੰਦੇ ਆ ਜਾ ਬਾਬਾ, ਮੈਂ ਪ੍ਰਸ਼ਾਦਾ ਛਕਾਉਣ ਚੱਲਿਆ, ਜੰਗਲ 'ਚ ਸਿੰਘ ਰਹਿੰਦੇ ਨੇ, ਬੇਨਤੀ ਕਰ ਲਾਂਗੇ। ਗਏ ਸਿੰਘ, ਕਹਿੰਦੇ ਚੱਲ ਨਾਲ ਬਹਿ ਜਾ ਘੋੜੇ ਤੇ, ਬਹਾ ਲਿਆ। ਪੱਟੀ ਦਾ ਚੌਧਰੀ ਅੱਗੇ ਆਇਆ, ਫੌਜਦਾਰ ਆਇਆ, ਪੰਜ ਸੱਤ ਆਏ, ਸਭ ਝਟਕਾ ਤੇ ਲੜਕੀ ਨੂੰ ਜੇਲ੍ਹਖਾਨੇ 'ਚੋਂ ਕੱਢਿਆ, ਉਹਦਾ ਨਿਕਾਹ ਕਰਕੇ ਉਹਦੇ ਸਹੁਰੇ ਘਰ ਛੱਡ ਕੇ ਆਇਆ ਭਾਈ ਤਾਰੂ ਸਿੰਘ। ਸਿੰਘਾਂ ਦੇ ਨਾਲ ਜਾ, ਇਦਾਂ ਦੇ ਕੰਮ ਕਰਦਾ ਸੀ ਚੰਗੇ, ਪਰ ਇਹੋ ਜਿਹੇ ਕੰਮ ਚੰਗੇ ਨਹੀਂ ਸੀ ਲੱਗਦੇ ਸਰਕਾਰਾਂ ਨੂੰ, ਉਸ ਵੇਲੇ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਕੰਮ ਨਹੀਂ ਸੀ ਚੰਗੇ ਲੱਗਦੇ। ਸ਼ਿਕਾਇਤ ਕੀਤੀ, ਕਹਿੰਦੇ ਤੁਹਾਡੇ ਨੇੜੇ ਰਹਿੰਦਾ ਹੈ, ਦੇਸ਼ ਧਰੋਹੀ ਹੈ, ਇਹ ਧਰੋਹ ਕਮਾਉਂਦਾ ਹੈ, ਗਦਾਰ ਹੈ, ਇਹਨੂੰ ਸਜ਼ਾ ਦਿਓ। ਭਾਈ ਤਾਰੂ ਸਿੰਘ ਦੀ ਸ਼ਿਕਾਇਤ ਲੱਗ ਗਈ, 500 ਸਿਪਾਹੀ ਨਾਲ ਫੌਜਦਾਰ ਭੇਜਿਆ, ਫੌਜ ਭੇਜੀ ਲਿਆਓ ਫੜ ਕੇ। ਭਾਈ ਤਾਰੂ ਸਿੰਘ ਨੂੰ ਜਦੋਂ ਪਿੰਡ 'ਚ ਲੈਣ ਆਏ, ਵੱਡਾ ਸਾਰਾ ਬੋੜ ਦਾ ਦਰਖਤ ਹੈ, ਉਹਦੇ ਥੱਲੇ ਸਾਰਾ ਪਿੰਡ ਸੱਦ ਲਿਆ, ਪੰਚਾਇਤ ਕਹਿ ਲਓ, ਸੱਦ ਲਈ, ਸਾਰੇ ਆ ਗਏ। ਕਹਿੰਦੇ ਤੁਹਾਡੇ ਪਿੰਡ ਵਿੱਚ ਇਹ ਬੰਦਾ ਰਹਿੰਦਾ, ਤੁਸੀਂ ਦੱਸਿਆ ਕਿਉਂ ਨਹੀਂ? ਕਹਿੰਦੇ ਜੀ ਇਹ ਤੇ ਸਾਧ ਹੈ, ਗੁਰਮੁਖ ਹੈ, ਤੁਹਾਨੂੰ ਗਲਤ ਰਿਪੋਰਟ ਦਿੱਤੀ ਹੈ ਕਿਸੇ ਨੇ, ਸ਼ਿਕਾਇਤ ਹੀ ਗਲਤ ਕੀਤੀ ਹੈ, ਤੇ ਬੰਦਾ ਹੀ ਬੜਾ ਚੰਗਾ ਹੈ, ਇਹ ਕਿਸੇ ਨਾਲ ਵੈਰ ਕਰਦਾ ਹੀ ਨਹੀਂ। ਉਹ ਕਹਿੰਦੇ ਗਲਤ ਨਹੀਂ, ਸੱਚ ਹੈ। ਉਸ ਵੇਲੇ ਫਿਰ ਭਾਈ ਤਾਰੂ ਸਿੰਘ ਖੇਤ 'ਚ ਕੰਮ ਕਰਦਾ, ਇੱਕ ਬੱਚੇ ਨੇ ਸਾਰੀ ਗੱਲ ਸੁਣੀ, ਉਹ ਭੱਜਿਆ। ਭਾਈ ਤਾਰੂ ਸਿੰਘ ਨੂੰ ਜਾ ਕੇ ਆਖਣ ਲੱਗਾ, ਭਾਈ ਸਾਹਿਬ ਛੇਤੀ ਭੱਜ ਜਾਓ, ਪਿੰਡ ਵਿੱਚ ਤੁਹਾਨੂੰ ਫੜਨ ਵਾਲੇ ਆਏ ਨੇ, ਜਿਹੜਾ ਅੱਜ ਤੱਕ ਲਾਹੌਰ ਗਿਆ ਮੁੜ ਕੇ ਨਹੀਂ ਆਇਆ। ਭਾਈ ਤਾਰੂ ਸਿੰਘ ਕਹਿਣ ਲੱਗੇ, ਸਾਰੇ ਪਿੰਡ ਨੂੰ ਬਿਪਤਾ 'ਚ ਪਾ ਕੇ ਮੈਂ ਭੱਜ ਜਾਵਾਂ, ਮੈਂ ਕਾਹਦਾ ਸੂਰਮਾ, ਫਿਰ ਪਿੰਡ ਨੂੰ ਬਿਪਤਾ 'ਚ ਪਾ ਦਿਆਂ? ਭਾਈ ਤਾਰੂ ਸਿੰਘ ਉਸ ਵੇਲੇ ਕਹਿਣ ਲੱਗਾ, ਤੂੰ ਚੱਲ, ਮੈਂ ਆਇਆ ਪਿੰਡ, ਮੈਂ ਨਹੀਂ ਭੱਜਣ ਵਾਲਾ, ਮੈਂ ਪਿੰਡ ਆਵਾਂਗਾ। ਪਿੰਡ ਤੁਰਿਆ ਆਵੇ, ਰਾਹ ਵਿੱਚ ਸਿਪਾਹੀ ਮਿਲੇ, ਛੇਤੀ ਛੇਤੀ ਬੰਨਣ ਲੱਗੇ, ਉਹ ਕਹਿੰਦੇ ਟਿਕ ਜਾਓ, ਜੇ ਭੱਜਣ ਵਾਲਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ, ਚੱਲੋ ਮੈਂ ਆਇਆ। ਪਹੁੰਚ ਗਿਆ, ਏਦਾਂ ਸਾਹਮਣੇ ਖੜ ਗਿਆ ਜਾ ਕੇ, ਧੌੜੀ ਦੀ ਜੁੱਤੀ, ਤੇੜ ਕਸ਼ਹਿਰਾ, ਸਾਦਾ ਜਿਹਾ ਕੁੜਤਾ, ਖੱਦਰ ਦਾ ਪਰਨਾ, 25 ਸਾਲਾਂ ਦੀ ਉਮਰ, ਨੌਜਵਾਨ, ਦਗ ਦਗ ਕਰਦਾ ਚਿਹਰਾ, ਬੜੇ ਸਹਿਜ ਨਾਲ ਆ ਕੇ ਮਿਲਿਆ। ਦੱਸੋ, ਕਹਿੰਦੇ ਤੈਨੂੰ ਲੈਣ ਆਏ ਆ, ਪਰ ਕਹਿੰਦੇ ਲੈ ਤੇ ਜਾਓ, ਪਰ ਪਹਿਲਾਂ ਇਹ ਦੱਸੋ ਵੀ ਇੰਨੇ ਸਿਪਾਹੀ ਆਏ ਹੋ, ਸਵੇਰ ਦਾ ਕੁਝ ਛਕਿਆ ਵੀ ਹੈ? ਪਿੰਡ ਵਾਲਿਆਂ ਨੂੰ ਕਹਿੰਦਾ ਲਿਆਓ, ਭੱਜ ਕੇ ਜਲ ਪਾਣੀ ਛਕਾਈਏ, ਇਹਨਾਂ ਨੂੰ ਪ੍ਰਸ਼ਾਦੇ ਦੀ ਸੇਵਾ ਕਰੀਏ। ਪ੍ਰਸ਼ਾਦਾ ਪਾਣੀ ਛਕਾਇਆ, ਚਲੋ ਸੇਵਾ ਚੱਲ ਰਹੀ ਹੈ। ਭਾਈ ਤਾਰੂ ਸਿੰਘ ਨੂੰ ਕਹਿੰਦੇ ਮਿਲ ਲੈ ਜਿਹਨੂੰ ਮਿਲਣਾ ਹੈ। ਭਾਈ ਤਾਰੂ ਸਿੰਘ ਫਿਰ ਆਪਣੀ ਭੈਣ ਨੂੰ ਮਿਲਦਾ, ਭੈਣ ਜੀ ਚੰਗਾ ਫਿਰ ਮੈਂ ਚੱਲਿਆ। ਭੈਣ ਕਹਿਣ ਲੱਗੀ ਵੀਰਾ, ਬੜੇ ਗਏ ਨੇ ਲਾਹੌਰ, ਬਸ ਇਹੀ ਸੁਨੇਹਾ ਆਵੇ ਕਿ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕਰ ਗਿਆ, ਕੋਈ ਇਹ ਨਾ ਕਹਿ ਦੇ ਤੇਰਾ ਭਰਾ ਡੋਲ ਗਿਆ। ਫਿਰ ਮਾਂ ਨੂੰ ਮਿਲਿਆ, ਜਦੋਂ ਮਾਂ ਨੂੰ ਮਿਲਿਆ ਕਹਿੰਦਾ ਮਾਂ ਮੈਨੂੰ ਅਸੀਸ ਦੇ, ਤੇ ਮਾਂ ਆਖਣ ਲੱਗੀ ਪੁੱਤਰਾ ਤੇਰਾ ਨਾਮ ਹੈ ਤਾਰੂ ਰੱਖਿਆ, ਤਾਰੂ ਸਿੰਘ, ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘ ਜੀ, ਡੁੱਬ ਨਾ ਜਾਈ ਵਿੱਚ। ਵੇਖਿਓ ਬਹੁਤ ਜ਼ੁਲਮ ਹੋਏਗਾ, ਤੈਰ ਕੇ ਲੰਘ ਜਾਈ, ਤੈਰ ਕੇ
ਧੰਨ ਹੈ ਮਾਂ ਇਦਾਂ ਦੀ ਸਿੱਖਿਆ ਦੇਣ ਵਾਲੀ ਮਾਵਾਂ ਤੋਂ ਪਰਿਵਾਰ ਤੋਂ ਇਹ ਗੁਣ ਅੱਗੇ ਫਿਰ ਬੱਚਿਆਂ ਵਿੱਚ ਜਾਂਦੇ ਨੇ ਇੱਥੇ ਤੇ ਬੱਚਿਆਂ ਨੇ ਕਦੀ ਕਦੀ ਆਉਣਾ ਤੁਹਾਨੂੰ ਰੋਜ਼ ਵੇਖਣਾ ਬੱਚਿਆਂ ਨੇ ਤੁਹਾਡਿਆਂ ਨਿਆਣਿਆਂ ਨੇ ਤੁਹਾਨੂੰ ਰੋਜ਼ ਵੇਖਣਾ ਵੀ ਇਹ ਕੀ ਕਰਦਾ ਹੈ ਝੂਠ ਤੇ ਨਹੀਂ ਬੋਲਦਾ ਨਿਤਨੇਮ ਕਰਦਾ ਹੈ ਬਾਣੀ ਪੜ੍ਹਦਾ ਹੈ ਕਿੰਨੇ ਵਜੇ ਉੱਠਦਾ ਹੈ ਇਹਦਾ ਅਸਰ ਅੱਗੇ ਬੱਚਿਆਂ ਤੇ ਬਹੁਤ ਪੈਂਦਾ ਹੈ ਹਰ ਵੇਲੇ ਤੁਸੀਂ ਆਪਣੇ ਨਿਆਣਿਆਂ ਨੂੰ ਇਦਾਂ ਦੀ ਸਿੱਖਿਆ ਦਿਓ ਤੇ ਮੈਂ ਇਹ ਵੀ ਬੇਨਤੀ ਬਹੁਤ ਵਾਰ ਕਰਦਾ ਹੁੰਦਾ ਕਿ ਬੇਬੇ ਬਾਪੂ ਬਜ਼ੁਰਗ ਜਿਹੜੇ ਹੁੰਦੇ ਨੇ ਇਹ ਬੱਚਿਆਂ ਦੇ ਧਾਰਮਿਕ ਟੀਚਰ ਬਣੋ ਬਜ਼ੁਰਗ ਬੱਚਿਆਂ ਦੇ ਧਾਰਮਿਕ ਟੀਚਰ ਨੇ ਦਾਦਾ ਦਾਦੀ ਬੱਚਿਆਂ ਦੇ ਟੀਚਰ ਨੇ ਦਾਦਾ ਵੀ ਤੇ ਦਾਦੀ ਵੀ ਧਾਰਮਿਕ ਟੀਚਰ ਬੱਚਿਆਂ ਦੇ ਹੁੰਦੇ ਨੇ ਉਹ ਚੰਗੀ ਸਿੱਖਿਆ ਦਿਓ ਕਈ ਵਾਰੀ ਪਿਓ ਦਾ ਮਾਂ ਦਾ ਇੰਨਾ ਅਸਰ ਨਹੀਂ ਹੁੰਦਾ ਬੱਚੇ ਨਿਆਣਿਆਂ ਤੇ ਜਿੰਨਾ ਦਾਦੇ ਦਾ ਜਾਂ ਦਾਦੀ ਦਾ ਮੈਂ ਆਪਣੀ ਗੱਲ ਕਰਦਾ ਮੈਂ ਬਹੁਤ ਵਾਰੀ ਬੇਨਤੀ ਸੰਗਤ ਵਿੱਚ ਕੀਤੀ ਹੈ ਕਿ ਸਾਡੇ ਪਰਿਵਾਰ ਵਿੱਚ ਕੋਈ ਨਹੀਂ ਸੀ ਜੁੜਿਆ ਮੇਰੀ ਦਾਦੀ ਗੁਰਦੁਆਰੇ ਜਾਂਦੀ ਹੁੰਦੀ ਸੀ ਉਹਨੇ ਅੰਮ੍ਰਿਤ ਛਕਿਆ ਸੀ ਤੇ ਵੇਖ ਕੇ ਮੇਰਾ ਵੀ ਦਿਲ ਕਰਦਾ ਹੁੰਦਾ ਸੀ ਵੀ ਚੱਲੀਏ ਆਪਾਂ ਵੀ ਇੱਥੋਂ ਮਹਾਂਪੁਰਖ ਜਾਂਦੇ ਸੀ ਆ ਭਿੱਖੀ ਤੁਹਾਡੇ ਨੇੜੇ ਆ ਸਿੱਧ ਸਰ ਭਿੱਖੀ ਬਿਲਕੁਲ ਨਾਲ ਇੱਥੋਂ ਇਹ ਇੱਥੇ ਦਸਵੀਂ ਦਾ ਪ੍ਰੋਗਰਾਮ ਹੁੰਦਾ ਸੀ ਸਾਡੇ ਸੰਗਰਾਂਦ ਦਾ ਹੁੰਦਾ ਸੀ ਉੱਥੇ ਆਏ ਮਹੀਨੇ ਇੱਥੋਂ ਰਾੜਾ ਸਾਹਿਬ ਤੋਂ ਜਥਾ ਜਾਂਦਾ ਸੀ ਮਹਾਂਪੁਰਸ਼ ਜਾਂਦੇ ਸੀ ਸਾਡੇ ਬਿਲਕੁਲ ਨੇੜੇ ਸਾਡੇ ਇਲਾਕੇ ਵਿੱਚ ਜੇ ਉੱਥੋਂ ਦੇ ਜਿੰਨੇ ਨੇੜੇ ਨੇੜੇ ਦੇ 150 ਪਿੰਡਾਂ 'ਚ ਪੁੱਛੋ ਵੀ ਤੂੰ ਅੰਮ੍ਰਿਤ ਕਿੱਥੋਂ ਛਕਿਆ ਇਹ ਬਹੁਤੇ ਅੰਮ੍ਰਿਤਧਾਰੀ ਉਦੋਂ ਬਣੇ ਉਸ ਵੇਲੇ ਜਦੋਂ ਮਹਾਂਪੁਰਖ ਜਾਂਦੇ ਸੀ ਅੰਮ੍ਰਿਤ ਸੰਚਾਰ ਹੁੰਦਾ ਸੀ ਹਰ ਸੰਗਰਾਂਦ ਤੇ ਜਾਂਦੇ ਸੀ ਦੀਵਾਨ ਸੁਣਨ ਵੀ ਜਾਣਾ ਹੀ ਜਾਣਾ ਇਦਾਂ ਹੀ ਲਗਨ ਲੱਗਦੀ ਆ ਹੌਲੀ ਹੌਲੀ ਕਦੇ ਮਾਸਟਰਾਂ ਤੋਂ ਝਿੜਕਾਂ ਨਹੀਂ ਸੀ ਖਾਂਦੇ ਪਰ ਸੰਗਰਾਂਦ ਵਾਲੇ ਦਿਨ ਜ਼ਰੂਰ ਝਿੜਕਾਂ ਪੈਂਦੀਆਂ ਸੀ ਕਿਉਂਕਿ ਜਾਣਾ ਹੀ ਹੁੰਦਾ ਸੀ ਦੀਵਾਨ ਸੁਣ ਪੁੱਛਾ ਭੱਜ ਕੇ ਚਲੇ ਜਾਂਦੇ ਸੀ ਨਿੱਕੇ ਨਿੱਕੇ ਬੱਚੇ ਜਿੱਦਾਂ ਜਾਂਦੇ ਬਹੁਤ ਦੀਵਾਨ ਸੁਣੇ ਸੋ ਇਸ ਕਰਕੇ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਨਾਲੋਂ ਵੀ ਦਾਦਾ ਦਾਦੀ ਦਾ ਅਸਰ ਬੱਚੇ ਨੇ ਜ਼ਿਆਦਾ ਦਾਦੇ ਦਾਦੀ ਕੋਲ ਰਹਿਣਾ ਹੁੰਦਾ ਤੇ ਦਾਦੇ ਦਾ ਦਾਦੀ ਦਾ ਫਰਜ਼ ਬਣਦਾ ਹੈ ਬੱਚਿਆਂ ਦੇ ਧਾਰਮਿਕ ਟੀਚਰ ਬਣੋ ਚੰਗੀ ਸਿੱਖਿਆ ਦੇ ਦਾਦੇ ਦਾਦੀ ਦਾ ਅਸਰ ਹੁੰਦਾ ਹੈ ਮਾਂ ਕਹਿਣ ਲੱਗੀ ਪੁੱਤਰਾ ਤਾਰੂ ਤੇਰਾ ਨਾਂ ਰੱਖਿਆ ਵੇਖੀ ਕਿਤੇ ਡੋਲ ਨਾ ਜਾਈ ਧੰਨ ਹੈ ਮਾਂ ਜਿਹਨੇ ਇਦਾਂ ਦੀ ਸਿੱਖਿਆ ਦਿੱਤੀ ਪੜ੍ਹਦੇ ਹਾਂ ਨਾ ਆਪਾਂ ਕਈ ਵਾਰ ਮਹਾਂਪੁਰਸ਼ਾਂ ਤੋਂ ਸੁਣਦੇ ਹੀ ਰਹੇ ਹੋ ਧਾਰਨਾ ਧੰਨ ਧੰਨ ਨੇ ਜਣੇਂਦੀਆਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਧੰਨ ਧੰਨ ਨੇ ਜਣੇਂਦੀਆਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਲਾਲ ਧਰਮ ਲਈ ਵਾਰ ਫਿਰ ਚੁੱਕਦਾ ਮਾਵਾਂ ਨੂੰ
ਨਾਲ ਧਰਮ ਨਹੀਂ ਮਾਰੇ ਫਿਰ ਧੁੱਪ ਜੈ ਮਾਰਾ ਨੂੰ ਨਾਲ ਧਰਮ ਨਹੀਂ ਮਾਰੇ ਹਲੋ ਫਿਰ ਧੁੱਪ ਜੈ ਮਾਰਾ ਨੂੰ ਨਾਲ ਨਾਲ ਧਰਮ ਨਹੀਂ ਮਾਰੇ ਚੁੱਕਦਾ ਮਾਵਾਂ ਨੂੰ ਲਾਲ ਧਰਮ ਨਹੀਂ ਵਾਰ ਫਿਰ ਚੁੱਕਦਾ ਮਾਵਾਂ ਨੂੰ ਸਿਰ ਚੁੱਕਦਾ ਮਾਵਾਂ ਨੂੰ ਕਿੰਨਾ ਲਾਲ ਧਰਮ ਨਹੀਂ ਵਾਰ ਫਿਰ ਚੁੱਕਦਾ ਮਾਵਾਂ ਨੂੰ ਕਿੰਨਾ ਲਾਲ ਧਰਮ ਨਹੀਂ ਵਾਰ ਫਿਰ ਚੁੱਕਦਾ ਮਾਵਾਂ ਨੂੰ ਕਿੰਨਾ ਲਾਲ ਧਰਮ ਨਹੀਂ ਵਾਰ ਤਾਰੂ ਬਣ ਕੇ ਵਿਖਾਈ ਹੁਣ ਥਾਪੜਾ ਦੇ ਕੇ ਪੁੱਤਰ ਨੂੰ ਤੋਰਿਆ ਕਹਿੰਦੇ ਸਾਰਾ ਪਿੰਡ ਰੋਇਆ ਸੀ ਜਿੱਦਣ ਤਾਰੂ ਸਿੰਘ ਤੁਰਿਆ ਪਰ ਸਾਡਾ ਹਾਲ ਕਬੀਰ ਸਾਕਤ ਤੇ ਸੂਕਰ ਭਲਾ ਰੱਖ ਹੈ ਅੱਛਾ ਗਾਓ ਕਹਿੰਦੇ ਚੰਗਾ ਹੋ ਗਿਆ ਕਹਿੰਦੇ ਮਰ ਗਿਆ ਸਾਕਤ ਸੂਰ ਭਲਾ ਹੈ ਸੂਰ ਦੀ ਵੀ ਕਦਰ ਪੈਂਦੀ ਕਿਉਂ ਕਹਿੰਦੇ ਗੰਦਗੀ ਤੇ ਸਾਫ਼ ਕਰਦਾ ਸੀ ਇਹਦਾ ਕੀ ਫਾਇਦਾ ਸੀ ਕਈ ਵਿਗਾੜੇ ਨੇ ਲੋਕੀ ਅੰਦਰੋਂ ਤੇ ਇੱਦਾਂ ਹੀ ਕਹਿੰਦੇ ਨੇ ਉੱਤੋਂ ਭਾਵੇਂ ਕਹਿਣ ਬੜਾ ਮਾੜਾ ਹੋਇਆ ਮਰ ਗਿਆ ਅੰਦਰੋਂ ਦੇ ਲੋਕੀ ਇੱਦਾਂ ਹੀ ਕਹਿੰਦੇ ਲੈ ਗਿਆ ਮਗਰੋਂ ਬਹੁਤ ਜਾਨ ਔਖੀ ਕੀਤੀ ਸੀ ਇਹਨੇ ਕਿੰਨਿਆਂ ਨਿਆਣਿਆਂ ਨੂੰ ਵਿਗਾੜਿਆ ਕਿੰਨਿਆਂ ਦਾ ਜੀਵਨ ਵਿਗਾੜਿਆ ਅੰਦਰੋਂ ਇਹੀ ਕਹਿੰਦੇ ਨੇ ਲੋਕ ਪਰ ਕਈਆਂ ਨੂੰ ਲੋਕੀ ਮਨੋਂ ਯਾਦ ਕਰਦੇ ਨੇ ਮਨੋਂ ਅੰਦਰੋਂ ਯਾਦ ਕਰਦੇ ਨੇ ਜਿਨ੍ਹਾਂ ਨੇ ਸਫਾਈ ਕੀਤੀ ਹੈ ਇਸ ਕਰਕੇ ਸਾਰਾ ਪਿੰਡ ਖੜਾ ਹੈ ਜਦੋਂ ਭਾਈ ਤਾਰੂ ਸਿੰਘ ਤੁਰਿਆ ਸਾਹਮਣੇ ਗਿਆ ਕਚਹਿਰੀ ਦੇ ਵਿੱਚ ਜ਼ਕਰੀਆ ਖਾਨ ਦੀ ਕਚਹਿਰੀ ਲੱਗੀ ਕਹਿੰਦੇ ਭਾਈ ਤੇਰੀਆਂ ਸਾਰੀਆਂ ਰਿਪੋਰਟਾਂ ਆ ਗਈਆਂ ਤੂੰ ਪੱਟੀ ਦੇ ਫੌਜਦਾਰ ਨੂੰ ਮਰਵਾਇਆ ਨਾਲ ਗਿਆ ਤੂੰ ਤੂੰ ਝੂਠ ਨਹੀਂ ਬੋਲ ਸਕਦਾ ਸਾਰੇ ਗਵਾਹ ਸਾਡੇ ਕੋਲ ਨੇ ਭਾਈ ਤਾਰੂ ਸਿੰਘ ਕਹਿੰਦਾ ਗਵਾਹਾਂ ਦੀ ਲੋੜ ਤੇ ਝੂਠਿਆਂ ਨੂੰ ਪੈਂਦੀ ਹੈ ਸਾਨੂੰ ਕੋਈ ਲੋੜ ਨਹੀਂ ਜੋ ਪੁੱਛਣਾ ਪੁੱਛ ਲੈ ਮੈਂ ਸੱਚ ਸੱਚ ਦੱਸਾਂਗਾ ਝੂਠ ਬੋਲਣਾ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੀ ਨਹੀਂ ਸਾਡਾ ਫੈਸ਼ਨ ਬਣਿਆ ਪਿਆ ਝੂਠ ਕੰਧ ਦੇ ਨਾਲ ਖੜਾ ਹੁੰਦਾ ਕਿੱਥੇ ਹੈ ਰਾੜਾ ਸਾਹਿਬ ਆਵੇਂ ਤੇ ਲੁਧਿਆਣੇ ਫਿਰਦਾ ਖੜਾ ਬਾਹਰ ਹੁੰਦਾ ਕੰਧ ਨਾਲ ਜਿਵੇਂ ਸੁਭਾਅ ਜਿਹਾ ਹੀ ਬਣ ਗਿਆ ਝੂਠ ਦਾ ਆਮ ਜੀ ਗੱਲ ਹੈ ਝੂਠ ਬੋਲਣਾ ਨਾ ਹੁਣ ਆਮ ਜੀ ਗੱਲ ਹੀ ਬਣ ਗਈ ਪਰ ਗੁਰੂ ਦੇ ਸਿੱਖ ਜਿਹੜੇ ਨੇ ਉਹ ਸੱਚ ਤੇ ਪਹਿਰਾ ਦਿੰਦੇ ਸੀ ਹਮੇਸ਼ਾ ਵੇਖੋ ਨਾ ਸੱਚ ਬੋਲਣਾ ਸੱਚ ਸਮਝਣਾ ਸੱਚੇ ਬਣਨਾ ਇਹ ਹੈ ਨਾਮ ਮਿਲ ਗਿਆ ਜੀਭ ਤੋਂ ਕਰੀ ਜਾ ਵਾਹਿਗੁਰੂ 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 ਉਦਾਂ ਝੂਠ ਬੋਲੀ ਚੱਲ ਪੜਦੇ ਪਾਈ ਚੱਲ ਫਿਰ ਕਾਹਦਾ ਨਾਮ ਮਿਲਿਆ ਨਾਮ ਤੇ ਹੈ ਹੀ ਸੱਚ ਸੱਚ ਨਾ ਜ਼ਿੰਦਗੀ ਜਾਵੇ ਇਹਦਾ ਮਤਲਬ ਪਖੰਡੀ ਹੈ ਨਾਮ ਕਿੱਥੇ ਨਾਮ ਦਾ ਆਉਣਾ ਸੱਚ ਦਾ ਆਉਣਾ ਹੈ ਨਾਮ ਆ ਗਿਆ ਜ਼ਿੰਦਗੀ 'ਚ ਬੰਦਾ ਸੱਚਾ ਹੈ ਅੰਦਰੋਂ ਬਾਹਰੋਂ ਝੂਠ ਨਹੀਂ ਬਸ ਨਾ ਘਰ ਵਾਲੀ ਤੋਂ ਕੋਈ ਪੜਦਾ ਰੱਖਦਾ ਸੱਚ ਦੱਸਦਾ ਵੀ ਆ ਇਹੋ ਜਿਹਾ ਕੰਮ ਹੀ ਨਹੀਂ ਕਰਦਾ ਪੜਦੇ ਰੱਖਣੇ ਪੈਣ ਉਹਦਾ ਕਹਿੰਦੇ ਨਾਮ ਜਪਦਾ ਪੜਦੇ ਰੱਖਦਾ ਚੋਰੀਆਂ ਰੱਖਦਾ ਫਿਰ ਨਾਮ ਕਾਹਦਾ ਮਿਲਿਆ ਨਾਮ ਆ ਜਾਣਾ ਸੱਚ ਆ ਜਾਣਾ ਹੈ ਪਰਮਾਤਮਾ ਦਾ ਆ ਜਾਣਾ ਸੱਚ ਦਾ ਆ ਜਾਣਾ ਹੁੰਦਾ ਹੈ ਜਿਹੜਾ ਸੱਚਾ ਨਹੀਂ ਬਣ ਸਕਿਆ ਉਹ ਭਾਵੇਂ ਜਿੰਨੀਆਂ ਮਰਜ਼ੀ ਮਾਲਾਂ ਫੇਰਦਾ ਰਵੇ ਜਿੰਨਾ ਮਰਜ਼ੀ ਪਾਠ ਕਰਦਾ ਰਵੇ ਉਹ ਕੱਖ ਨਹੀਂ ਖੱਟਿਆ ਉਹਨੇ ਨਾਮ ਉਹਨੂੰ ਹੀ ਮਿਲਿਆ ਜਿਹੜਾ ਸੱਚਾ ਹੋ ਗਿਆ ਅੰਦਰੋਂ ਬਾਹਰੋਂ ਇਸ ਕਰਕੇ ਉਹ ਕਹਿੰਦਾ ਤੂੰ ਪੁੱਛ ਕੀ ਪੁੱਛਣਾ ਮੈਂ ਝੂਠ ਬੋਲਣਾ ਹੀ ਨਹੀਂ ਸਾਨੂੰ ਬੋਲਣਾ ਸਿਖਾਇਆ ਹੀ ਉਹਨੇ ਫਿਰ ਇੱਦਾਂ ਉਸ ਵੇਲੇ ਆਖਿਆ ਵੀ ਤੂੰ ਆਹ ਕੀਤਾ ਪੱਟੀ ਦਾ ਇੱਦਾਂ ਫੌਜਦਾਰ ਮਰਵਾਇਆ ਕਹਿੰਦੇ ਓਏ ਤੂੰ ਵਾੜ ਖੇਤ ਨੂੰ ਖਾਣ ਲੱਗ ਪਵੇ ਫਿਰ ਕੀ ਕਰੀਏ ਕੀ ਤੇਰੇ ਰਾਖੇ ਬਣਾਏ ਨੇ ਇਹੀ ਜਨਤਾ ਨੂੰ ਤੰਗ ਕਰਦੇ ਨੇ ਸੁਣਵਾਈ ਉਹਦੇ ਪਿਓ ਦੀ ਲੜਕੀ ਦੇ ਪਿਓ ਦੀ ਕਿਤੇ ਨਹੀਂ ਸੀ ਹੋਈ ਉਹ ਸਾਡੇ ਕੋਲ ਆ ਗਏ ਫਿਰ ਗੁਰੂ ਕੋਲ ਆਇਆ ਜਿਹੜਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਜਿਹੜਾ ਆ ਹੀ ਗਿਆ ਚੱਲ ਕੇ ਉਹਦੀ ਹੈਲਪ ਕਰਨੀ ਉਹਦੀ ਮਦਦ ਕਰਨੀ
ਜਦੋਂ ਇੰਨੀ ਗੱਲ ਧਿਆਨ ਨਾਲ ਸੁਣੀ ਉਸ ਵੇਲੇ ਆਖਿਆ ਵੀ ਚਲੋ ਕੋਈ ਨਹੀਂ ਛੱਡ ਪਰੇ ਠੀਕ ਹੈ ਜੋ ਹੋ ਗਿਆ ਤੈਨੂੰ ਮਾਫ ਕਰ ਦਿੰਨੇ ਆ ਅੱਛਾ ਕਿਵੇਂ ਬਸ ਇੱਕ ਮਾੜੀ ਜੀ ਸ਼ਰਤ ਮੰਨ ਲੈ ਕੀ ਕਹਿੰਦੇ ਇਸਲਾਮ ਧਰਮ ਕਬੂਲ ਕਰ ਲੈ ਉਸ ਵੇਲੇ ਆਖਿਆ ਕਹਿੰਦੇ ਤੇਰੇ ਲਈ ਇਸਲਾਮ ਚੰਗਾ ਹੈ ਸਾਡੇ ਲਈ ਸਿੱਖੀ ਚੰਗੀ ਹੈ ਤੈਨੂੰ ਮਾੜਾ ਤੇ ਨਹੀਂ ਕਹਿੰਦੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਸਵਾਲ ਕੀਤਾ ਸੀ ਬਾਦਸ਼ਾਹ ਨੇ ਕਹਿੰਦਾ ਦੱਸੋ ਜੀ ਧਰਮ ਹਮਾਰਾ ਖੂਬ ਕਿ ਤੁਹਾਰਾ ਖੂਬ ਗੁਰੂ ਸਾਹਿਬ ਕਹਿੰਦੇ ਤੁਹਾਰੇ ਲਈ ਤੁਹਾਰਾ ਖੂਬ ਹਮਾਰੇ ਲਈ ਹਮਾਰਾ ਖੂਬ ਏਦਾਂ ਕਿਹਾ ਸੀ ਕਲਗੀਧਰ ਜੀ ਨੇ ਕਹਿੰਦੇ ਤੂੰ ਆਪਣੇ ਧਰਮ ਦੇ ਅਸੂਲਾਂ ਤੇ ਚੱਲ ਸਾਨੂੰ ਸਾਡਿਆਂ ਤੇ ਚੱਲਣ ਦੇ ਸਾਡੇ ਚ ਏਕਤਾ ਤੇ ਹੈ ਪਰ ਇਕਮਿਕਤਾ ਨਹੀਂ ਆਖੋ ਸਤਨਾਮ ਫਿਰ ਸੁਣੋ ਏਕਤਾ ਤੇ ਹੈ ਇਕਮਿਕਤਾ ਨਹੀਂ ਏਕਤਾ ਤੇ ਚਾਹੁੰਦੇ ਹੀ ਆਪਾਂ ਸਾਰੇ ਵੀ ਏਕਤਾ ਹੋਣੀ ਚਾਹੀਦੀ ਪਰ ਜੇ ਕਹੋ ਵੀ ਵਿੱਚ ਰਲ ਜਾਈਏ ਇਹ ਕਦੇ ਸਾਡੇ ਚ ਹੋ ਨਹੀਂ ਸਕਦਾ ਸਿੱਖ ਵੱਖਰੀ ਕੌਮ ਹੈ ਵੱਖਰੀ ਕੌਮ ਸੀ ਵੱਖਰੀ ਕੌਮ ਹੈ ਤੇ ਵੱਖਰੀ ਕੌਮ ਰਵੇਗੀ ਵੱਖਰੀ ਕੌਮ ਕਿਉਂ ਸੁਣਿਓ ਵੱਖਰੀ ਕੌਮ ਕਿਉਂ ਆ ਵੱਖਰੇ ਵਿਚਾਰ ਸਾਡੇ ਕੋਲ ਨੇ ਭਾਵ ਕਿ ਆਪਾਂ ਵੱਖਰੇ ਨਹੀਂ ਬਾਹਰੋਂ ਵੱਖਰੇ ਕਹਿੰਦਾ ਆ ਦਾੜੀ ਰੱਖੀ ਕੇਸ ਰੱਖੇ ਦਸਤਾਰ ਬੰਨੀ ਹੈ ਇਹਦੇ ਸਰਸੇ ਵਾਲਾ ਵੀ ਕਰੀ ਫਿਰਦਾ ਉਹ ਗੱਲ ਵੱਖ ਹੈ ਵੀ ਹੁਣ ਚੁੰਡੇ ਜੇ ਕਰਾਈ ਫਿਰਦਾ ਸਿਰ ਤੇ ਉਹ ਵੱਖਰਾ ਚੈਪਟਰ ਹੈ ਪਰ ਪੱਗ ਤੇ ਉਹ ਵੀ ਬੰਨ ਲੈਂਦਾ ਸੀ ਹੈਂਜੀ ਸਾਰੇ ਬੰਨਦੇ ਨੇ ਪੱਗਾਂ ਦੇ ਜਿਹੜਾ ਪਨਿਆਰੇ ਵਾਲਾ ਸੀ ਇਹ ਵੀ ਬੰਨਦਾ ਸੀ ਪੱਗਾਂ ਦੀ ਗੱਲ ਨਹੀਂ ਸੁਣੋ ਸਿੱਖ ਆ ਪਹਿਰਾਵੇ ਦਾ ਨਾਂ ਇਹਦਾ ਇਦਾਂ ਦੇ ਬੜੇ ਲੋਕ ਨੇ ਸਿੱਖ ਕੌਣ ਹੈ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਜਿਹਦਾ ਮਨ ਮਨ ਗੁਰੂ ਦੇ ਗਿਆਨ ਦੇ ਨੇੜੇ ਜਾਵੇ ਉਹ ਸਿੱਖ ਹੁੰਦਾ ਹੈ ਗਿਆਨ ਦੇ ਨੇੜੇ ਜਿਹਦਾ ਮਨ ਜਾਵੇ ਬਾਹਰੇ ਬਾਹਰੀ ਰੂਪ ਨਹੀਂ ਸਿੱਖ ਸਿੱਖਾਂ ਕਰ ਜੰਮ ਕੇ ਵੀ ਨਹੀਂ ਸਿੱਖ ਦੱਸੋ ਮੈਨੂੰ ਟੀਚਰ ਕਰ ਜੰਮ ਕੇ ਕੋਈ ਟੀਚਰ ਕਿਵੇਂ ਬਣ ਗਿਆ ਡਾਕਟਰ ਕਰ ਜੰਮ ਕੇ ਕੋਈ ਡਾਕਟਰ ਕਿਵੇਂ ਬਣ ਗਿਆ ਆਪਾਂ ਕਹਾਂਗੇ ਪੜ੍ਹਾਈ ਕੀ ਹੈ ਕੁਆਲੀਫਿਕੇਸ਼ਨ ਕੀ ਹੈ ਤੇਰੀ ਪੜ੍ਹਿਆ ਕਿੱਥੇ ਹੈ ਇਹੀ ਕਹਾਂਗੇ ਸਿੱਖਾਂ ਕਰ ਜੰਮ ਕੇ ਕੋਈ ਸਿੱਖ ਨਹੀਂ ਸਿੱਖ ਤੇ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਪੜ੍ਹਾਈ ਹੈ ਜਿਹਦੇ ਕੋਲ ਸਿੱਖੀ ਦੀ ਅੱਛਾ ਜੀ ਸਿੱਖ ਵੱਖਰੀ ਕੌਮ ਹੈ ਫਿਰ ਕਹਿ ਰਿਹਾ ਕਿਵੇਂ ਵੱਖਰੀ ਕੌਮ ਹੈ ਆਹ ਵਿਚਾਰ ਆ ਗੁਰੂ ਵੱਖਰਾ ਹੈ ਆਹ ਬਚਨ ਵੱਖਰੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਸ ਜਿਹਦੇ ਕੋਲ ਗਿਆਨ ਹੈ ਉਹ ਵੱਖਰਾ ਹੈ ਆਖੋ ਸਤਨਾਮ ਅੱਛਾ ਜਿਹੜਾ ਮਰਜ਼ੀ ਲੈ ਲਓ ਗਿਆਨ ਇਹ ਗਿਆਨ ਹਿੰਦੂ ਲੈ ਲਵੇ ਉਹ ਆਪੇ ਹੀ ਵੱਖਰਾ ਹੋ ਜਾਣਾ ਕਿਉਂਕਿ ਸਿਰ ਤੇ ਚੁੱਕ ਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗਿਆਨ ਲੈ ਲਿਆ ਜਿਹੜਾ ਮੁਸਲਮਾਨ ਲੈ ਲਵੇਗਾ ਉਹ ਵੀ ਵੱਖਰਾ ਹੋ ਜਾਣਾ ਗੁਰਬਾਣੀ ਮੁਸਲਮਾਨਾਂ ਦੀ ਬਾਣੀ ਵੀ ਦਰਜ ਹੈ ਫਕੀਰਾਂ ਦੀ ਇੱਥੇ ਹਿੰਦੂਆਂ ਦੀ ਵੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ 'ਚ 11 ਭੱਟ ਵੀ 4 ਭਗਤ ਵੀ ਹਿੰਦੂ ਹਿੰਦੂਆਂ ਨੇ ਜਦੋਂ ਗੁਰਬਾਣੀ ਇੱਧਰ ਵਾਲਾ ਗਿਆਨ ਵੇਖਿਆ ਹੈ ਵੱਖਰੇ ਹੋ ਗਏ ਭਾਵ ਕਿ ਸੋਚ ਹੀ ਵੱਖਰੀ ਹੈ ਇਹਨਾਂ ਭਗਤਾਂ ਦੀ ਇਹ ਕਹਿ ਲਓ ਵੀ ਆਹ ਸਾਰੇ ਕਿਸੇ ਨਾਲ ਰਲਦੇ ਨਹੀਂ ਇਹ ਵਿਚਾਰ ਜਦੋਂ ਸਾਡੇ ਵਿਚਾਰ ਬਣ ਗਏ ਪਰ ਆਪਾਂ ਵੀ ਨਹੀਂ ਰਲਾਂਗੇ ਆਖੋ ਸਤਨਾਮ ਅੱਛਾ ਇੱਕ ਗੱਲ ਹੋਰ ਸੁਣੋ ਵੱਖਰੀ ਕੌਮ ਸਿੱਖ ਵੱਖਰੀ ਕੌਮ ਹੈ ਵੱਖਰੀ ਕੌਮ ਤਾਂ ਹੈ ਜੇ ਸਾਡੇ ਕੰਮ ਵੱਖਰੇ ਨੇ ਮੌਲੀਆਂ ਸਾਡੇ ਹੱਥਾਂ ਤੇ ਬੰਨੀਆਂ ਨੇ ਨਗ ਸਾਡੇ ਹੱਥਾਂ ਤੇ ਪਾਏ ਨੇ ਜਨਮ ਪੱਤਰੀਆਂ ਅਸੀਂ ਬਣਾਉਂਦੇ ਹਾਂ ਜਨਮ ਪੱਤਰੀਆਂ ਰਲਾ ਕੇ ਵਿਆਹ ਕਰਦੇ ਹਾਂ ਫਿਰ ਕੋਈ ਵੱਖਰੀ ਕੌਮ ਨਹੀਂ ਵੱਖਰੀ ਕੌਮ ਤਾਂ ਆ ਜੇ ਗੁਰਬਾਣੀ ਮੁਤਾਬਕ ਚੱਲੀਏ ਵੱਖਰੀ ਕੌਮ ਕਿੱਦਾਂ ਫਿਰ ਤੇ ਸੱਚੇ ਨੇ ਅਗਲੇ ਵੀ ਇਹ ਸਾਡੇ ਹੀ ਨੇ ਸਾਡੇ ਚੋਂ ਹੀ ਨਿਕਲੇ ਨੇ ਉਹ ਤਾਂ ਕਹਿੰਦੇ ਨੇ ਵੀ ਨਾਰੀਅਲ ਇਹ ਤੋਂ ਤੇਰੀ ਤੁਰੇ ਜਾਂਦੇ ਨੇ ਜਨਮ ਪੱਤਰੀਆਂ ਇਹ ਬਣਾਉਂਦੇ ਨੇ ਧਾਗੇ ਇਹ ਪਾਈ ਫਿਰਦੇ ਨੇ ਨਗ ਇਹ ਪਾਈ ਫਿਰਦੇ ਨੇ ਇਹ ਸਾਰਾ ਸਾਡੇ ਵਾਲਾ ਕੰਮ ਤੇ ਇਹ ਕਰਦੇ ਨੇ ਆਖੋ ਸਤਨਾਮ ਫਿਰ ਉਹ ਸੱਚੇ ਹੋ ਗਏ ਆਪੇ ਹੀ ਫਿਰ ਉਹ ਸੱਚੇ ਆਪੇ ਹੀ ਬਣ ਜਾਂਦੇ ਨੇ ਭਾਈ ਸੋ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਸੰਗਤ ਨੂੰ ਬੇਨਤੀ ਕਿਸੇ ਨੇ ਉੱਠਣਾ ਨਹੀਂ ਬੈਠੇ ਰਹੋ ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ ਉਹਨਾਂ ਨੂੰ ਜੀ ਆਇਆਂ ਕਹਾਂਗੇ ਬੀਬੀ ਉਹ ਥੋੜ੍ਹਾ ਜਿਹਾ ਪਰੇ ਨੂੰ ਹੋ ਜਾਓ ਸਿੰਘ ਇੱਧਰ ਨੂੰ ਰਾਹ ਦੇ ਦਿਓ ਵਿਚਾਲੇ ਰਸਤਾ ਕਰਾ ਦਿਓ ਅੱਧ 'ਚ ਨਾਲ ਨਾਲ ਹੋ ਜਾਓ ਅੱਗੇ ਅੱਗੇ ਨੂੰ ਆਪ ਹੀ ਉੱਠਣ ਦੀ ਲੋੜ ਨਹੀਂ ਬਸ ਥੋੜ੍ਹਾ ਥੋੜ੍ਹਾ ਪਾਸਾ ਮਾਰ ਲਓ ਥਾਂ ਦੇ ਦਿਓ ਵਿਚਾਲੇ ਸਿੰਘ ਥੋੜ੍ਹਾ ਥੋੜ੍ਹਾ ਇੱਧਰ ਨੂੰ ਹੋ ਜਾਓ ਬੀਬੀਆਂ ਪਰੇ ਨੂੰ ਹੋ ਜਾਓ ਰਾਹ ਬਣਾ ਦਿਓ ਥੋੜ੍ਹਾ ਜਿਹਾ ਜਿਹੜੇ ਗੁਰੂ ਵਾਲੇ ਬਣ ਕੇ ਆਏ ਜੀ ਆਇਆਂ ਸਤਿਗੁਰ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਭਾਗਾਂ ਵਾਲੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰ ਦੇ ਦਰ ਘਰ ਨਾਲ ਜੁੜ ਕੇ ਆਏ ਜਿਹੜੇ ਰਹਿ ਗਏ
ਉਹ ਵੀ ਆਪਾਂ ਮਨ ਬਣਾ ਲਈ। ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ ਖਾਲਸਾ ਸਜਾਣ ਵਾਲੇ, ਕਿਹੜਾ ਕਿਹੜਾ ਸ਼ੁਕਰ ਮਨਾਵਾਂ ਪੰਥ ਸਜਾਣ ਵਾਲੇ। ਅੱਗੇ ਆ ਜਾਓ ਅੱਗੇ, ਜਿਹੜੇ ਜਿਹੜੇ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ। ਨਿਸ਼ਾਨਜੀ ਸਿੰਘ ਅੱਗੇ ਨੂੰ ਆ ਜਾਓ, ਅੱਗੇ ਲੰਘਾ ਦਿਓ, ਬਾਕੀ ਸੰਗਤ ਬੈਠ ਜਾਓ ਭਾਈ, ਜਿੱਥੇ ਜਿੱਥੇ ਥੋੜੀ ਵਿਸਲਿੰਗ ਹੋ ਰਹੀ ਸਜ ਜਾਓ ਸਾਰੇ। ਭਾਗਾਂ ਵਾਲੇ ਆ ਜਿਹੜੇ ਗੁਰੂ ਵਾਲੇ ਬਣੇ ਸਿੰਘ ਸਜੇ, ਬਹੁਤ 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 ਵਧਾਈਆਂ। ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ ਭਾਈ, ਨਾਲ ਨਾਲ ਬੋਲੋ ਜੀ ਆਇਆ।
ਬੱਲੇ ਨਾਲ ਲਾਈ ਰੱਖਿਓ ਦਾਤਾ ਜੀ, ਬੱਲੇ ਨਾਲ ਲਾਈ ਰੱਖਿਓ ਦਾਤਾ ਜੀ, ਬੱਲੇ ਨਾਲ ਲਾਈ ਰੱਖਿਓ ਦਾਤਾ ਜੀ, ਬੱਲੇ ਨਾਲ ਲਾਈ ਰੱਖਿਓ ਦਾਤਾ ਜੀ। ਬੋਲੋ ਲੜ ਲੱਗਿਆ ਗੁਰੂ ਜੀ, ਲੜ ਲੱਗਿਆ ਗੁਰੂ ਜੀ, ਲੜ ਲੱਗਿਆ ਸਤਿਗੁਰ ਦੀ ਮਿਹਰ ਨਾਲ 198 ਦੋ ਘੱਟ 292 ਗੁਰੂ ਕੇ ਜਹਾਜ਼ ਅੱਧੇ ਮਿੰਟ ਲਈ ਇੱਦਾਂ ਬਾਹਾਂ ਰੱਖਿਓ ਸਿੱਧੀਆਂ ਸੰਗਿਓ ਨਾ, ਜਿਨ੍ਹਾਂ ਨੂੰ ਖੁਸ਼ੀ ਹੈ ਸਮਾਗਮ ਦੀ ਤੇ ਅੰਮ੍ਰਿਤ ਸੰਚਾਰ ਦੀ ਸੰਗਿਓ ਨਾ। ਬੋਲੇ ਸੋ ਨਿਹਾਲ ਰਾਜ ਕਰੇਗਾ ਦੇਵਤੇ ਭਗਤ ਕੀ ਫੂਲ ਦੇ ਨਿਸ਼ਾਨ ਰਹਿ ਸੱਜ ਦੇ ਦੀਵਾਨ ਰਹਿ ਬੋਲੇ ਸੋ ਨਿਹਾਲ ਆਗਿਆ ਭਈ ਸਮੇਂ ਚਲਾਇਓ ਹਮ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਮਾਨਿਓ ਗ੍ਰੰਥ ਬੋਲੇ ਸੋ ਨਿਹਾਲ 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 ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਤੁਹਾਨੂੰ ਪਤਾ ਹੈ ਬਾਹਾਂ ਖੜੀਆਂ ਕਰਨੀਆਂ ਇੱਕ ਸਪਿਰਿਟ ਭਰਨ ਵਾਸਤੇ ਹੈ, ਜੋਸ਼ ਭਰਨ ਵਾਸਤੇ ਹੈ। ਅਸੀਂ ਕੋਈ ਵੋਟਾਂ ਨਹੀਂ ਲੈਣੀਆਂ, ਸਿਰਫ ਜਦੋਂ ਇਹਦੇ ਨਾਲ ਨੌਜਵਾਨਾਂ ਵਿੱਚ ਨਿੱਕੇ ਨਿੱਕੇ ਬੱਚਿਆਂ ਵਿੱਚ ਜੋਸ਼ ਆਉਂਦਾ, ਇਸ ਵਾਸਤੇ ਜਦੋਂ ਇੱਦਾਂ ਜਕਾਰੇ ਲੱਗਦੇ ਨੇ ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਸਟੇਜ 'ਤੇ ਲਿਆਈਦਾ ਵੀ ਮਨ ਕਰੇ ਅਸੀਂ ਵੀ ਸਿੰਘ ਸਜੀਏ, ਅਸੀਂ ਵੀ ਬਾਣਾ ਪਾਈਏ। ਗੁਰੂ ਦਾ ਬਾਣਾ ਲੱਖਾਂ ਵਿੱਚ ਖਲੋਤਾ ਗੁਰੂ ਕਾ ਸਿੰਘ ਵੱਖਰਾ ਨਜ਼ਰ ਆਉਂਦਾ। ਸੋ ਤੁਸੀਂ ਨਿੱਕੇ ਜਿਹੇ ਬੱਚੇ ਨੂੰ ਬਿਲਕੁਲ ਸਸਤੇ ਕੱਪੜੇ ਭਾਵੇਂ ਪਰ ਕੇਸਰੀ ਜਾਂ ਨੀਲਾ ਬਾਣਾ ਲੈ ਕੇ ਤੇ ਪਾ ਕੇ ਵੇਖੋ, ਬਰਾਬਰ ਖਿਲਾਰ ਲਓ, ਕੋਈ ਵਰਦੀ ਦੁਨੀਆ ਦੀ ਇੰਨੀ ਨਹੀਂ ਫੱਬਦੀ ਜਿੰਨਾ ਗੁਰੂ ਦਾ ਬਾਣਾ ਫੱਬਦਾ।
ਤੇ ਕਦੀ ਕਦੀ ਸੁਣੋ ਵੀਰੋ ਵੀਰੋ ਭਰਾਵੋ ਨੌਜਵਾਨੋ ਕਦੀ 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 ਵੇਖੋ ਡਿਊਟੀਆਂ ਕਰਨੀਆਂ ਨੇ ਜਿੱਦਾਂ ਦਾ ਮਾਹੌਲ ਹੋਵੇ ਵਰਦੀ ਯੂਨੀਫਾਰਮ ਜਿੱਦਾਂ ਦੀ ਕੰਮ ਤੇ ਜਿੱਦਾਂ ਉਹ ਪਾਣੀ ਕੋਈ ਮਨਾਈ ਨਹੀਂ ਸਿੱਖ ਧਰਮ ਵਿੱਚ ਕੋਈ ਮਨਾਈ ਨਹੀਂ ਜੇ ਕੋਈ ਮਜਬੂਰੀ ਵਸ ਜਿੱਦਾਂ ਦੇ ਪਾਉਣੇ ਪੈਂਦੇ ਨੇ ਪਾਓ ਪਰ ਵੇਖੋ ਕਦੀ 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 ਮਹੀਨੇ 'ਚ ਭਾਵੇਂ ਇੱਕ ਵਾਰੀ ਬਾਣਾ ਵੀ ਚਾਹੀਦਾ ਪੂਰਾ ਆਪਣਾ ਸਵਾ ਕੇ ਰੱਖ ਦਸਤਾਰ ਬਾਣਾ ਗੁਰਦੁਆਰੇ ਭਾਵੇਂ ਮਹੀਨੇ 'ਚ ਇੱਕ ਦਿਨ ਪਾ ਪਰ ਪਾਇਆ ਕਰ ਸੋਹਣਾ ਲੱਗਦਾ ਵੇਖਿਆ ਕਰ ਵੀ ਕਿੰਨਾ ਫੱਬਦਾ ਤੇ ਕਈਆਂ ਨੂੰ ਤੇ ਇੰਨਾ ਸੋਹਣਾ ਲੱਗਦਾ ਕਈ ਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵੇਖੇ ਆ ਕਿ ਬਾਣਾ ਪਾ ਕੇ ਪੜ੍ਹਨ ਚਲੇ ਜਾਂਦੇ ਆ ਤੇ ਇਹ ਵੀ ਇੱਕ ਪ੍ਰਚਾਰ ਹੁੰਦਾ ਹੈ ਬੜੇ ਨੌਜਵਾਨ ਉਦਣ ਮੈਂ ਰਿਮਟ ਕਾਲਜ ਵਿੱਚ ਗਿਆ ਸੀ ਉੱਥੇ ਵੇਖਿਆ ਨੌਜਵਾਨਾਂ ਨੇ ਟੀ ਸ਼ਰਟ ਪਾਈ ਜੀਨ ਉਹਨੇ ਪਾਈ ਹੋਈ ਨੌਜਵਾਨਾਂ ਨੇ ਦਮਾਲੇ ਬੰਨੇ ਪਰ ਸ੍ਰੀ ਸਾਹਿਬ ਉਹਨਾਂ ਨੇ ਉੱਪਰ ਦੀ ਪਾਈਆਂ ਹੋਈਆਂ ਇਹ ਨਹੀਂ ਵੀ ਸਾਡੀ ਟੌਰ ਗਲਦੀ ਆ ਵੀ ਉੱਪਰ ਦੀ ਭੈੜੀ ਲੱਗਦੀ ਨਾ ਉੱਪਰ ਦੀ ਸ੍ਰੀ ਸਾਹਿਬਾਂ ਪਾਈਆਂ ਉਹ ਇੰਨੇ ਸੋਹਣੇ ਨੌਜਵਾਨ ਲੱਗਦੇ ਸੀ ਸੋ ਇਸ ਕਰਕੇ ਬੇਨਤੀ ਹੈ ਵੀ ਬਾਣੇ ਤੋਂ ਕਾਹਦਾ ਕਾਹਦੀ ਸ਼ਰਮ ਹੈ ਗੁਰੂ ਦਾ ਦਿੱਤਾ ਬਾਣਾ ਹੈ ਇਹਨੂੰ ਚਾਹ ਨਾਲ ਪਾਓ ਵੇਖੋ ਪੁਰਾਣੇ ਸਮਿਆਂ ਵਿੱਚ ਸਿੰਘ ਕਿੱਦਾਂ ਦੇ ਹੁੰਦੇ ਸੀ ਭਾਈ ਤਾਰੂ ਸਿੰਘ ਨੇ ਆਖਿਆ ਮੈਂ ਝੂਠ ਨਹੀਂ ਬੋਲਾਂਗਾ ਜੋ ਜੋ ਪੁੱਛੇਗਾ ਤੈਨੂੰ ਮੈਂ ਸੱਚ ਦੱਸਣਾ ਤੇ ਵੇਖਿਓ ਇਸਲਾਮ ਕਬੂਲ ਲੈ ਭਾਈ ਤਾਰੂ ਸਿੰਘ ਕਹਿਣ ਲੱਗੇ ਤੇਰਾ ਦਿਮਾਗ ਟਿਕਾਣੇ ਆ ਮਰਨੀ ਮਰ ਜਾਗਾ ਸਿੱਖੀ ਨਹੀਂ ਛੱਡਣੀ ਗੱਲ ਮੁਕਾਓ ਪਹਿਲੇ ਦਿਨ ਇਹ ਕਿਹਾ ਸੀ ਕਹਿੰਦੇ ਇਹਨੂੰ ਚਰਖੜੀ ਤੇ ਚਾੜੋ ਭਾਈ ਤਾਰੂ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਖੋਪਰ ਲਾਉਣ ਤੋਂ ਇੱਕ ਦਿਨ ਪਹਿਲਾਂ ਜਦੋਂ ਤੂੰ ਚਰਖੜੀ ਤੇ ਲੱਗੇ ਚਾੜਨ ਕਹਿੰਦਾ ਇਹਦੇ ਦੰਦੇ ਤਿੱਖੇ ਕਰ ਲਓ ਮੈਂ ਆਪਣਾ ਮਨ ਤਿੱਖਾ ਕਰਨਾ ਕਹਿੰਦੇ ਤੂੰ ਕਾਹਦੇ ਨਾਲ ਮਨ ਤਿੱਖਾ ਕਰੇਗਾ ਕਹਿੰਦੇ ਸਾਨੂੰ ਮਨ ਤਿੱਖਾ ਕਰਨ ਲਈ ਸਤਿਗੁਰਾਂ ਨੇ ਬਾਣੀ ਦਿੱਤੀ ਹੈ ਬਾਣੀ ਦਾ ਜਾਪ ਕਰਦਾ ਹੈ ਚਰਖੜੀ ਤੇ ਚਾੜਿਆ ਹੁਣ ਇੰਨਾ ਤਕੜਾ ਸਰੀਰ ਸੀ ਜਦੋਂ ਲਾਇਆ ਨਾ ਥੱਲੇ ਕਹਿੰਦੇ ਆਇਆ ਸਵਾਦ ਚਰਖੜੀ ਤੇ ਚੜ੍ਹਨ ਦਾ ਕਹਿੰਦੇ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਛਮਾ ਉੱਤੇ ਸੜਨ ਦਾ ਸਵਾਦ ਕੀ ਹੈ ਪਤੰਗੇ ਨੂੰ ਪੁੱਛ ਪਤੰਗੇ ਨੂੰ ਇਹ ਸਾਨੂੰ ਪਤਾ ਹੈ ਮਰ ਜੀਵੜੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਆ ਵੀ ਸ਼ਹੀਦੀ ਵਿੱਚ ਕਿੰਨਾ ਕੁ ਸਵਾਦ ਹੁੰਦਾ ਹੈ ਤੂੰ ਆ ਇੱਥੇ ਚੜ੍ਹ ਕੇ ਵੇਖ ਤੈਨੂੰ ਪਤਾ ਲੱਗ ਜਾਏ ਉਸ ਵੇਲੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਹੁਣ ਨਹੀਂ ਬਚਦਾ ਚਰਖੜੀ ਤੇ ਚੜ੍ਹਿਆ ਵੱਡੇ ਵੱਡੇ ਸੂਏ ਸਰੀਰ 'ਚ ਧੱਸ ਗਏ ਇਹਨੇ ਨਹੀਂ ਬਚਣਾ ਪਰ ਕਮਾਲ ਹੋ ਗਈ ਜਦੋਂ ਸਵੇਰੇ ਜਾ ਕੇ ਜਿਹੜੇ ਪਿੰਜਰੇ 'ਚ ਬੰਦ ਕੀਤਾ ਜੇਲ੍ਹ ਵਿੱਚ ਵੇਖਿਆ ਚੌਂਕੜਾ ਮਾਰ ਕੇ ਬੈਠਾ ਨਿਤਨੇਮ ਕਰਦਾ ਫਿਰ ਉੱਠ ਕੇ ਬਹਿ ਗਿਆ ਤਕੜਾ ਸਰੀਰ ਸੀ ਝੱਲ ਗਿਆ ਫਿਰ ਅਗਲੇ ਦਿਨ ਬੁਲਾਇਆ ਹਜੇ ਵੀ ਮੰਨ ਜਾ ਕਹਿੰਦਾ ਮੈਂ ਨਹੀਂ ਮੰਨਦਾ ਮੈਂ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਉਣੀ ਹੈ ਜ਼ਕਰੀਆ ਕਹਿੰਦਾ ਮੈਂ ਤੇਰੇ ਕੇਸ ਜੁੱਤੀਆਂ ਮਾਰ ਮਾਰ ਕੇ ਲਾ ਦੇਣੇ ਨੇ ਕੇਸਾਂ ਦੀ ਕਿਹੜੀ ਗੱਲ ਕਰਦਾ ਹੈ ਭਾਈ ਤਾਰੂ ਸਿੰਘ ਆਖਣ ਲੱਗੇ ਤਬ ਤਾਰੂ ਸਿੰਘ ਇਮ ਕਹਿਓ ਵਹਿ ਜੂਤ ਤੁਮਾਰੇ ਪਾਹੇ ਜੋ ਸਿੰਘ ਪੂਰੇ ਸਤਿਗੁਰੂ ਸੋ ਸਿਰ ਕੇਸ ਨਿਭਾਏ ਨਿਭਾਹੇ ਉਹ ਨਿਭਾਣਗੇ ਸਿੰਘ ਜੁੱਤੀਆਂ ਤੈਨੂੰ ਖਾਣੀਆਂ ਪੈਣਗੀਆਂ ਮੈਂ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਜਾਵਾਂਗਾ ਫਿਰ ਭਾਈ ਤਾਰੂ ਸਿੰਘ ਨੇ ਜਦੋਂ ਆਖਿਆ ਮੇਰੇ ਕੇਸ ਨਹੀਂ ਤੁਸੀਂ ਲਾ ਸਕਦੇ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰ ਦਿੱਤੇ ਜਾਣ ਪਰ ਜਿਹੜੇ ਜਲਾਦ ਕੇਸ ਕੱਟਣ ਵਾਸਤੇ ਆਏ ਭਾਈ ਤਾਰੂ ਸਿੰਘ ਨੂੰ ਵੇਖ ਕੇ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਭਾਈ ਤਾਰੂ ਸਿੰਘ ਦੇ ਕੇਸ ਕੱਟ ਸਕੀਏ ਐਸਾ ਪ੍ਰਤਾਪ ਸੀ ਭਾਈ ਤਾਰੂ ਸਿੰਘ ਦਾ ਨੇੜੇ ਨਹੀਂ ਜਾ ਸਕੇ ਨੇੜੇ ਨਹੀਂ ਜਾ ਸਕੇ ਕੰਬਦੇ ਸੀ ਹੱਥ ਨਹੀਂ ਲਾ ਸਕੇ ਕੇਸ ਨਹੀਂ ਕਤਲ ਹੋਏ ਭਾਈ ਤਾਰੂ ਸਿੰਘ ਦੇ ਚਲੋ ਭਾਵੇਂ ਇਦਾਂ ਦੀ ਗੱਲ ਵੀ ਪ੍ਰਚਲਿਤ ਹੈ ਕਿ ਭਾਈ ਤਾਰੂ ਸਿੰਘ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਪਰ ਉਹ ਗੁਰੂ ਦਾ ਜਿਹੜਾ ਸਿੰਘ ਸੀ ਨਾ ਉਹ ਆਪ ਫੌਲਾਦ ਵਰਗਾ ਸੀ ਉਹ ਆਪ ਉਹ ਦ੍ਰਿੜ ਇਰਾਦੇ ਵਾਲੇ ਜਿਹੜੇ ਹੁੰਦੇ ਨੇ ਦ੍ਰਿੜ ਇਰਾਦੇ ਵਾਲੇ ਪਰ ਲੋਹੇ ਵਰਗੇ ਮਜ਼ਬੂਤ ਨੇ ਕਹਿ ਲਓ ਉਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ ਅਗਲੇ ਦਿਨ ਕਹਿੰਦੇ ਇਹਦੇ ਕੇਸ ਨਹੀਂ ਕਤਲ ਹੋਏ ਹੁਣ ਇਹਦੇ ਸਣੇ ਕੇਸਾਂ ਦੇ ਖੋਪਰੀ ਲਾ ਦਿੱਤੀ ਜਾਵੇ ਤੇ ਭਾਈ ਤਾਰੂ ਸਿੰਘ ਦੀ ਖੋਪਰੀ ਲਾਉਣ ਦੀ ਜਦੋਂ ਗੱਲ ਆਈ ਬੜਾ ਖੁਸ਼ ਹੋਇਆ ਕਹਿੰਦੇ ਕਿਉਂ ਖੁਸ਼ ਹੁੰਨਾ ਹੈ ਕਹਿੰਦੇ ਮੈਂ ਵੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਪੰਜ ਪਿਆਰਿਆਂ 'ਚ ਲੱਗੇ ਸੀ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਮੈਂ ਸੁਣਿਆ ਹੈ ਭਾਈ ਮਨੀ ਸਿੰਘ ਨੇ ਬਾਣੀ ਪੜ੍ਹਦੇ ਨੇ ਬੰਦ ਬੰਦ ਕਟਾਇਆ ਤੇ ਮੈਂ ਉਦੋਂ ਅਰਦਾਸ ਕੀਤੀ ਸੀ ਵੀ ਜਿਵੇਂ ਭਾਈ ਮਨੀ ਸਿੰਘ ਦੇ ਵੱਖਰੀ ਜੀ ਸ਼ਹੀਦੀ ਹੋਈ ਹੈ ਨਾ ਮੈਂ ਵੀ ਦੁਨੀਆ 'ਚੋਂ ਜਾਵਾਂ ਤੇ ਸ਼ਹੀਦੀ ਦਾ ਗੱਫਾ ਤੇ ਮੇਰੀ ਝੋਲੀ 'ਚ ਪਾਇਓ ਪਰ ਗੱਲ ਕੁਝ ਵੱਖਰੀ ਜੀ ਹੋਵੇ ਵੱਖਰੀ ਹੋਵੇ ਜਦੋਂ ਕਿਹਾ ਖੋਪਰੀ ਲਾਉਣੀ ਹੈ ਬਸ ਕਹਿੰਦੇ ਸਵਾਦ ਆ ਗਿਆ ਜਾਣਾ ਤੇ ਸਭ ਨਹੀਂ ਹੈ ਪਰ ਵੱਖਰੀ
ਫਿਰ ਭਾਈ ਤਾਰੂ ਸਿੰਘ ਨੇ ਵੇਖੋ ਇੰਨਾ ਸਿੱਖੀ ਨਾਲ ਪਿਆਰ ਕਰਦਾ ਹੈ, ਖੋਪਰ ਲਹਾਉਣ ਵਾਸਤੇ ਤਿਆਰ ਹੋ ਗਿਆ, ਬਹਿ ਗਿਆ ਧਰਤੀ ਤੇ ਲੱਗੇ ਬੰਨਣ ਵਾਲ। ਕਹਿੰਦੇ ਕੇਸ ਬੰਨ ਦਿਓ ਕਾਹਦੇ ਲਈ? ਕਹਿੰਦੇ ਖੋਪਰੀ ਲਾਉਣੀ ਹੈ, ਦਰਦ ਹੋਣਾ ਹੈ। ਕਹਿੰਦਾ ਤੂੰ ਚੁੱਪ ਕਰਕੇ ਬਿਠਾ ਦੇ, ਮੈਂ ਸੀ ਕਹਿ ਗਿਆ ਤਾਂ ਕਹਿ ਦੀ, ਦੱਸ ਕਿਵੇਂ ਤੈਨੂੰ ਠੀਕ ਲੱਗਦਾ ਉਵੇਂ ਬਹਿ ਜਾਂਦਾ। ਏਦਾਂ ਸਾਹਮਣੇ ਕਚਹਿਰੀ 'ਚ ਬਹਿ ਗਿਆ, ਜਿਹੜੀ ਤਸਵੀਰ ਬਣਾਈ ਹੈ ਇਤਿਹਾਸ 'ਚ ਇੱਦਾਂ ਹੀ ਲਿਖਿਆ ਕਿ ਸੱਜਾ ਗੋਡਾ ਇੱਦਾਂ ਕਰ ਲਿਆ ਜਿਵੇਂ ਆਪਾਂ ਚੌਂਕੜਾ ਮਾਰਿਆ ਹੁੰਦਾ, ਸੱਜਾ ਗੋਡਾ ਇੱਦਾਂ ਜਿਵੇਂ ਚੌਂਕੜਾ ਮਾਰਿਆ, ਸੱਜਾ ਹੱਥ ਇੱਦਾਂ ਜਿਵੇਂ ਪਿੱਛੇ ਢੋ ਲਾ ਲਈ, ਆਪਾਂ ਢਾਸਣਾ ਲਾ ਲਈਏ, ਹੱਥ ਪਿੱਛੇ ਨੂੰ ਰੱਖ ਲਿਆ, ਖੱਬੀ ਲੱਤ ਸਿੱਧੀ ਕਰ ਲਈ, ਖੱਬੀ ਲੱਤ ਸਿੱਧੀ, ਸੱਜੀ ਜਿੱਦਾਂ ਚੌਂਕੜਾ ਮਾਰਿਆ ਹੁੰਦਾ ਇੱਦਾਂ ਖੱਬੀ ਲੱਤ ਸਿੱਧੀ ਕਰਕੇ ਖੱਬਾ ਹੱਥ ਖੱਬੇ ਗੋਡੇ ਤੇ ਰੱਖ ਲਿਆ, ਇੱਦਾਂ ਬਹਿ ਗਿਆ। ਕਹਿੰਦਾ ਹੁਣ ਕਰ ਲਓ ਜੋ ਕਰਨਾ। ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਕਿਉਂਕਿ ਸੁਣਿਆ ਸੀ ਨਾ ਭਾਈ ਮਨੀ ਸਿੰਘ ਬਾਰੇ। ਸਿੰਘ ਪਾਠ ਨਾ ਛੱਡਿਆ ਜਪਜੀ ਦਾ, ਪਾਠ ਨਾ ਛੱਡਿਆ ਜਪਜੀ ਦਾ, ਗੱਜ ਕੇ ਗੱਜ ਕੇ ਪਾਠ ਨਾ ਛੱਡਿਆ ਜਪਜੀ ਦਾ, ਪਾਠ ਨਾ ਛੱਡਿਆ ਜਪਜੀ ਦਾ, ਸਿੰਘ ਪਾਠ ਨਾ ਛੱਡਿਆ ਜਪਜੀ ਦਾ, ਭਾਵੇਂ ਜਾਲਮ ਬੰਦ ਬੰਦ ਕੱਟਦੇ ਰਹੇ, ਭਾਵੇਂ ਜਾਲਮ ਬੰਦ ਬੰਦ ਕੱਟਦੇ ਰਹੇ, ਆਗ ਨਾ ਛੱਡਿਆ ਜਪਜੀ ਦਾ, ਆਗ ਬੰਦ ਬੰਦ ਕੱਟਦੇ ਰਹੇ, ਆਗ ਨਾ ਛੱਡਿਆ ਜਪਜੀ ਦਾ, ਆਗ ਨਾ ਛੱਡਿਆ ਜਪਜੀ ਦਾ, ਮੈਂ ਜਾਲਮ ਬੰਦ ਬੰਦ ਕੱਟਦੇ ਰਹੇ, ਆਗ ਨਾ ਛੱਡਿਆ ਜਪਜੀ ਦਾ, ਸਿੰਘਾ ਪਾਠ ਨਾ ਛੱਡਿਆ ਜਪਜੀ ਦਾ, ਭਾਵੇਂ ਜਾਲਮ ਬੰਦ ਬੰਦ ਕੱਟਦੇ ਰਹੇ। ਆ ਸੁਣਿਆ ਕਰੋ, ਸ਼ਰਾਬ ਦੀ ਪਿਆਲੀ ਫੜ ਕੇ ਸਾਹਮਣੇ ਨਾਚ ਕਰਦੇ ਨੇ, ਅਖੇ ਜੀ ਇਹ ਮਸਤ ਨੇ। ਆ ਮਸਤੀਆਂ ਨਹੀਂ ਚੜੀਆਂ ਕਿਸੇ ਨੂੰ, ਆ ਸਾਡਾ ਇਤਿਹਾਸ ਹੈ। ਨੌਜਵਾਨਾਂ ਵੀਰਾਂ ਨੇ ਇਹਨਾਂ ਦੀਆਂ ਗੱਲਾਂ ਨਹੀਂ ਵੀ ਮਸਤ ਬਣਾ ਦੇਣਗੇ, ਇਹ ਤੇ ਸ਼ਰਾਬ ਪੀਣ ਲਾ ਦੇਣਗੇ ਤੈਨੂੰ, ਕੱਪੜੇ ਆਪ ਲਾਈ ਫਿਰਦੇ ਨੇ ਤੇਰੇ ਵੀ ਲਵਾ ਦੇਣਗੇ। ਆ ਨੇ ਮਸਤ ਬਾਬਾ ਦੀਪ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ ਸੂਰਮੇ, ਇਹ ਸੁਣਾਂਗੇ, ਜੁਝਾਰੂ ਬਣਾਂਗੇ, ਨਸ਼ੈੜੀਆਂ ਦੇ ਗੁਣ ਗਾਵਾਂਗੇ, ਨਸ਼ੈੜੀ ਬਣ ਜਾਂਗੇ। ਕਈ ਵਿਗੜੇ ਨਿਆਣੇ ਇੱਦਾਂ ਦੇ ਹੋ ਗਏ, ਨਸ਼ੈੜੀਆਂ ਬਾਬਿਆਂ ਕੋਲ ਤੁਰੇ ਫਿਰਦੇ ਨੇ। ਪਰਾ ਇਤਿਹਾਸ ਪੜ੍ਹੋ, ਵੇਖੋ ਇੱਦਾਂ ਦਾ ਨਸ਼ਾ, ਬੰਦ ਬੰਦ ਕੱਟਦੇ ਰਹੇ, ਛੱਡਿਆ ਜਪਜੀ ਦਾ, ਚਾਲ ਬੰਦ ਬੰਦ ਕੱਟਦੇ,
ਸੀ ਸਤਿਗੁਰਾਂ ਦੇ ਇਦਾਂ ਦੇ ਸੂਰਮੇ ਜੁਝਾਰੂ ਇਹ ਸਾਨੂੰ ਸਿੱਖ ਧਰਮ ਵਿੱਚ ਹੀ ਮਿਲਣੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਪੰਥ ਲਈ ਮਰ ਮਿੱਟੀ ਦਾ ਕਿਵੇਂ ਹੱਸ ਕੇ ਗੁਰੂ ਗੋਬਿੰਦ ਸਿੰਘ ਦੇ ਬਰਖੁਰਦਾਰਾਂ ਤੋਂ ਪੁੱਛ ਇਹਨਾਂ ਕੋਲ ਨਾ ਚੱਲ ਜੀ ਕਿਤੇ ਕੱਲਾ ਕਿਵੇਂ ਲੜਿਆ ਨਾਲ ਸਵਾ ਲੱਖ ਦੇ ਚਮਕੌਰ ਵਿੱਚ ਚੱਲੀਆਂ ਤਲਵਾਰਾਂ ਤੋਂ ਪੁੱਛ ਇਹ ਸੰਮਰਤ ਵਿੱਚ ਖੂਬੀਆਂ ਕਿੰਨੀਆਂ ਨੇ ਕਿਸੇ ਲਿਸ਼ਕ ਦੇ ਖੰਡੇ ਦੀਆਂ ਧਾਰਾਂ ਤੋਂ ਪੁੱਛ ਸੱਥਰ ਯਾਰ ਦਾ ਲੱਗਦਾ ਕਿਵੇਂ ਚੰਗਾ ਬਾਜਾਂ ਵਾਲੀਆਂ ਸੱਚੀਆਂ ਸਰਕਾਰਾਂ ਤੋਂ ਪੁੱਛ ਕਿਵੇਂ ਅਣਖ ਦੀ ਜ਼ਿੰਦਗੀ ਜੀਵੀ ਦੀ ਹੈ ਮਾਛੀ ਵੜ ਦੇ ਤਿੱਖੇ ਕੰਡਿਆਰਾਂ ਤੋਂ ਪੁੱਛ ਸ਼ਾਹੇ ਹਿੰਦ ਨੇ ਸਜਦੇ ਕਿਵੇਂ ਕੀਤੇ ਨੂਰੀ ਕਲਗੀ ਦਿਆਂ ਚਮਤਕਾਰਾਂ ਤੋਂ ਪੁੱਛ ਆਪਣੇ ਤੋਂ ਪੁੱਛ ਬਗਾਨੇ ਤੋਂ ਪੁੱਛ ਇੱਕ ਨਹੀਂ ਸਾਰੇ ਇਤਿਹਾਸਕਾਰਾਂ ਤੋਂ ਪੁੱਛ ਪੁੱਛ ਮਹਾ ਸਿੰਘ ਤੋਂ 40 ਮੁਕਤਿਆਂ ਤੋਂ ਨਹੀਂ ਤੇ ਬੰਦਾ ਸਿੰਘ ਦੀਆਂ ਨਮਸਕਾਰਾਂ ਤੋਂ ਪੁੱਛ ਅੰਤ ਜ਼ਾਲਮਾਂ ਦਾ ਕਿਹਸਾ ਹਾਲ ਹੁੰਦਾ ਹੈ ਇਹ ਸਰਹੰਦ ਦਿਆਂ ਸੂਬੇਦਾਰਾਂ ਤੋਂ ਪੁੱਛ ਕੌਮਾਂ ਆਗੂ ਹੀ ਡੋਬਦੇ ਤਾਰਦੇ ਨੇ ਅਕਾਲੀ ਫੂਲਾ ਸਿੰਘ ਜਿਹੇ ਹੁਸ਼ਿਆਰਾਂ ਤੋਂ ਪੁੱਛ ਫੁੱਟ ਕੌਮ ਨੂੰ ਕਿੱਦਾਂ ਤਬਾਹ ਕਰਦੀ ਮਹਾਰਾਣੀ ਜਿੰਦਾਂ ਜਈਆਂ ਸਮਝਦਾਰਾਂ ਤੋਂ ਪੁੱਛ ਇਹਨਾਂ ਪਿੱਛੇ ਨਾ ਤੁਰਿਆ ਫਿਰੀ ਇਹਨਾਂ ਕੋਲ ਨਾ ਪੁੱਛਣ ਤੁਰ ਜੀ ਕਿਤੇ ਇਹ ਤੇਰਾ ਬ੍ਰੇਨ ਵਾਸ਼ ਕਰ ਦੇਣਗੇ ਪੁੱਠਾ ਪੜਾ ਦੇਣਗੇ ਪੱਟੀ ਪੁੱਠੀ ਪੜਾ ਦੇਣਗੇ ਨੱਚਣ ਲਾ ਦੇਣਗੇ ਨਚਾਰ ਨਹੀਂ ਨੱਚਿਆਂ ਟੱਪਿਆਂ ਭਗਤ ਨਾ ਹੋਏ ਨੱਚ ਟੱਪ ਕੇ ਭਗਤੀ ਨਹੀਂ ਹੁੰਦੀ ਬਾਣੀ 'ਚ ਕਲੀਅਰ ਲਿਖਿਆ ਕਿ ਨੱਚ ਟੱਪ ਕੇ ਭਗਤੀ ਨਹੀਂ ਹੁੰਦੀ ਨੱਚਣਾ ਟੱਪਣਾ ਭਗਤੀ ਨਹੀਂ ਇਹ ਕਹਿੰਦੇ ਭਗਤੀ ਹੈ ਬਾਣੀ ਕਹਿੰਦੀ ਹੈ ਨਹੀਂ ਸਤਿਗੁਰੂ ਕਹਿੰਦੇ ਨੇ ਇਹ ਨਹੀਂ ਸੋ ਇਸ ਕਰਕੇ ਭਾਈ ਵੇਖੋ ਭਾਈ ਤਾਰੂ ਸਿੰਘ ਖੋਪਰ ਲਾ ਦਿੱਤਾ ਜਿਵੇਂ ਆਪਾਂ ਪੀਪੇ ਦਾ ਢੱਕਣ ਲਾਉਂਦੇ ਹਾਂ ਤਾਂ ਉਹ ਪੀਪਾ ਲਿਆਈਏ ਘਿਓ ਵਾਲਾ ਤੁਹਾਨੂੰ ਪਤਾ ਫਿਰ ਉਹ ਕਿਵੇਂ ਲਾਉਣਾ ਪੈਂਦਾ ਥੋੜ੍ਹਾ ਥੋੜ੍ਹਾ ਕਰਕੇ ਇੱਥੇ ਰੰਬੀ ਰੱਖ ਲਈ ਮੱਥੇ 'ਚ ਪਿੱਛੋਂ ਥੌੜਾ ਮਾਰਿਆ ਅੰਦਰ ਚਲੀ ਗਈ ਚਾਰ ਚਾਰ ਉਂਗਲਾਂ ਰੰਬੀ ਫਿਰ ਖਿੱਚੀ ਜ਼ੋਰ ਨਾਲ ਖੂਨ ਦਾ ਫੁਹਾਰਾ ਚੱਲ ਪਿਆ ਫਿਰ ਦੂਜੇ ਥਾਂ ਤੇ ਰੰਬੀ ਰੱਖੀ ਫਿਰ ਤੀਜੇ ਥਾਂ ਤੇ ਕੰਨ ਕੋਲ ਏਦਾਂ ਪੂਰਾ ਘੁੰਮ ਕੇ ਆ ਕੇ ਫਿਰ ਇੱਥੇ ਫਿਰ ਦੋ ਚਾਰ ਵਾਰ ਕੀਤੇ ਸਣੇ ਇਸ ਖੋਪਰੀ ਲਾ ਲਈ ਸਾਹਮਣੇ ਬੈਠਾ ਵਜੀਦਾ ਭਾਈ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਵਜੀਦੇ ਨੂੰ ਉਹਨੂੰ ਕਹਿੰਦਾ ਹੈ ਜਕਰੀਏ ਨੂੰ ਜਕਰੀਆ ਏਦੂ ਵੱਧ ਵੀ ਜੇ ਕੋਈ ਸੱਪ ਹੈ ਤੇਰੀ ਪਟਾਰੀ 'ਚ ਕੱਢ ਕੇ ਵੇਖ ਲੈ ਹੱਸ ਪਿਆ ਵੇਖ ਕੇ ਭਾਈ ਤਾਰੂ ਸਿੰਘ ਆ ਵੇਖ ਲੈ ਮੈਂ ਨਹੀਂ ਡੋਲਿਆ ਹਰਾਤਾ ਤੈਨੂੰ ਈਨ ਨਹੀਂ ਮੰਨੀ ਜਿਹੜਾ ਸ਼ਹੀਦ ਹੁੰਦਾ ਹੈ ਸ਼ਹੀਦ ਕਰਨ ਵਾਲੇ ਨੂੰ ਹਰਾ ਦਿੰਦਾ ਵੀ ਤੇਰੀ ਤੇ ਨਹੀਂ ਨਾ ਮੰਨੀ ਤੇਰੀ ਤੇ ਨਹੀਂ ਮੰਨੀ ਹੱਸ ਪਿਆ ਜਕਰੀਆ ਭੱਜਿਆ ਜਾਂਦਾ ਹੈ ਪਰ ਪਤਾ ਲੱਗਦਾ ਵੀ ਹਾਰ ਗਿਆ ਸਿੱਖ ਦੇ ਹੱਥੋਂ ਫਿਰ ਭਾਈ ਤਾਰੂ ਸਿੰਘ ਜੀ ਬੇਹੋਸ਼ ਹੋ ਗਏ ਚੁੱਕਿਆ ਉੱਥੇ ਖੂਹ 'ਚ ਖੱਡੇ 'ਚ ਸਿੱਟਤਾ ਰਾਮਗੜੀਏ ਸਿੱਖਾਂ ਨੇ ਬੇਨਤੀ ਕੀਤੀ ਕਹਿੰਦੇ ਜਕਰੀਆ ਜਕਰੀਆ ਖਾਨ ਨੂੰ ਕਹਿੰਦੇ ਲੈ ਜਾਈਏ ਅਸੀਂ ਕਹਿੰਦੇ ਲੈ ਚੱਲੋ ਲੈ ਜਾਓ ਜਾ ਕੇ ਭਾਈ ਤਾਰੂ ਸਿੰਘ ਦਾ ਇਸ਼ਨਾਨ ਕਰਾਇਆ ਨਿੰਮ ਦੇ ਨਾਲ ਸਰੀਰ ਧੋਤਾ ਪਾਣੀ ਉਬਾਲ ਕੇ ਕੜਾਹ ਬਣਾ ਕੇ ਕੜਾਹ ਪ੍ਰਸ਼ਾਦ ਸਿਰ ਤੇ ਬੰਨਤਾ ਲੋਗੜ ਕਮਾਲ ਹੋ ਗਈ ਤਾਰੂ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਹੋਸ਼ ਆ ਗਈ ਸਿੰਘ ਇਕੱਠੇ ਹੋ ਕੇ ਕਹਿੰਦੇ ਭਾਈ ਤਾਰੂ ਸਿੰਘ ਜੀ ਸਰੀਰ ਛੱਡ ਦਿਓ ਚਲੇ ਜਾਓ ਤੁਹਾਡਾ ਹਾਲ ਵੇਖਿਆ ਨਹੀਂ ਜਾਂਦਾ ਭਾਈ ਤਾਰੂ ਸਿੰਘ ਕਹਿਣ ਲੱਗੇ ਜਾਣਾ ਹੈ ਪਰ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਹੈ ਜਾਣਾ ਹੈ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਫਿਰ ਤੁਹਾਨੂੰ ਪਤਾ ਹੀ ਹੈ ਐਸਾ ਰੋਗ ਲੱਗਿਆ ਕਹਿਣਾ ਪੈਣਾ ਸਟੇਜ ਤੇ ਮਾਫੀ ਮੰਗ ਕੇ ਕਹਿੰਦਾ ਕਹਿਣਾ ਪੈਣਾ ਹੈ ਪਿਸ਼ਾਬ ਦਾ ਬੰਨ ਪੈ ਗਿਆ ਜ਼ੋਰ ਲਾ ਲਿਆ ਵੈਦਾਂ ਹਕੀਮਾਂ ਨੇ ਠੀਕ ਨਾ ਹੋਵੇ ਕੁਰਾਨ ਲਿਆ ਕੇ ਪੱਖੀ ਝੱਲਦੇ ਨੇ ਵੀ ਠੀਕ ਹੋ ਜੇ ਵੈਦ ਆਏ ਕਹਿੰਦੇ ਇਹ ਨਹੀਂ ਠੀਕ ਹੁੰਦਾ ਫਿਰ ਸਿਆਣਿਆਂ ਨੇ ਦੱਸਿਆ ਕਹਿੰਦੇ ਤਾਰੂ ਸਿੰਘ ਦੀ ਖੋਪਰੀ ਲਾਈ ਹੈ ਤਾਂ ਇਹ ਬਣਿਆ ਇਹਦੇ ਨਾਲ ਕੀ ਕਰੀਏ ਕਹਿੰਦੇ ਤਾਰੂ ਸਿੰਘ ਬਖਸ਼ੇ ਤੇ ਤਾਂ ਬਖਸ਼ਿਆ ਜਾਏਗਾ ਸ਼ਵੇਗ ਸਿੰਘ ਉਹਨੀ ਦਿਨੀ ਜੇਲ੍ਹ 'ਚ ਸੀ ਜੇਲ੍ਹ 'ਚੋਂ ਕੱਢਿਆ ਜਿਹਨੂੰ ਬਾਅਦ 'ਚ ਚਰਖੜੀ 'ਤੇ ਚਾੜਿਆ ਉਹਨੂੰ ਲਿਆਂਦਾ ਸ਼ਵੇਗ ਸਿਆਂ ਮੇਰੇ ਵੱਲੋਂ ਜਾ ਕੇ ਬੇਨਤੀ ਕਰ ਸ਼ਵੇਗ ਸਿੰਘ ਨੇ ਤਾਰੂ ਸਿੰਘ ਦਾ ਹਾਲ ਵੇਖਿਆ ਵੀ ਆਹ ਹਾਲ ਜਕਰੀਆ ਤਰਲੇ ਕਰਦਾ ਹੈ ਕੀ ਕਰੀਏ ਕਹਿੰਦੇ ਖਾਲਸੇ ਨੂੰ ਪੁੱਛ ਲਓ ਸਿੰਘ ਕਿੱਥੇ ਇਕੱਠੇ ਕੀਤੇ ਜੰਗਲ 'ਚ ਕਹਿੰਦੇ ਜਕਰੀਆ ਮਾਫੀ ਮੰਗਦਾ ਕੀ ਹੁਕਮ ਹੈ ਪੰਥ ਦਾ ਕਹਿੰਦੇ ਪੰਥ ਦਾ ਹੁਕਮ ਇਹ ਹੈ ਵੀ ਜਿੰਨੇ ਸਿੰਘ ਜੇਲ੍ਹਾਂ 'ਚ ਬੰਦ ਕੀਤੇ ਨੇ ਰਿਹਾ ਕਰ ਦਿਓ ਰਿਹਾ ਕਰ ਪਹਿਲੀ ਗੱਲ ਦੂਜੀ ਸਾਡੀਆਂ ਜਾਗੀਰਾਂ ਵਾਪਸ ਕਰਦੇ ਜੋ ਲੁੱਟਿਆ ਮੋੜ ਦੇ
ਸ਼ਰਤ ਜਾ ਕੇ ਜਕਰੀਏ ਨੂੰ ਦੱਸੀ। ਜਕਰੀਆ ਮੰਨ ਗਿਆ, ਕਹਿੰਦਾ ਜੋ ਕਹਿਣਗੇ ਮੈਂ ਉਵੇਂ ਹੀ ਕਰਾਂਗਾ, ਮੈਂ ਠੀਕ ਹੋ ਜਾ। ਕਿਉਂਕਿ ਜਾਨ ਬੜੀ ਔਖੀ ਹੈ ਜਕਰੀਏ ਦੀ, ਜਿੰਦ ਬੜੀ ਔਖੀ ਹੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮਥਨ ਮਧਾਣੀ ਹੈ ਤਿਉਂ ਮਥਾ ਹੈ ਧਰਮ ਰਾਏ, ਉਹਦਾ ਫਲ ਮਿਲਦਾ। ਹੁਣ ਚੱਕਰੀ ਘੁੰਮੀ ਪਈ ਹੈ, ਬੁਰਾ ਹਾਲ ਹੈ। ਜਿਵੇਂ ਮੈਂ ਕੱਲ ਬੇਨਤੀ ਕੀਤੀ, ਪਟਕਾ ਪਟਕਾ ਕੇ ਧੋਬੀ ਮੈਲ ਕੱਢਦਾ, ਫਿਰ ਰੱਬ ਇਹਦਾ ਮੈਲ ਕੱਢਦਾ, ਪਟਕਾ ਪਟਕਾ ਕੇ ਮਾਰਦਾ ਜਿਹੜੇ ਨਹੀਂ ਮੰਨਦੇ। ਉਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ ਸਿੰਘਾਂ ਨੂੰ ਜਾ ਕੇ ਦੱਸਿਆ, ਕਹਿੰਦੇ ਮੰਨਦੇ ਨੇ। ਪੰਥ ਨੇ ਫਿਰ ਹੁਕਮ ਕੀਤਾ, ਕਹਿੰਦੇ ਉਹਨੇ ਕਿਹਾ ਸੀ ਮੈਂ ਜੁੱਤੀਆਂ ਨਾਲ ਕੇਸ ਲਾ ਦੇਣੇ ਆ। ਭਾਈ ਤਾਰੂ ਸਿੰਘ ਦੀ ਜੁੱਤੀ ਲੈ ਜਾਓ, ਇਹਦੇ ਸਿਰ 'ਚ ਮਾਰੋਗੇ ਤਾਂ ਠੀਕ ਹੋਏਗਾ। ਅਰਦਾਸ ਕਰ ਦਿੱਤੀ, ਫਿਰ ਇੱਦਾਂ ਹੀ ਹੋਇਆ। ਭਾਈ ਤਾਰੂ ਸਿੰਘ ਦਾ ਜੋੜਾ ਇੱਦਾਂ ਲੈ ਕੇ ਗਏ ਜਿਵੇਂ ਸ਼ਨੀਲ ਦੇ ਕੱਪੜੇ 'ਚ ਲਪੇਟ ਕੇ ਲੈ ਕੇ ਗਏ। ਗਰੀਬ ਸਿੱਖ ਜਦੋਂ ਮਹਾਰਾਜ ਵੇਖੋ ਵਡਿਆਈ ਦਿੰਦੇ, ਮਹਿਲਾਂ 'ਚ ਜਦੋਂ ਜੋੜਾ ਗਿਆ ਕਿ ਬੜੇ ਖੁਸ਼ ਨੇ ਵੀ ਹੁਣ ਠੀਕ ਹੋਏਗਾ। ਕੱਪੜੇ 'ਚ ਲਪੇਟ ਕੇ ਉਹਦਾ ਦੁਆਣੇ ਵਰਗਾ ਸਿਰ ਹੈ, ਉਹਦੀ ਟੁੱਟਣ ਵਿੱਚ ਨਾ ਇੱਦਾਂ ਲਾਉਂਦੇ ਨੇ ਪੋਲਾ ਜਿਹਾ, ਉਹ ਕਿਤੇ ਠੀਕ ਹੋਵੇ, ਮਾੜਾ ਜਿਹਾ ਪੋਲਾ ਜਿਹਾ ਘਸਾ ਦੇਣ ਵੀ ਹੋ ਜਾ, ਉਹ ਹੋਵੇ ਹੀ ਨਾ ਠੀਕ। ਫਿਰ ਉਹ ਕਹਿੰਦਾ ਹੈ ਜਕਰੀਆ ਔਖਾ ਬਾਲਾ ਸੀ, ਉਹ ਪਰੇ ਕਰੋ, ਕਹਿੰਦਾ ਲਾ ਦਿਓ ਕੱਪੜਾ ਜ਼ੋਰ ਨਾਲ ਮੇਰੇ ਸਿਰ 'ਚ ਮਾਰੋ, ਅੱਜ ਦੁਨੀਆਂ ਨੂੰ ਵੀ ਪਤਾ ਲੱਗੇ ਵੀ ਜਕਰੀਆ ਇੱਕ ਸਿੱਖ ਦੀਆਂ ਜੁੱਤੀਆਂ ਖਾ ਰਿਹਾ, ਦੁਨੀਆਂ ਨੂੰ ਪਤਾ ਲੱਗੇ। ਫਿਰ ਕੱਪੜੇ 'ਚੋਂ ਕੱਢੀ, ਦੁਖੀ ਸੀ, ਜ਼ੋਰ ਨਾਲ ਮਾਰੀ ਸਿਰ 'ਚ, ਫਿਰ ਉਹਦਾ ਇਲਾਜ ਹੋਇਆ। ਪਰ ਕਮਾਲ ਦੀ ਗੱਲ ਇਹ ਸੀ, ਜੁੱਤੀਆਂ ਪੈਂਦੀਆਂ ਸੀ ਤੇ ਠੀਕ ਹੋ ਜਾਂਦਾ ਸੀ, ਨਹੀਂ ਤੇ ਫਿਰ ਉਹੀ ਹਾਲ ਸੀ। ਜਦੋਂ ਜਾਣਾ ਜੁੱਤੀਆਂ ਹੀ ਖਾਣੀਆਂ ਪੈਂਦੀਆਂ, ਜਦੋਂ ਉਹਨੇ ਜਾਣਾ ਉਹਨੂੰ ਜੁੱਤੀਆਂ ਖਾਣੀਆਂ ਪੈਂਦੀਆਂ ਸੀ। ਫਿਰ ਹੁਣ ਤੁਹਾਨੂੰ ਪਤਾ ਹੀ ਹੈ ਵੀ ਸਿਰ ਪੋਲਾ ਹੀ ਹੁੰਦਾ, ਹੁਣ ਕਿੰਨੀਆਂ ਕੁ ਜੁੱਤੀਆਂ ਖਾਂਦਾ। ਜ਼ਖਮ ਹੋ ਗਿਆ, ਜ਼ਖਮ ਦੇ ਵਿੱਚ ਕੀੜੇ ਪੈ ਗਏ, ਕਿਰਮ ਚੱਲ ਗਏ, ਜ਼ਖਮ ਸਿਰ ਦੇ ਵਿੱਚ ਜ਼ਖਮ ਹੋਇਆ ਸੀ, ਤਾਰੂ ਸਿੰਘ ਨਾਲੋਂ ਵੀ ਭੈੜਾ ਜ਼ਖਮ ਹੋ ਗਿਆ ਸਿਰ 'ਚ। ਜੁੱਤੀਆਂ ਖਾਂਦਾ ਬਾਈਆਂ ਦਿਨਾਂ ਬਾਅਦ ਮਰਿਆ ਤਾਰੂ, ਬਾਈਆਂ ਦਿਨਾਂ ਬਾਅਦ ਜ਼ਕਰੀਆ ਜਦੋਂ ਮਰਿਆ ਭੁੱਬਾਂ ਮਾਰਦਾ, ਫਿਰ ਆ ਕੇ ਭਾਈ ਤਾਰੂ ਸਿੰਘ ਨੂੰ ਦੱਸਿਆ, ਕਹਿੰਦੇ ਮਰ ਗਿਆ। ਕਹਿੰਦੇ ਅੱਛਾ, ਚੰਗਾ ਖਾਲਸਾ ਜੀ, ਕਰੋ ਆਖਰੀ ਫਤਿਹ ਪ੍ਰਵਾਨ। ਗੱਜ ਕੇ ਬੋਲਿਓ ਸਿੰਘੋ, ਅਸੀਂ ਚੱਲੇ ਸੱਚ ਖੰਡ ਨੂੰ, ਕਰੋ ਆਖਰੀ ਫਤਿਹ ਪ੍ਰਵਾਨ, ਅਸੀਂ ਚੱਲੇ ਸੱਚ ਖੰਡ ਨੂੰ, ਆਹ
ਪਿਆਰਾ ਆਓ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਇਦਾਂ ਦੀ ਸਿੱਖੀ ਜੋ ਮਹਾਨ ਸਿੱਖੀ ਸਤਿਗੁਰੂ ਕਿਰਪਾ ਕਰਨ ਅਸੀਂ ਕਮਾਈਏ ਮਹਾਨ ਬਣ ਜਾਈਏ ਭਟਕਣਾ ਮੁੱਕ ਜਾਏ ਸਾਡੇ ਮਨ ਦੀ ਉਲਝੀ ਉਲਝੇ ਪਏ ਆ ਆਪਣੀਆਂ ਤਾਣੀਆਂ ਬਣਾਈਆਂ ਨੇ ਆਪ ਹੀ ਉਲਝੇ ਹੋਏ ਆ ਬਾਣੀ ਦਾ ਗਿਆਨ ਪ੍ਰਾਪਤ ਕਰੀਏ ਬੇਨਤੀ ਕਰਾਂਗਾ ਜਿੰਨੇ ਪੜ੍ਹੇ ਲਿਖੇ ਉਹ ਸਹਿਜ ਪਾਠ ਜ਼ਰੂਰ ਰੱਖੋ ਜਿਹੜੇ ਨਹੀਂ ਪੜ੍ਹੇ ਸੁਣਿਆ ਕਰੋ ਥੋੜ੍ਹਾ ਥੋੜ੍ਹਾ ਹੀ ਸੁਣੋ ਥੋੜ੍ਹਾ ਥੋੜ੍ਹਾ ਹੌਲੀ 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 ਫਿਰ ਨਾ ਚਾਅ ਪੈਦਾ ਹੋ ਜਾਂਦਾ ਹੈ ਜਿੰਨਾ ਵੱਧ ਤੋਂ ਵੱਧ ਬਾਣੀ ਪੜ੍ਹਾਂਗੇ ਉਨੀ ਸੋਝੀ ਹੋਏਗੀ ਜਿੰਨੀ ਸੋਝੀ ਹੋਏਗੀ ਉਨੇ ਬੰਧਨ ਕੱਟੇ ਜਾਣਗੇ ਸੋ ਸੱਚੇ ਪਾਤਸ਼ਾਹ ਮਿਹਰ ਕਰਨ ਬੇਨਤੀ ਹੈ ਉਧਮ ਨਗਰ ਨਿਵਾਸੀਆਂ ਨੇ ਬੜੇ ਚਾਅ ਨਾਲ ਕੀਤਾ ਹੈ ਮੈਂ ਅਮਰੀਕਾ ਵਿੱਚ ਸਾਂ ਜਦੋਂ ਇੱਥੋਂ ਦੇ ਦੀਵਾਨ ਪੱਕੇ ਹੋਏ ਉੱਥੇ ਇੱਕ ਸੱਜਣ ਨੇ ਗੁਰਮੁਖ ਉਹ ਕੈਸਟਾਂ ਦੀ ਸੇਵਾ ਕਰਦੇ ਨੇ ਮਹਾਂਪੁਰਸ਼ਾਂ ਦੀਆਂ ਕੈਸਟਾਂ ਰਾੜਾ ਸਾਹਿਬ ਵਾਲਿਆਂ ਦੀਆਂ ਜਾਂ ਹੋਰ ਬਣਾ ਬਣਾ ਕੇ ਉਹ ਵੰਡਦੇ ਨੇ ਮੈਨੂੰ ਮਿਲੇ ਸੀ ਮੈਨੂੰ ਕਹਿੰਦੇ ਸਾਡਾ ਪਿੰਡ ਬਟਾਰੀ ਹੈ ਰਾੜਾ ਸਾਹਿਬ ਦੇ ਨੇੜੇ ਹੈ ਉੱਥੇ ਪ੍ਰੋਗਰਾਮ ਤੁਸੀਂ ਰੱਖਿਓ ਮੈਂ ਕਿਹਾ ਜੀ ਤੁਹਾਡੇ ਪਿੰਡ ਨੂੰ ਕੋਸ਼ਿਸ਼ ਕਰਾਂਗੇ ਚਲੋ ਜੇ ਮਿਲਣਗੇ ਸੋ ਇੱਥੋਂ ਦੇ ਪ੍ਰਬੰਧਕਾਂ ਨੇ ਉੱਦਮ ਕੀਤਾ ਰਲ ਮਿਲ ਕੇ ਆਪਾਂ ਸਾਰਿਆਂ ਨੇ ਮੈਂ ਭਾਵੇਂ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਇੱਥੇ ਰਾੜਾ ਸਾਹਿਬ ਰਹਿੰਦੇ ਸੀ ਨਾ ਤੇ ਪੜ੍ਹਨ ਵਾਸਤੇ ਕਿਲਾ ਹੰਸ ਸੀ ਇੱਥੇ ਪੜ੍ਹਦੇ ਸੀ ਤੇ ਮੈਨੂੰ ਮਹਾਂਪੁਰਸ਼ਾਂ ਨੇ ਪੜ੍ਹਨੇ ਪਾਇਆ ਇੱਥੇ ਤੇ ਉੱਥੇ ਬੱਚੇ ਲੈਣ ਵਾਸਤੇ ਗੱਡੀ ਜਾਂਦੀ ਹੁੰਦੀ ਸੀ ਰੋਜ਼ ਸਵੇਰੇ ਤੇ ਉਹ ਫਿਰ ਮੈਂ ਤੇ ਉੱਥੇ ਹੀ ਰਹਿੰਦਾ ਸੀ ਇਸ ਸਥਾਨ ਤੇ ਮੈਨੂੰ ਉਹ ਸਾਰਿਆਂ ਤੋਂ ਪਹਿਲਾਂ ਬਿਠਾ ਲੈਂਦਾ ਸੀ ਗੱਡੀ 'ਚ ਫਿਰ ਸਾਰੇ ਪਿੰਡਾਂ 'ਚ ਜਾਂਦੇ ਸੀ ਨਾ ਉਹ ਤੇ ਉਹ ਫਿਰ ਮੈਂ ਇਕੱਲੇ ਇਕੱਲੇ ਪਿੰਡਾਂ ਦੇ ਵਿੱਚ ਇੱਥੋਂ ਰੋਜ਼ ਸਵੇਰੇ ਵੀ ਇੱਧਰ ਦੀ ਵੀ ਆਉਂਦੇ ਸੀ ਤੇ ਸ਼ਾਮ ਨੂੰ ਫਿਰ ਉਹ ਬੱਚੇ ਲੈਣ ਜਾਣਾ ਤੇ ਨਾਲ ਉਹ ਵਿੱਚ ਮੈਂ ਬੈਠਾ ਹੀ ਹੁੰਦਾ ਸੀ ਕਿਉਂਕਿ ਮੈਂ ਤੇ ਲਾਸਟ ਬੱਚਾ ਸੀ ਜਿਹਨੂੰ ਸਿਰੇ ਲਾਉਣਾ ਹੁੰਦਾ ਸੀ ਜਾ ਕੇ ਸੋ ਇਹਨਾਂ ਪਿੰਡਾਂ ਸ਼ਹਿਰਾਂ 'ਚ ਮੈਂ ਬਹੁਤ ਫਿਰਦਾ ਹੀ ਰਿਹਾ ਤੇ ਸਤਿਗੁਰ ਦੀ ਮਿਹਰ ਨਾਲ ਇਹ ਜੋ ਕਿ ਰਾੜਾ ਸਾਹਿਬ ਜਾਂ ਇਹ ਤੇ ਸਾਡਾ ਘਰ ਬਣਿਆ ਹੋਇਆ ਸੀ ਕਿਉਂਕਿ ਵੇਖੋ ਨਾ ਸਮੇਂ ਦੇ ਹਿਸਾਬ ਨਾਲ ਕਈ ਲੋਕ ਬੜੇ ਹੋਰ ਤਰ੍ਹਾਂ ਦੇ ਖਿਆਲਾਂ ਦੇ ਹੁਣ ਮਾਹੌਲ ਥੋੜ੍ਹਾ ਬਦਲਦਾ ਜਾਂਦਾ ਕਈ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਕਿੰਤੂ ਪਰੰਤੂ ਕਰਦੇ ਨੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਦੇ ਮਤਭੇਦ ਹੁੰਦੇ ਨੇ ਸਾਡੇ ਪਰ ਚਾਹੀਦਾ ਸਾਨੂੰ ਕਿ ਅਸੀਂ ਆਪਣੀ ਮਾਈਂਡ ਨੂੰ ਥੋੜ੍ਹਾ ਡਿਵੈਲਪ ਕਰੀਏ ਹੁਣ ਵੇਖੋ ਰਾੜਾ ਸਾਹਿਬ ਸੰਪਰਦਾ ਵਿੱਚ ਮੈਂ ਭਾਵੇਂ ਰਿਹਾ ਪਰ ਮੈਂ ਸਾਰੀਆਂ ਸੰਪਰਦਾਵਾਂ ਨਾਲ ਪ੍ਰੇਮ ਕਰਦਾ ਅਸੀਂ ਸਾਰੇ ਵਰਲਡ ਵਿੱਚ ਘੁੰਮਿਆ ਮੈਂ ਪਰ ਮੈਂ ਇਹ ਮੱਥੇ 'ਤੇ ਲੇਬਲ ਨਹੀਂ ਮੇਰੇ ਲੱਗਿਆ ਜੇ ਮੈਂ ਹੁਣ ਕਹਾਂ ਵੀ ਅਸੀਂ ਤੇ ਜੀ ਰਾੜੇ ਵਾਲੇ ਹੁੰਦੇ ਹਾਂ ਮੈਂ ਮਾਫ਼ ਕਰਨਾ ਕਿਤੇ ਤੁਸੀਂ ਮੇਰੀ ਕੈਸਟ ਵਿੱਚ ਵੀ ਨਹੀਂ ਸੁਣਿਆ ਹੋਣਾ ਵੀ ਮੈਂ ਸਟੇਜ 'ਤੇ ਕਹਾਂ ਵੀ ਅਸੀਂ ਰਾੜੇ ਸਾਹਿਬ ਵਾਲਿਆਂ 'ਚੋਂ ਹਾਂ ਭਾਈ ਸਾਡੀ ਸੰਪਰਦਾ ਵਿੱਚ ਇੱਦਾਂ ਇੱਦਾਂ ਹੈ ਸਾਡੀ ਸੰਪਰਦਾ 'ਚ ਕਦੇ ਤੁਸੀਂ ਕੈਸਟ 'ਚ ਨਹੀਂ ਸੁਣਿਆ ਮੈਂ ਸੁਣਾਇਆ ਹੀ ਨਹੀਂ ਕਦੇ ਇੱਦਾਂ ਮੈਨੂੰ ਇਹ ਮੈਂ ਮੰਨਦਾ ਵੀ ਰਾੜਾ ਸਾਹਿਬ ਰਹੇ ਹਾਂ ਪਰ ਸਾਰੀਆਂ ਸੰਪਰਦਾਵਾਂ ਨਾਲ ਸਾਡਾ ਪਿਆਰ ਹੈ ਸਭ ਨਾਲ ਪ੍ਰੇਮ ਕਰੀਏ ਪੰਥਕ ਤਾਂ ਬਣਿਆ ਜਾਂਦਾ ਪਤਾ ਕੀ ਹੁੰਦਾ ਹੈ ਫਿਰ ਆਪਣਿਆਂ ਦੇ ਗੁਣ ਦਿਸਦੇ ਨੇ ਬਾਕੀ ਸਾਰੇ ਭੇੜੇ ਲੱਗਦੇ ਨੇ ਬਾਕੀ ਤੇ ਕਮਲੀ ਤੁਰੇ ਫਿਰਦੇ ਨੇ ਆਪਣਿਆਂ ਦੇ ਗੁਣ ਦਿਸੀ ਜਾਂਦੇ ਨੇ ਵੀ ਸਾਡੀ ਮਰਿਆਦਾ ਆ ਹੈ ਬਾਕੀ ਤੇ ਸਾਰੇ ਐਵੇਂ ਹੀ ਨੇ ਤਾਂ ਕਰਕੇ ਬੇਨਤੀ ਇਹ ਹੈ ਵੀ ਆਪਾਂ ਗੁਣ ਲੈਣੇ ਨੇ ਸਾਂਝ ਕਰੀਜੈ ਗੁਣ ਹੈ ਕੇਰੀ ਪੰਥਕ ਤਾਂ ਆ ਜੇ ਸੰਪਰਦਾਵਾਂ ਤੋਂ ਉੱਚੇ ਉੱਠੀਏ ਮਾਫ਼ ਕਰਨਾ ਪੰਥਕ ਤਾਂ ਆ ਸੰਪਰਦਾਵਾਂ ਚੰਗੀਆਂ ਨੇ ਅਸੀਂ ਪੜ੍ਹ ਕੇ ਆਏ ਹਾਂ ਉਹਨਾਂ ਦਾ ਸਨਮਾਨ ਹੈ ਸਤਿਕਾਰ ਹੈ ਆਉਂਦੇ ਜਾਂਦੇ ਮੱਥਾ ਟੇਕਦੇ ਹਾਂ ਮਨ ਵਿੱਚ ਰਿਸਪੈਕਟ ਭਾਵਨਾ ਸਦਾ ਰਹੇਗੀ ਪਰ ਅਸੀਂ ਕਦੇ ਇਹ ਇੱਕ ਗੱਲ 'ਤੇ ਅੜੇ ਨਹੀਂ ਰਹਿਣਾ ਹੁੰਦਾ ਵੀ ਬਸ ਜੋ ਅਸੀਂ ਹੈ ਹਾਂ ਅਸੀਂ ਉਹੀ ਹਾਂ ਮੈਂ ਕਈਆਂ ਨੂੰ ਸਾਡਿਆਂ ਨੂੰ ਵੇਖਦਾ ਮੈਂ ਸਾਡੇ ਨਾਲ ਦੇ ਕਈ ਬੰਦਿਆਂ ਨੂੰ ਮਿਲਦੇ ਰਹੀਦਾ ਬੈਠੇ ਰਹੀਦਾ ਬਸ ਉਹਨਾਂ 'ਚ ਇੰਨੀ ਆਕੜ ਹੈ ਜਦੋਂ ਤੁਸੀਂ ਮਿਲੋਗੇ ਬਸ ਉਹਨਾਂ ਨੇ ਇੱਦਾਂ ਹੀ ਬੈਠੇ ਰਹਿਣਾ ਕੀ ਗੱਲ ਬਈ ਅਸੀਂ ਤਾਂ ਮਹਾਂਪੁਰਸ਼ਾਂ ਦੇ ਨਾਲ ਰਹੇ ਹਾਂ ਅਸੀਂ ਤਾਂ ਰਾੜਾ ਸਾਹਿਬ ਉਹ ਹਾਥੀ ਇੱਥੋਂ ਨਹੀਂ ਚੁੱਕਦੇ ਮੈਂ ਕਹਿੰਦਾ ਵੀ ਚਲੋ ਉਹ ਤਾਂ ਸੋਹਣੇ ਲੱਗਦੇ ਸੀ ਤੂੰ ਨਾ ਨਕਲਾਂ ਜੀਆਂ ਕਰਿਆ ਕਰ ਤੇਰੇ ਨਹੀਂ ਆ ਕੰਮ ਉਹ ਤੇ ਇੱਦਾਂ ਨਹੀਂ ਗੱਲ ਬਣਦੀ ਹਾਂ ਹੈ ਨੇ ਬੜੇ ਵੀ ਉੱਥੇ ਹੀ ਖੜੇ ਨੇ ਬਸ ਆਹੀ ਆਹੀ ਆਕੜ ਮਾਰ ਗਈ ਆਹੀ ਆਕੜ ਹੈ ਬਸ ਉਹ ਸਾਨੂੰ ਸਾਡਾ ਤੇ ਬਸ ਜੀ ਆ ਇੱਥੇ ਖੜੇ ਨਾ ਬੇਨਤੀ ਇਹ ਹੈ ਵੀ ਸਤਿਕਾਰ ਮਹਾਂਪੁਰਸ਼ਾਂ ਦਾ ਪਰ ਜੇ ਟਕਸਾਲ ਵਾਲੇ ਸਿੰਘ ਮਿਲਦੇ ਨੇ ਉਹਨਾਂ ਤੋਂ ਗੁਣ ਲਓ ਤੁਹਾਨੂੰ ਅਖੰਡ ਕੀਰਤਨੀਏ ਮਿਲਦੇ ਨੇ ਕੋਲ ਬਹਿ ਕੇ ਪੁੱਛ ਵੀ ਸਿਮਰਨ ਕਿੱਦਾਂ ਜੀ ਦੱਸੋ ਜੇ ਤੈਨੂੰ ਕੋਈ ਕੋਈ ਮਿਲੇ ਬਸ ਗੁਣ ਲੈ ਗੁਣਾਂ ਦੀ ਸਾਂਝ ਪਾਉਣ ਦਾ ਗੁਰੂ ਦਾ ਹੁਕਮ ਹੈ ਗੁਣਾਂ ਦੀ ਸਾਂਝ ਕਰ ਘਾਟਾਂ ਵੀ ਸਾਰਿਆਂ 'ਚ ਨੇ ਤੇ ਗੁਣ ਵੀ ਸਾਰਿਆਂ 'ਚ ਨੇ ਗੁਣ ਲਓ ਗੁਣ ਲੈਣੇ ਚਾਹੀਦੇ ਨੇ ਤੇ ਅਸੀਂ ਹਮੇਸ਼ਾ ਇਹ ਬੇਨਤੀ ਕੀਤੀ ਹੈ ਵੀ ਗੁਣ ਲਈਏ ਗੁਣ ਇਕੱਠੇ ਕਰੀਏ ਕਦੇ ਇੱਕ ਪਾਸੇ ਨਹੀਂ ਵੀ ਸਾਰੀ ਸੰਗਤ ਨੂੰ ਵੀ ਇਹ ਕਹਾਂ ਵੀ ਤੁਸੀਂ ਇੱਕ ਪਾਸੇ ਨਾ ਇਸੇ ਕਰਕੇ ਜੇ ਟਕਸਾਲ ਵਿੱਚ ਜਾਈਏ ਉਹ ਵੀ ਪਿਆਰ ਨਾਲ ਬੁਲਾਉਂਦੇ ਨੇ ਭਾਵੇਂ ਜਿੱਥੇ ਮਰਜ਼ੀ ਜਾਓ ਭਾਵੇਂ ਕੋਈ ਹੋਵੇ ਸਾਰੇ ਪਿਆਰ ਕਰਦੇ ਨੇ ਬੇਨਤੀ ਵੀ ਅਸੀਂ ਗੁਣ ਲੈਣ ਦੀ ਆਦਤ ਪਾਓ
ਇੱਕੋ ਹੀ ਨਾ ਬਸ ਮੱਥੇ ਤੇ ਚਪਕਾਈ ਫਰੀਏ ਵੀ ਅਸੀਂ ਤੇ ਜੀ ਆਹੀ ਹੁੰਨੇ ਆ ਆਕਣਾ ਕਾਦੀਆਂ ਨੇ ਸਭ ਚਲੇ ਗਏ ਅਸੀਂ ਵੀ ਤੁਰ ਜਾਣਾ ਹੈ ਚਲੋ ਚੱਲੀ ਦਾ ਮੇਲਾ ਹੈ ਵੱਡੇ ਵੱਡੇ ਆਏ ਚਲੇ ਗਏ ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਅੱਜ ਤੋਂ ਮੇਰਾ ਖਿਆਲ ਹੈ 10 ਕੁ ਸਾਲ ਪਹਿਲਾਂ ਖਲੋਟੀ ਦੀਵਾਨ ਲੱਗੇ ਸੀ ਰਾੜਾ ਸਾਹਿਬ ਦੇ ਨੇੜੇ ਉਦੋਂ ਵੀ ਤੁਸੀਂ ਬਹੁਤ ਇਲਾਕਾ ਸਾਰਾ ਖਲੋਟੀ ਵੀ ਆਪਾਂ ਜਾਂਦੇ ਰਹੇ ਮਲੌਦ ਤੇ ਬਹੁਤ ਵਾਰ ਲੱਗੇ ਨੇ ਦੀਵਾਨ ਨੇੜੇ ਲੁਧਿਆਣੇ ਲੱਗਦੇ ਆ ਜਾਂ ਅਹਿਮਦਗੜ੍ਹ ਮੰਡੀ ਆ ਪਿੱਛੇ ਜੇ ਪ੍ਰੋਗਰਾਮ ਹੋਇਆ ਜਿੱਥੇ ਜਿੱਥੇ ਵੀ ਨੇੜੇ ਪ੍ਰੋਗਰਾਮ ਹੁੰਦਾ ਹੈ ਤੁਸੀਂ ਅੱਜ ਤੋਂ 16 ਸਾਲ ਪਹਿਲਾਂ ਵੀ ਇੰਨਾ ਪ੍ਰੇਮ ਦਿੰਦੇ ਸੀ ਤੇ 10 ਸਾਲ ਪਹਿਲਾਂ ਵੀ ਜਦੋਂ ਆਇਆ ਹੁਣ ਵੀ ਆਇਆ ਬਹੁਤ ਪ੍ਰੇਮ ਕਿਉਂਕਿ ਬੜੇ ਲੋਕੀ ਹੁੰਦੇ ਨਾ ਕਈ ਆਏ ਇਦਾਂ ਬੜੇ ਆਏ ਐ ਉੱਡ ਗਏ ਸਭ ਉੱਡ ਜਾਣਗੇ ਇਦਾਂ ਗੱਲਾਂ ਕਰਦੇ ਹੁੰਦੇ ਨੇ ਪਰ ਤੁਹਾਡਾ ਪ੍ਰੇਮ ਹੈ ਵੀ ਇੰਨੇ ਸਾਲ 17 ਲੰਘ ਗਏ ਆ ਜਿੰਨੀ ਕੁ ਜ਼ਿੰਦਗੀ ਰਹਿੰਦੀ ਹੈ ਇਦਾਂ ਹੀ ਲੰਘ ਜਾਏ ਬਸ ਅਸਲ ਸਾਡੇ ਅੰਦਰਲੇ ਪਰਦੇ ਢਕੇ ਜਾਣ ਸਾਨੂੰ ਸੋਝੀ ਮਿਲ ਜਾਏ ਅੰਦਰ ਸ਼ਾਂਤੀ ਮਿਲੇ ਅੰਦਰ ਅੰਦਰ ਦਾ ਟਿਕਾ ਸਾਨੂੰ ਮਿਲੇ ਇਹ ਸਾਡੇ ਲਈ ਵੀ ਤੁਸੀਂ ਅਰਦਾਸ ਕਰਨੀ ਹੈ ਸਾਡੀ ਕੋਈ ਚੰਗੀ ਗੱਲ ਲੱਗੇ ਤੁਸੀਂ ਸਿੱਖਿਓ ਤੇ ਜਿਹੜੇ ਤੁਹਾਡੇ ਗੁਣ ਨੇ ਉਹ ਅਸੀਂ ਸਿੱਖਣੇ ਨੇ ਆਪਾਂ ਸਭ ਭੈਣ ਭਰਾ ਆ ਗੁਰੂ ਗੋਬਿੰਦ ਸਿੰਘ ਦੇ ਅਸੀਂ ਧੀਆਂ ਪੁੱਤਰ ਬਣੇ ਰਹੀਏ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸਿੱਖ ਬਣੀਏ ਸਤਿਗੁਰ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਲਈਏ ਵੇਖੋ ਭਾਈ ਜਿਹੜੇ ਗੁਰਮੁਖ ਨੇ ਮਨਮੁਖ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ ਉਹ ਰਲਦੇ ਨਹੀਂ ਅਗਲੀਆਂ ਪੰਕਤੀਆਂ ਨੇ ਪੌੜੀ ਦੀਆਂ ਦੋ ਤਿੰਨ ਪੰਕਤੀਆਂ ਨੇ ਇੱਕ ਮਿੰਟ ਵਾਸਤੇ ਕਿਰਪਾ ਕਰਕੇ ਸੁਣ ਲਈਏ ਹਾਂਜੀ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਜੇ ਝਾਤੀ ਮਾਰ ਕੇ ਵੇਖੀਏ ਨਾ ਵਿਚਾਰ ਕੇ ਵੇਖੀਏ ਸੋਚੀਏ ਤੇ ਸੱਚ ਦੇ ਵਿੱਚ ਝੂਠ ਰਲਦਾ ਨਹੀਂ ਕਦੀ ਸੱਚ ਵਿੱਚ ਝੂਠ ਰਲਦਾ ਨਹੀਂ ਉਹਨੇ ਵੱਖਰਾ ਹੀ ਰਹਿਣਾ ਹੈ ਇਸ ਕਰਕੇ ਸੱਚੇ ਕਦੇ ਝੂਠਿਆਂ ਵਿੱਚ ਨਹੀਂ ਰਲਦੇ ਕੂੜਿਆਰ ਜਿਹੜੇ ਝੂਠੇ ਨੇ ਉਹਨਾਂ ਨੇ ਝੂਠਿਆਂ 'ਚ ਹੀ ਬਹਿਣਾ ਹੈ ਪਰ ਸੱਚ ਜਿਨ੍ਹਾਂ ਦੇ ਅੰਦਰ ਸੱਚ ਵੱਸ ਗਿਆ ਉਹ ਝੂਠਿਆਂ ਨੂੰ ਕਦੇ ਪਸੰਦ ਨਹੀਂ ਕਰਦੇ ਇਸ ਕਰਕੇ ਆਓ ਹਾਂਜੀ ਕੂੜਿਆਰ ਕੂੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਝੂਠੇ ਝੂਠਿਆਂ 'ਚ ਜਾ ਰਲੇ ਸੱਚਿਆਂ ਨੇ ਆਪਣੇ ਸਤਿਗੁਰ ਦੇ ਕੋਲ ਬਹਿਣਾ ਹੈ ਬੇਨਤੀ ਮੈਂ ਫਿਰ ਕਰ ਰਿਹਾ ਤਨ ਕਰਕੇ ਨਹੀਂ ਮਨ ਕਰਕੇ ਸੱਚੇ ਗਿਆਨ ਦੇ ਨੇੜੇ ਮਨ ਕਰਕੇ ਨੇੜੇ ਹੋਣਾ ਸਤਿਗੁਰਾਂ ਦੇ ਸੱਚੇ ਗਿਆਨ ਦੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਨੰਦ ਸਾਹਿਬ 'ਚ ਗੱਜ ਕੇ ਬੋਲਣਾ ਜੀ ਅਰਦਾਸ 'ਚ ਜੁੜਨਾ ਹੈ ਹੁਕਮਨਾਮੇ ਸੁਣਨੇ ਨੇ ਫੇਰ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਸਿਰਫ 5 ਮਿੰਟ ਦੇ ਦਿਓ ਫਟਾਫਟ ਮੱਥਾ ਟੇਕ ਕੇ ਫਿਰ ਸਾਰਿਆਂ ਨੇ ਚਾਲਾ ਪਾਉਣਾ ਪਾਉਣਾ ਗੁਰੂ ਸਾਹਿਬ ਜਾਣਗੇ ਫਿਰ ਜਾਣਾ ਸਵੇਰ ਦਾ ਵੀ ਪ੍ਰੋਗਰਾਮ ਸੀ ਹੁਣ ਮੈਂ ਇੱਥੇ ਸਮਾਪਤੀ ਕਰਕੇ ਨਵਾਂ ਸ਼ਹਿਰ ਜਾਣਾ ਹੈ ਉੱਥੇ ਵੀ ਇੱਕ ਇਸ ਕਰਕੇ ਜਿੰਨਾ ਹਾਜ਼ਰੀ ਜਿਵੇਂ ਵੀ ਭਰੀ ਗਈ ਬੋਲਦਿਆਂ ਜੋ ਵੀ ਭੁੱਲਾਂ ਗਲਤੀਆਂ ਹੋ ਗਈਆਂ ਨੇ ਉਹ ਵੀ ਬਖਸ਼ ਲੈਣਾ ਭਾਈ ਬੜੀਆਂ ਹੀ ਭੁੱਲਾਂ ਗਲਤੀਆਂ ਹੁੰਦੀਆਂ ਨੇ ਅਸੀਂ ਅਣਜਾਣ ਆ ਮੈਂ ਕੋਈ ਕਥਾਵਾਚਕ ਕੋਈ ਗਿਆਨੀ ਨਹੀਂ ਕੋਸ਼ਿਸ਼ ਕਰੀਦੀ ਹੈ ਕਿ ਮਰ ਦੇ ਬਚਨਾਂ ਨੂੰ ਆਪਾਂ ਸਮਝ ਸਕੀਏ ਮੈਂ ਕਹਿੰਦਾ ਦਾਵਾ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਕਿ ਮੈਂ ਕਥਾਵਾਚਕ ਬਣ ਗਿਆ ਮੈਂ ਗੁਰਬਾਣੀ ਦਾ ਮੈਨੂੰ ਗਿਆਨ ਹੋ ਗਿਆ ਇਹ ਅਗਾਧ ਬੋਧ ਹੈ ਸਾਹਿਬ ਮੇਰਾ ਨੀਤ ਨਾਮ ਸਦਾ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਪੜ੍ਹਦੇ ਹਾਂ ਤੇ ਹੈਰਾਨ ਹੋਈਦਾ ਕੱਖ ਨਹੀਂ ਪਤਾ ਹੋਰ ਸਮਝ ਪੈਂਦੀ ਹੈ ਹੋਰ ਪੜ੍ਹੀਏ ਸੋ ਇਸ ਕਰਕੇ ਜਿੰਨੀਆਂ ਭੁੱਲਾਂ ਹੋਈਆਂ ਨੇ ਮਾਫ਼ ਕਰ ਦੇਣੀਆਂ ਗੁਰੂ ਸਾਹਿਬ ਜਾਣਗੇ ਫਿਰ ਚੱਲਦੇ ਹਾਂ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਜਿਹੜੇ ਰਹਿ ਗਏ ਮੱਥਾ ਨਹੀਂ ਟੇਕਿਆ ਉਹ ਅੱਗੇ ਵਾਰੀ ਵਾਰੀ ਨਮਸਕਾਰ ਕਰ ਲਓ ਗੁਰੂ ਸਾਹਿਬ ਜਾਣ ਫਿਰ ਚੱਲਦਾ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਆਨੰਦ ਮੇਰੀ ਮਾਂ
ਵਾਹਿਗੁਰੂ ਜੀ ਨੂੰ ਰੱਖ ਕੇ ਜੀਵ ਜਪੇ ਤਾਂ ਹੀ ਲਾਵੇ ਕਬੀਰ ਡਗਮਗ ਕਿਆ ਕਰੇ
ਸੋ ਕੋ ਟਲ ਗੁਰ ਸੇਵੀਏ ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਤ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ। ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ। ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ